गया आ गया आ गया। बहुत बढ़िया तू बना गया, बहुत सेट ओके जी रिपोर्ट। की हाल है? दूसरा दर्शन हो गया। और जी आ बंदे नाल हो ना, ये नहीं आने देंगे। कितने दिन? मैं मानसा गया। मानसा मेरे इंस्टाग्राम ते फेसबुक ते थले वीडियो दे कमेंट संदीप किन्ने लिखा होता, वो तो नहीं किन्ने लिखा पर हुण असीं की करदे आ? नहीं नहीं बई सानू दर्शक धक्के नाल भेजदे आ तुहाडे कोले, असीं तां भावें ना भी आईए तैयारी करिए अपनी। ठीक है तू मजे ते बह जा, इत्थे बह जू। नहीं आ भी सही है जगह, सफर वधिया रहा औखा तो नहीं हो? सफर का यार थक आ इतने वाला थके वहाँ तेरी वेट कर दे वेट वाला थका जे हम आप कह लिए भी ऊँ तो सफर का की है जाते होने रहने फिर आप गिजे में हाँ घर जाए फिर घर जाए पर तू है तू है ही नहीं उ फोन क्यों इन्ना बंद रहा फोन यार बस भी बंद कर दे फिर भी ਕੋਈ ਵੀ ਰਿਲੈਕਸ ਰਹਿਣ ਨੂੰ ਵੀ ਚੱਲ ਯਾਰ ਹਾਂ ਵੀ ਐਂ ਜੇ ਵੀ ਫੋਨ ਜਿਹੜਾ ਹੁਣ ਬਸ ਹਾਂ ਵੀ ਐਂ ਬਸ ਹੀ ਹਾਂ ਨਾ ਬੰਦ ਕਰ ਲਈਦਾ ਫੋਨ ਬੰਦ ਤਾਂ ਰਹਦਾ ਯਾਰ ਤੇ ਵਟਸਐਪ ਵਗੈਰਾ ਚੱਲਦਾ ਰਹਿੰਦਾ ਹੁੰਦਾ ਕਿ ਉਹ ਵੀ ਬੰਦ ਹੀ ਹੋਣੀ ਨਹੀਂ ਵਟਸਐਪ ਫਿਰ ਸਾਂਝ ਮੈਂ ਹੀ ਬੰਦ ਕਰ ਦਿੰਦਾ ਫੋਨ ਹੀ ਹਾਂ ਫਿਰ ਜਹਾਜ਼ ਤੇ ਚੜਾ ਦਿੰਦਾ ਠੀਕ ਆ ਜਹਾਜ਼ ਤੇ ਵੀ ਚੜਾਉਣਾ ਠੀਕ ਆ ਫੋਨ ਨੂੰ ਕਦੇ ਕਦੇ ਹਾਂ ਹਵਾ ਜੀ ਰੁਕ ਗਈ ਯਾਰ ਹਾਂ ਜਮਾਂ ਹੀ ਗੁੰਮ ਜਾਂ ਵੱਜ ਗਿਆ ਨਾ हजे तो मेरा तो हजे मैं आया मेरा एक गोडा थोड़ा थोड़ा दर्द जहा करता सज्जा पहला खेड़ दे सट जी लग गई ਤੇ ਮੈਂ ਮੈਚ ਤੋਂ ਬਾਅਦ ਉਵੇਂ ਖੇਡਿਆ ਹੁਣ ਥੋੜ੍ਹਾ ਮੈਨੂੰ ਉਵੇਂ ਲੱਗਦਾ ਜਿਵੇਂ ਜਾਮ ਜਿਹਾ ਹੋ ਜਾਂਦਾ ਅਤੇ ਮੈਨੂੰ ਆਉਂ ਸੀ ਮੈਂ ਡਾਕਟਰ ਨੂੰ ਦਿਖਾ ਕੇ ਅੜਦਾ ਹੁੰਦਾ ਮੈਂ ਅੜ ਜਾਂਦਾ ਅੜਦਾ ਨਹੀਂਗਾ ਉਈ ਵੀ ਜਿਵੇਂ ਜਦੋਂ ਆਪਾਂ ਬਹਿੰਦੇ ਹਾਂ ਪੈਰੀ ਭਰ ਉਦੋਂ ਉੱਠਦਾ ਉਦੋਂ ਉਵੇਂ ਜਿਹਾ ਲੱਗਦਾ ਵੀ ਜਾਮ ਜਿਹਾ ਹੋ ਗਿਆ ਜਿਵੇਂ ਗੋਡਾ ਹਾਂ ਕਿਹੜਾ ਸੱਜਾ ਖੱਬਾ ਸੱਜਾ ਅਤੇ ਉਹ ਫਿਰ ਮੈਨੂੰ ਆਉਂ ਸੀ ਮੈਂ ਹੁਣ ਤਿਆਰੀ ਲਾਉਂਦੇ ਪਹਿਲਾਂ ਬਾਹਲਾ ਵੱਧ ਜੇ ਕੰਮ ਵੀ ਫਿਰ ਇਹਨਾਂ ਨੂੰ ਦਿਖਾਇਆ ਡਾਕਟਰ ਕੋਲ ਆਪਣੇ ਪਟਿਆਲੇ ਜਾਣਾ ਵੀ ਫੋਨ ਉਹ ਡਾਕਟਰ ਨੂੰ ਮੇਰੇ ਸਾਨੂੰ ਕਰੋਨਾ ਹੋ ਗਈਗਾ ਅੱਛਾ ਅਤੇ ਉਹ ਕਹਿੰਦਾ ਹਜੇ ਦੋ ਹਫ਼ਤੇ ਤੱਕਰ ਦੱਸੋ ਤੈਨੂੰ ਇਹਦਾ ਕੀ ਮਤਲਬ ਹੋਇਆ ਨਹੀਂ ਉਹ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਕੀ ਹੈ ਆਪਾਂ ਨੂੰ ਨਹੀਂ ਪਤਾ ਲੱਗਣਾ ਉਹ ਤੇ ਜਾ ਕੇ ਪਤਾ MRI ਜੋ ਨਹੀਂ ਉਹ ਹਜੇ ਕੁਝ ਨਹੀਂ ਕਰਾਈ ਅੱਛਾ ਕਿਉਂਕਿ ਉਹ ਆਪਦੇ ਕੋਲ ਨਹੀਂ ਦੱਸਦਾ ਟੈਸਟ ਲੈ ਲੈਂਦਾ ਉੱਥੇ ਉਹ ਆਪ ਹੀ ਦੱਸ ਦਿੰਦਾ ਹੁੰਦਾ ਅੱਛਾ ਹਜੇ ਕੁਝ ਨਹੀਂ ਕਰਾਇਆ ਤੇ ਨਹੀਂ ਹੋਰ ਉਦੋਂ ਪਹਿਲਾਂ ਵੀ ਗੋਡੇ ਸੱਟ ਲੱਗੀ ਕਿਸੇ ਦੇ ਪਹਿਲਾਂ ਮੇਰੇ ਆਪਰੇਸ਼ਨ ਕਰਾਇਆ ਬਈ 14 'ਚ ਕਰਾਇਆ ਸੀ 15 'ਚ 15 'ਚ ਕਰਾਇਆ ਸੀ ਖੱਬੇ ਇੱਥੇ ਚੰਦ ਬਰਨ ਲੱਗ ਗਈ ਸੱਟ ਖੱਬੇ ਗੋਡੇ ਦਾ ਉਦੋਂ ਕੀ ਲਿਗਾਮੈਂਟ ਸੀ ਲਿਗਾਮੈਂਟ ਟੁੱਟ ਗਈ ਹਾਂ ACL ਹਾਂ ਤੇ ਉਹਦਾ ਆਪਰੇਸ਼ਨ ਕਰਾਇਆ ਸੀ ਉਹ ਠੀਕ ਹੋਣਾ ਹੁੰਦਾ ਉਹ ਕਿੱਥੋਂ ਕਰਾਇਆ ਪੇਜਰ ਮੇਰੇ ਉਹ ਚੰਡੀਗੜ੍ਹ ਕਰਾਇਆ ਉਹ ਠੀਕ ਉਹ ਤਾਂ ਸਫਲ ਆ ਚੀਜ਼ ਆ ਉਹ ਤਾਂ ਹਾਂ ਉਹ ਸੱਟ ਆ ਜਾਂਦਾ ਉਹ ਚ ਉਹਨੂੰ ਲਿਗਾਮੈਂਟ ਨੂੰ ਕਿਵੇਂ ਠੀਕ ਕਰਦੇ ਆ ਸੰਦੀਪ ਜਿਵੇਂ ਵਿੱਚ ਉਹ ਵਿੱਚ ਜਿਵੇਂ ਮੰਨ ਕੇ ਚੱਲ ਲਿਗਾਮੈਂਟ ਸਕਰੂ ਹੀ ਹੁੰਦਾ ਇੱਕ ਸਕਰੂ ਕੱਸ ਦਿੰਦੇ ਆ ਵਿੱਚ ਅੱਛਾ ਜੇ ਜਿਵੇਂ ਜੋੜ ਨੂੰ ਗੋਡੇ ਨੂੰ ਜਿਹੜੀ ਖਿੱਚ ਪੈਂਦੀ ਆਪਣਾ ਗੋਡਾ ਖੜਦਾ ਨਹੀਂ ਤਾਂ ਨਿਕਲ ਜੇ ਗੋਡਾ ਹਾਂ ਉਹ ਬਸ ਉਹ ਸਕਰੂ ਨਾਲ ਹੀ ਜੋੜ ਦਿੰਦੇ ਆ ਵਿੱਚ ਉਹ ਮਤਲਬ ਜਿਹੜੇ ਅੱਗੇ ਅੱਗੇ ਨਿਕਲਣ ਤਾਂ ਹੁੰਦਾ ਨਾ ਗੋਡਾ ਐ ਅੱਗੇ ਜਿਵੇਂ ਆਪਾਂ ਆਪਣਾ ਆ ਗੋਡਾ ਹੁਣ ਇੱਥੇ ਆ ਕੇ ਟਸ ਬਣ ਗਈ ਇਹ ਲਿਗਾਮੈਂਟ ਕਰਕੇ ਬੰਦਾ ਓ ਖੜਾ ਤੇ ਜੇ ਲਿਗਾਮੈਂਟ ਮੇਰਾ ਨਾ ਹੋਣੇ ਤਾਂ ਫਿਰ ਘੁੰਮਿਆ ਹੀ ਫਿਰ ਖੜੇ ਹੀ ਨਾ ਹਾਂ ਉਹ ਫਿਰ ਜੋ ਲਿਗਾਮੈਂਟ ਟੁੱਟ ਜਾਂਦਾ ਫਿਰ ਡਲਕ ਮਾਰਨ ਲੱਗ ਜਾਂਦਾ ਭੱਜੀ ਭੁੱਜੀ ਤਾਂ ਨਹੀਂ ਸਪ੍ਰਿੰਟ ਨਹੀਂ ਵੱਜਦੀ ਉਹਦਾ ਆਪਰੇਸ਼ਨ ਹੀ ਕਰਾਉਣਾ ਪੈਂਦਾ ਹਾਂ ਠੀਕ ਨਾ ਠੀਕ ਹੋ ਜਾਏ ਚ ਹੋ ਜਾਂਦੇ ਆ ਕਈ ਪਲੇਅਰਾਂ ਦੇ ਹੋਏ ਵੀ ਆ ਹਾਂ ਤੇ ਪਰ ਨੂੰ ਖਰਾਬ ਵੀ ਹੋ ਜਾਂਦੇ ਆ ਖਰਾਬ ਵੀ ਹੋ ਜਾਂਦੇ ਆ ਮੰਨ ਕੇ ਚੱਲ ਕਈ ਵਾਰੀ ਰੇਸ਼ਾ ਰੂਸ਼ਾ ਵੀ ਪੈ ਜਾਂਦਾ ਵਿੱਚ ਜਾਂ ਜਿਵੇਂ ਉਵੇਂ ਨਾ ਕੇਅਰ ਕਰੇ ਜਾਂਦੇ ਉਦੋਂ ਖਰਾਬ ਵੀ ਹੋ ਜਾਂਦੇ ਆਪਰੇਸ਼ਨ ਉਹ ਛੇਤੀ ਨਹੀਂ ਹੁੰਦਾ ਜੇ ਬੰਦਾ ਐਕਸਰਸਾਈਜ਼ ਲਾਈ ਚੱਲੇ ਤਾਂ ਠੀਕ ਹੋ ਜਾਂਦਾ ਹਾਂ ਠੀਕ ਹੋ ਜਾਂਦਾ ਸਹੀ ਹੈ ਜੇ ਹੁਣ ਆਪਾਂ ਧਿਆਨ ਹੀ ਨਾ ਦਿੱਤਾ ਤਾਂ ਫਿਰ ਤਾਂ ਖਰਾਬ ਹੋਣਾ ਹੀ ਨੇ ਮਤਲਬ ਗੱਲਬਾਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਮਾੜਾ ਜਿਹਾ ਇਹ ਦੱਸਦੀ ਵੀ ਕਬੱਡੀ ਦਾ ਜਿਹੜਾ ਸ਼ੁਰੂਆਤ ਸੀ ਜਿਵੇਂ ਉਹ ਸੰਦੀਪ ਕਬੱਡੀ ਖੇਡਣ ਕਾਹਤੋਂ ਲੱਗ ਗਿਆ ਕਾਹਤੋਂ ਖੇਡਣ ਲੱਗਿਆ
बाल बोल सब गाँव गुंदे गावे गुवे भी गायक बने हां छोटा जो फौजी बने ऐसा काम फिर मैं साडे उधर सोथे अपने मंडी अपने घर तो पछाए घर तेनों गायक बन मैं फोन भी लाया मैं इतने पाली असकपाल पाली भलाइया ने मैं फोन लाया मैं क्या करके मैं मैं गाँव का शौक है तो मैं गाँव सीखना वो कहता कौन नहीं पर तू पढ़ तो कहना जो पढ़ाई पूरी कर ली फिर देखी ठीक है वह तो पता ही नहीं भी आह काम हो जाना वो अं मैं फुटबॉल इतने खेड जाता हूँ अपने सोथे मंडी च उत्थे साढ़े एक साढ़े पिंड का बाबा नैब है नैब उन्होंने कबड्डी का बहुत शौक से वो ऐ कट्ठे करके अपने कोठे कबड्डी होंगी होंगी ऐं कट्ठे करके लै जाने उत्थे खिडाउने मुंडे पग पुग लाउण दा शौकीन सी वो एक दिन उत्थे फुटबॉल खेडदे मुंडियां कोले आ गया वो दो जने सीगे उन्हां नूं सारयां नूं कबड्डी खेडण ला लिया उन्हें कबड्डी खेडो तो वो हुण जिवें आपां दारू पीती जिहड़े बंदे दियां आकड़े जांदा बंदा है ना वी ऐं जिहा ते वो चल उन्होंने तो छड़ मैनू कह लिया कू उ ग्राउंड चाई पेंड दो आया कर कहते उरी लाया कर मैं भी दो तीन दिन मैं अगनोर जहा मारता मैं चलो उ कहते उन्हें वो एक दिन मैंने मोटरसाइकिल चढ़ा के लै गए चढ़ा के लै गए तो उत्थे अपने पिंड ग्राउंड लैके छड़ता इतने पर बाई बूटे अर्गे साढ़े जो उस्ताद अर्गे वो तैयारी लाने होंगी उदों खेडनी खेडनी छी से उन्होंने बस फिर उन्होंने लग गए वजन वजन कि उदू तो थोड़ा ही वजन से उसकी वो तो मेरा मेरा 30-32 किलो वजन अच्छा 32 किलो तो शुरू की थी 30-32 किलो ऐ 32 दे मैच घट खेडे ज्यादा मैं 38-40 दे खेडे वजन साडा इना किसी 32-35 किलो ते एक जेड़ा थोथा हुंदा है पिंड थोथा तेरा कि दुद्ध नहीं नहीं मेरा पिंड दुद्ध आ सोथा अपने पिंड सोथा मैं कह थोथा नहीं नहीं सोथा सोथा तो अपने घरों तो सोथा 1 किलोमीटर ही आ ते अपन नूं दुद्ध 7 पै जांदा वो अपने जमा हद ते आ गए घर सोथे दी ते दुद्धे दी ते हां जदों आपां मतलब दुद्धे तों सोथे नूं जांदे आ कह लो उहदे राज पैंदा नहर 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 टप के हद ते जिथे हद आ सोथे जिथे सोथा चलदा उथे मंडी आ बस उथे हद हो जांदी शुरू सोथे दी पर उथे तिकर दुद्धे दे खेत आ सारे उथे घर दुद्धे पर ऐ थोड़े वास्ते सोथा ते दुद्धा इक्को जिही आ कि छोटा पिंड आ सोथा दुद्धे दे मुकाबले नहीं दो सोथा छोटा पिंड आ सोथा दुद्धा पिंड वड्डा इतों के खिडारी भी पहला पहला भी सके कोई वधिया खिडारी थोड़े तो थोड़े वाली मतलब जी कैटागरी है हम थोड़े रुपिंदर तुम हो गए सारे जिन्हें भी घोड़ा हो गया सारे तो पहला भी कोई होर टीम होंगी दुद्धे की सब तो पहला की टीम तो साढ़े पुराने प्लेयर खेलते होंगे जो बाबे नेकी अर्गे आ बाबे जगजीत अर्गे जानके पंडित अर्गे उन्हों की टीम वधिया होंगी सी भी जोड़े उदू बाद आ गए जिमें जिहड़ा साडा उस्ताद आ उह खेडन लग गए कबड्डी एक कबूतर वाला जाफी होंगे साढ़े पिंड का वधिया गुरा सी वधिया जाफी सी पर भी उन्होंने भी मैच जिम्मे मन कडमिया कुडमिया तो नहीं ज्यादा खेडे से आम पिंड बार मैच खेडे उदू कडमिया होंगे भी घट से उदू बाद फिर असं आ गए मैं ना हूँ बैठा सी अपने नाल रुपिंदर नाल रुपिंदर कहना भी संदीप साढ़े तो बड़ा 4-5 साल तो इस तुम बाहर तो डरते हैं डरते क्यों ओ उ बस हाँ जी एफ जी होंगी है बस भी हाँ बंद मैं मैं नहीं सोचा मैं तुम भी बिल्कुल ए बराबर समझ लो नहीं हाँ उब है एक गल ही सारी भी इं जी भी हाँ उ गल नहीं कोई करते भी हाँ चेफ जी मानते हैं चेफ जी मानते हाँ सही है बहर के गेड़े गेड़े कितों कितों हो गए गेड़े तेरे बहर के प्रदीप ने मेरा कनेडा के ही हो मैं 14 च गया पहली बार तो 15 च मेरे सट लग गई 15 च रह गया फिर 16 तो 17 तो 18 तो 19 बस फिर लगातार ही गए फिर लगातार कौन टीम वालों खेड दे बार पहला तो जो मैं गया प्रदीप 14 च उदों तो 3 मैच ही रह गए थे पिछों जो वीजा लगे मेरा तो हरदेव का अमन का लुप वाले का तो 3 मैच ही खेडिया मैं उदो आबाई खुशी वर्ग टीम होंगी सह स्पोर्ट की इन्होंने खेडे से मैं तो जीवन ने इन्होंने मैच खेडी थी हरदेव ने तिना ने उदू बाद फिर उदू बाद फिर 16 च लीग खेडे लीग हुई जी उ हाँ वो खेडे 17 फिर मैं मैट्रो वाले खेडा टोरंटो तो वैनकूवर हरजीत तलवार खेडिया 18 च मैं टोरंटो खेडे नहीं वो खेडे अच्छा टोरंटो नहीं खेडा एक ही खेडा हाँ कला उत्थे वैनकूवर हाँ मैं पिछों गया ही 19 जो मैच हुए थे 3-4 मैच ही हुए थे 4-5 वो खेडा बस वो उन्होंने जी टीम आ
ਉਹ ਸੱਬੇ ਥੜੇ ਵਰਗੇ ਬਣਾਉਂਦੇ ਇਹ ਟੀਮ ਤੀਜੀ ਫਟਰੇਂਜ ਬੰਦੀ ਹੁੰਦੀ ਇਹ ਰੋਲ ਕੈਂਗਲੇ ਖੇਡਦੇ ਸਾਰੇ ਉਹਨਾਂ ਨਾਲ ਖੇਡਿਆ ਪਿੰਡ ਵੱਡਾ ਦੋਦਾ ਪਿੰਡ ਪਿੰਡ ਵੱਡਾ ਵਰਦੀ ਹਾਂ ਕਿੱਡਾ ਕੁ ਮੰਨ ਕੇ ਚੱਲ ਵੀ 12-13 ਹਜ਼ਾਰ ਵੋਟ ਆ 12-13 ਹਜ਼ਾਰ ਫਿਰ ਤਾਂ ਦੋ ਤਿੰਨ ਪੰਚਾਇਤਾਂ ਬਣਦੀਆਂ ਹੋਣਗੀਆਂ ਸਰਪੰਚ ਇੱਕ ਹੀ ਬੰਦਾ ਵੀ ਕੋਠਿਆਂ ਦੇ ਅੱਡ ਬਣ ਜਾਂਦੇ ਆ ਪੰਚਾਇਤ ਮੈਂਬਰ ਅੱਛਾ ਅਤੇ ਆਪਣੇ ਪਿੰਡ ਦਾ ਤਾਂ ਇੱਕ ਹੀ ਬੰਦਾ ਸਰਪੰਚ ਸਰਪੰਚ ਇੱਕ ਹੀ ਆ ਸਰ ਵੀ ਝਿਜਕ ਤਾਂ ਨਹੀਂ ਹੁੰਦੀ ਕੈਮਰਿਆਂ ਤੋਂ ਥੋੜ੍ਹੀ ਹੁੰਦੀ ਆ ਹਾਂ ਇਹ ਕਿਉਂ ਹੈ ਸ਼ੁਰੂ ਤੋਂ ਹੀ ਜ਼ਿਆਦਾ ਗਿੱਜੇ ਗੁੱਜੇ ਜਿਹੇ ਨਹੀਂ ਗਏ ਪਹਿਲਾਂ ਤੂੰ ਵੀ ਮੈਂਟਰ ਬਹੁਤ ਘੱਟਦੀਆਂ ਪ੍ਰੀਤੀ ਉਹ ਜਿਹੜਾ ਜਿਵੇਂ ਪਹਿਲਾਂ ਉੱਥੇ ਲੱਕੀ ਨੇ ਮੈਨੂੰ ਕਿਹਾ ਸੀ ਕਰਾਲੀ ਵਾਲੇ ਨੇ ਉੱਥੋਂ ਬਾਹਰ ਕਹਿੰਦਾ ਬਈ ਆਉਂ ਇੰਟਰਵਿਊ ਕਰਨੀ ਆਪਣੇ ਦਫ਼ਤਰ 'ਚ ਆ ਜਾਓ ਜੇ ਅਤੇ ਮੈਂ ਉਹਨੂੰ ਵੀ ਆ ਤੁਹਾਡੇ ਵਾਲਾ ਕੰਮ ਹੀ ਆ ਗਿਆ ਬਾਈ ਆ ਗਿਆ ਹਾਂ ਅਤੇ ਫਿਰ ਉਦੋਂ ਜਦੋਂ ਨੂਹਣੇ ਮੰਨ ਕੇ ਚੱਲ ਇਉਂ ਕਰਨ ਦਾ ਟਾਈਮ ਦਿੱਤਾ ਵੀ ਅੱਜ ਦਫ਼ਤਰ 'ਚ ਉਦੋਂ ਨੂੰ ਮੇਰੀ ਆਉਣ ਦਾ ਟਾਈਮ ਹੋ ਗਿਆ ਟਿਕਟ ਸੀ ਉਦੋਂ ਮੇਰੀ ਫਿਰ ਮੈਂ ਇੱਧਰ ਆ ਗਿਆ ਗੱਲ ਨਹੀਂ ਹੋਈ ਉੱਥੇ ਨਹੀਂ ਹੋਈ ਫਿਰ ਇੱਧਰ ਆ ਕੇ ਕੀਤੀ ਸੀ ਉਹਨੇ ਟੂਰਨਾਮੈਂਟ 'ਤੇ ਇੱਧਰ ਖੇਡੇ ਮੋਗੀ ਵਾਲੇ ਸਾਈਡ ਬੁੱਟਰ ਪਰ ਛੋਟੀ ਜਿਹੀ ਗੱਲ ਹਾਂ ਉਹ ਛੋਟੀ ਜਿਹੀ ਕੀਤੀ ਸੀ ਸ਼ੋਰਟ ਜਿਹੀ ਇੰਟਰਵਿਊ ਅਤੇ ਉਹ ਵੀ ਬਸ ਉਹਦੇ ਵਧੇ ਸੀਗੇ ਉਦੋਂ ਤਾਂ ਵੀ ਪੂਰੇ ਵਧੇ ਸੀ ਮੇਰਾ ਜੂੜਾ ਹੋ ਸਕਦੇ ਉਦੋਂ ਏਡਾ ਸਾਰਾ ਇੰਨੇ ਵਧੇ ਸੀ ਫਿਰ ਮੈਂ ਵਿੱਚੇ ਜਦੋਂ ਮੇਰੇ ਸੱਟ ਜੀ ਵਜੀ ਉਦੋਂ ਬਾਅਦ ਮੈਂ ਕਟਾ ਦਿੱਤੇ ਵਿੱਚ ਗੰਜਾ ਜਿਹਾ ਕਰਾਤਾ ਸਿਰ ਫਿਰ ਮੈਨੂੰ ਕਈ ਕਹਿੰਦੇ ਨਹੀਂ ਯਾਰ ਆਉਣਾ ਤੂੰ ਕਰ ਵੀ ਤੂੰ ਰੱਖਿਆ ਕਰ ਇਹ ਵਧੀਆ ਲੱਗਦੇ ਆ ਫਿਰ ਬੱਚੇ ਰੱਖ ਲੈਣਾ ਹੁਣ ਉਹ ਇਹ ਤੰਗ ਜਿਹੇ ਕਰਦੇ ਆ ਮੈਨੂੰ ਪਹਿਲਾਂ ਤਾਂ ਉਦੋਂ ਰੱਖ ਲਿਆ ਸੀ ਉਦੋਂ ਨਹੀਂ ਕੋਈ ਚੱਕਰ ਜਿਹਾ ਪਿਆ ਉਂਕੋ ਘਰਾਲੇ ਬਾਲ ਉਸ ਰੀਅਲ 'ਚ ਹੈ ਕਿ ਕਿਰਾਏ ਪਿਆ ਨਹੀਂ ਰੀਅਲ 'ਚ ਜਿਵੇਂ ਗੰਜਾ ਕਢਾਉਣਾ ਸਰ ਵੀ ਹਾਂ ਸੈੱਟ ਹੋਏ ਨੇ ਉਹ ਦੂਜੇ ਮੈਂ ਉਸ ਦੂਜੂ ਵੀ ਕਰਾਇਆ ਸਟੇਟ ਸਟੂਟ ਜਿਵੇਂ ਕਰਾਉਂਦੇ ਹੁੰਦੇ ਉਹ ਵੀ ਕਰਾਇਆ ਪਰ ਨਹੀਂ ਉਹ ਮੈਨੂੰ ਸੈੱਟ ਨਹੀਂ ਆਏ ਫਿਰ ਉਵੇਂ ਬਣ ਜਾਂਦੇ ਹਾਂ ਘਰਾਲੇ ਬਾਲ ਨਹੀਂ ਪਿੰਡ ਤੋਂ ਹੀ ਫਿਰ ਸਟਾਈਲ ਹਾਂ ਸ਼ੁਰੂ ਤੋਂ ਹੀ ਇਹੀ ਸਹੀ ਹੈ ਸਟਾਈਲਿਸ਼ ਤਾਂ ਯਾਰ ਸਟਾਈਲਿਸ਼ ਮੁੰਡਿਆਂ 'ਚ ਨਾਂ ਆਉਂਦਾ ਹੈ ਤਾਂ ਨਹੀਂ ਇਹ ਗੱਲ ਹੈ ਨਾ ਕਬੱਡੀ ਦੇ ਸਟਾਈਲਿਸ਼ ਪਲੇਅਰਾਂ 'ਚ ਜਿਹੜਾ ਸੰਦੀਪ ਜਿਹੜਾ ਜਦੋਂ ਕਬੱਡੀ ਪਾਉਣ ਜਿਹੜਾ ਸਟਾਈਲ ਹੈ ਤੇਰਾ ਐ ਮਤਲਬ ਕੁਛ ਪਲੇਅਰਾਂ ਦਾ ਸਟਾਈਲ ਰਿਹਾ ਇਹ ਜਿਹੜਾ ਤੇਰਾ ਸਟਾਈਲ ਹੈ ਕਬੱਡੀ ਪਾਉਣ ਦਾ ਗੋਡੇ ਬਾਹਰ ਨੂੰ ਰੱਖ ਕੇ ਝੁੱਕੇ ਵਾਲਾ ਸਟਾਈਲ ਇੱਕ ਕਿਸੇ ਨੂੰ ਦੇਖ ਕੇ ਸਿੱਖਿਆ ਸੀ ਕਿ ਉਹੀ ਐਂ ਬਣ ਗਈ ਕਬੱਡੀ ਸ਼ੁਰੂ ਤੋਂ ਹੀ ਕਿ ਕੋਈ ਕਿਸੇ ਨੂੰ ਫੋਲੋ ਕਰਦੇ ਨੇ ਵੀ ਉਹਨੂੰ ਦੇਖ ਕੇ ਨਹੀਂ ਇਹ ਤਾਂ ਇਹ ਨਹੀਂ ਮੈਂ ਕਿਸੇ ਨੂੰ ਵੀ ਦੇਖ ਕੇ ਸਿੱਖਿਆ ਇਹ ਪਹਿਲਾਂ ਮੈਂ ਪ੍ਰਦੀਪ ਜਦੋਂ ਜਮ੍ਹਾਂ ਵਜਨੀ ਖੇਡਦੇ ਹੁੰਦੇ ਸੀ ਨਾ ਉਦੋਂ ਮੈਂ ਬਾਹਾਂ ਨਹੀਂ ਬਾਹਰ ਕੱਢਦਾ ਹੁੰਦਾ ਜੀ ਅੱਛਾ ਬਾਹਾਂ ਇੱਥੇ ਰੱਖ ਲੈਂਦੇ ਮੁਸ਼ਕਿਲ ਨਾਲ ਲੱਤਾਂ 'ਤੇ ਬਾਹਾਂ ਹੀ ਰੱਖ ਲੱਤਾਂ ਮੂਹਰੇ ਰੱਖਦਾ ਜੀ ਫਿਰ ਹੌਲੀ 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 ਮੈਂ ਬਾਹਾਂ ਕੱਢਣ ਲੱਗ ਗਿਆ ਬਸ ਉਦੋਂ ਤੋਂ ਹੀ ਟਿਕ ਗਿਆ ਉਵੇਂ ਬਸ ਸ਼ੁਰੂ ਤੋਂ ਹੀ ਮੁੜ ਤੋਂ ਜਦੋਂ ਤੂੰ ਖੇਡਣ ਲੱਗੇ ਵੀ ਹੋਰ ਆਉਣੀ ਵੀ ਮੈਂ ਕਿਸੇ ਨੂੰ ਵੇਖ ਕੇ ਜਾਂ ਕਿਵੇਂ ਉਹ ਪਾਉਂਦਾ ਉਵੇਂ ਬਾਹਾਂ ਬਸ ਇੰਨਾ ਵੀ ਜਦੋਂ ਸ਼ੁਰੂ ਸੀ ਪਹਿਲਾਂ ਮੈਂ ਬਾਹਾਂ ਨਹੀਂ ਕੱਢਦਾ ਹੁੰਦਾ ਜੀ ਬਾਹਰ ਪਿੱਛੇ ਰੱਖਣੇ ਹਾਂ 52 ਤੱਕ ਮੈਂ ਬਾਹਾਂ ਪਿੱਛੇ ਰੱਖਦਾ ਹੁੰਦਾ ਜੀ 48-52 ਤੱਕ ਫਿਰ ਉਦੋਂ ਬਾਅਦ ਕੱਢਣ ਲੱਗ ਗਿਆ ਪਰ ਕਦੇ ਕਿਸੇ ਦਰਸ਼ਕ ਨੇ ਕਿਹਾ ਵੀ ਤੇਰਾ ਸਟਾਈਲ ਵਧੀਆ ਜਾਂ ਕੋਈ ਐਂ ਗੱਲ ਹੋਈ ਕਦੇ ਹਾਂ ਕਹਿ ਦਿੰਦੇ ਆ ਉਹ ਵਧੀਆ ਬਈ ਬਈ ਐਂ ਹੋਰ ਨਹੀਂ ਪਾਉਂਦਾ ਕੋਈ ਪਰ ਉਦੋਂ ਵਧੀਆ ਲੱਗਦਾ ਵੀ ਹਾਂ ਠੀਕ ਆ ਵੱਖਰਾ ਜਿਹਾ ਸਟਾਈਲ ਆ ਉਹ ਪਸੰਦ ਆਉਂਦਾ ਨਾ ਦਰਸ਼ਕਾਂ ਨੂੰ ਵਧੀਆ ਲੱਗਦਾ ਦੇਖਣ ਵਾਲਿਆਂ ਨੂੰ ਘੈਂਟ ਲੱਗਦਾ ਆ ਉਹ ਜਹਾਂ ਜਿਹੜੇ ਚਾਹੁਣ ਵਾਲੇ ਆ ਉਹਨਾਂ ਨੂੰ ਵਧੀਆ ਲੱਗਦਾ ਕਿਹੋ ਜਿਹੇ ਚਾਹੁਣ ਵਾਲੇ ਕਿਹੋ ਜਿਹੇ ਮਿਲਦੇ ਆ ਕੀ ਗੱਲਬਾਤ ਕਰਦੇ ਆ ਚਾਹੁਣ ਵਾਲੇ ਵਰਦੀਪ ਵਧੀਆ ਹੀ ਮਿਲਦਾ ਤਕਰੀਬਨ ਚਾਹੁਣ ਵਾਲੇ ਵਧੀਆ ਹੀ ਹੁੰਦੇ ਹੈ ਨਾ ਉਹਨਾਂ ਦਾ ਤਾਂ ਫਿਰ ਉਹੀ ਹੁੰਦਾ ਵੀ ਉਹਨਾਂ ਨੇ ਕੌਡੀ ਵੇਖਣੀ ਹੁੰਦੀ ਆ ਉਹਨਾਂ ਨੂੰ ਤਾਂ ਜਿੱਥੇ ਮਾੜੇ ਆਪਾਂ ਥੋੜ੍ਹਾ ਜਿਹਾ ਡਾਊਨ ਖੇਡਿਆ ਉੱਥੇ ਆਉਂ ਕਹਿੰਦਾ ਨਹੀਂ ਬਾਈ ਆਉਂ ਨਹੀਂ ਸੈੱਟ ਹੋ ਹਾਂ ਤੂੰ ਗੱਟ ਪੈਣ ਵੀ ਆਹ ਗੱਲ ਨਹੀਂ ਅਤੇ ਜਿੱਥੇ ਫਿਰ ਸੈੱਟ ਆ ਹਾਂ ਵਧੀਆ ਫਿਰ ਉੱਥੇ ਬਈ ਹਾਂ ਮਨ ਖੁਸ਼ ਕਰਤਾ ਅੱਜ ਫਿਰ ਮਿਲਦੇ ਹਾਂ ਫਿਰ ਕੋਈ ਇਹੋ ਜਿਹਾ ਵੀ ਮਿਲਿਆ ਜਿਹਨੇ ਕੋਈ ਨੁਕਸ ਕੱਢਿਆ ਹੋਵੇ ਵੀ ਯਾਰ ਐਂ ਸਵਾਦ ਨਹੀਂ ਆਇਆ ਜਾਂ ਤੇਰੀ ਕਬੱਡੀ 'ਚ ਆਹ ਨੁਕਸ ਆ ਜਾਂ ਤੈਨੂੰ ਆਹ ਸਿੱਖਣ ਦੀ ਲੋੜ ਆ ਕੋਈ ਇਹੋ ਜਿਹਾ ਨਹੀਂ ਮਿਲਿਆ ਹਜੇ ਤੱਕਰ ਤਾਂ ਨਹੀਂ ਕੋਈ ਮਿਲਿਆ ਮੈਂ ਸਾਡਾ ਉਸਤਾਦ ਸਾਨੂੰ ਪਹਿਲਾਂ ਕਹਿਣ ਹੁੰਦਾ ਸੀ ਵੀ ਨਹੀਂ ਹਜੇ ਗੱਲ ਨਹੀਂ ਬਣੀ ਹਾਂ ਹਾਂ ਅਤੇ ਪਰ ਊਂ ਹਜੇ ਤੱਕ ਬਾਹਰਲੇ ਬੰਦੇ ਨੇ ਤਾਂ ਨਹੀਂ ਹਜੇ ਉਹ ਕਿਹਾ ਵੀ ਹਾਂ ਵੀ ਤੈਨੂੰ ਆਹ ਚੀਜ਼ ਕਰਨ ਦੀ ਲੋੜ ਆ ਸ਼ਾਇਦ ਕਿਤੇ ਕਹਿ ਵੀ ਦਿੱਤਾ ਹੋਵੇ ਕਿਸੇ ਨੇ ਪਰ ਊਂ ਮੇਰੇ ਉਹ ਪੱਕਾ ਨਹੀਂ ਦਿਮਾਗ 'ਚ ਮੈਂ ਨਾ ਸੰਦੀਪ ਜਦੋਂ ਵੀ ਉਸਤਾਦ ਦੀ ਗੱਲ ਚੱਲਦੀ ਹੈ ਤਾਂ ਮੈਂ ਮੂਹਰਲੇ ਜਿਹੜਾ ਵੀ ਕੋਈ ਖਿਡਾਰੀ ਹੋਵੇ ਉਹਨੂੰ ਇਹ ਜ਼ਰੂਰ ਪੁੱਛਣਾ ਆਉਂਦਾ ਵੀ ਜਿਹੜਾ ਉਸਤਾਦ ਹੈ ਉਹ ਕੰਮ ਕਰਦਾ ਬਹੁਤੇ ਖਿਡਾਰੀ ਤਾਂ ਉਸਤਾਦ ਦੀ ਉੰਨੀ ਰਿਸਪੈਕਟ ਜਾਂ ਉਹ ਵੇਟੇਜ ਦਿੰਦੇ ਨਹੀਂ ਬਹੁਤ ਘੱਟ ਦਿੰਦੇ ਆ ਮਤਲਬ ਪਰ ਉਸਤਾਦ ਦਾ ਕੰਮ ਹੁੰਦਾ ਵੀ ਕਬੱਡੀ ਦੇ ਗੁਰ ਸਿਖਾਉਂਦਾ ਹੋਵੇ ਉਸਤਾਦ ਸਿਖਾਉਂਦਾ ਕਬੱਡੀ ਦੇ ਗੁਰ ਉਸਤਾਦ ਤਾਂ ਜਿਵੇਂ ਮੰਨ ਕੇ ਚੱਲ ਉਹ ਇੱਕ ਉਦੋਂ ਆਪਣਾ ਇਉਂ ਹੁੰਦਾ ਵੀ ਹਾਂ ਉਹਦੇ ਹੇਠ ਆਪਾਂ ਸਾਰਾ ਕੰਮ ਕਰਦੇ ਹਾਂ ਡਰ ਹੁੰਦਾ ਇੱਕ ਆਪਾਂ ਨੂੰ ਵੀ ਆਪਾਂ ਨੂੰ ਜਿੰਨੀ ਉਹਨੇ ਮਿਹਨਤ ਕੀਤੀ ਉਹਨੇ ਲਾਉਣੀ ਆ ਹਾਂ ਗੁਰ ਜਿਹੜੇ ਆਪਾਂ ਕਹਿੰਦੇ ਕਬੱਡੀ ਦੇ ਉਹ ਕੁਛ ਬੰਦਾ ਆ ਵੀ ਸਿੱਖਦਾ ਖੇਡ ਕੇ ਹੈ ਨਾ ਹਾਂ ਦੱਸਦਾ ਜ਼ਰੂਰ ਵੀ ਹਾਂ ਤੂੰ ਇਉਂ ਕਰ ਇਉਂ ਕਰ ਪਰ ਮੇਰੇ ਹਿਸਾਬ ਨਾਲ ਵੀ ਬੰਦਾ 70% ਚੀਜ਼ਾਂ ਆਪ ਸਿੱਖਦਾ ਖੇਡ ਖੇਡ ਕੇ ਵੀ 30% ਚੱਲ ਉਸਤਾਦ ਦਾ ਯੋਗਦਾਨ ਹੁੰਦਾ ਉਹ ਆਪਾਂ ਨੂੰ ਦੱਸਦਾ
ਪਰ ਜ਼ਿਆਦਾ ਬੰਦੇ ਨੂੰ ਖੇਡ ਕੇ ਪਤਾ ਲੱਗਣਾ ਹੁਣ ਹਾਂ ਪਾਸੇ ਕਿਹੜਾ ਤਾਂ ਜਿੰਨਾ ਮਰਜ਼ੀ ਆਪਾਂ ਨੂੰ ਕੋਈ ਦੱਸੀ ਚੱਲੇ ਆਪਾਂ ਨੂੰ ਨਹੀਂ ਪਤਾ ਲੱਗਣਾ ਵੀ ਆਪਾਂ ਕਿਵੇਂ ਬਚਾਅ ਕਰਨਾ ਕਿਵੇਂ ਖੇਡਣਾ ਹੈ ਨਾ ਨਹੀਂ ਜਿਵੇਂ ਕੋਈ ਦਾਅ ਨਹੀਂ ਹੁੰਦੇ ਵੀ ਜੇ ਕਿਸੇ ਬੰਦੇ ਨੇ ਐਂ ਲੱਤ ਫੜ ਲਈ ਤੂੰ ਕਿਵੇਂ ਛਡਾਉਣੀ ਇਹੋ ਜਿਹੀ ਕੋਈ ਗੱਲ ਸਾਂਝੀ ਨਹੀਂ ਹੁੰਦੀ ਕਦੇ ਗਰਾਊਂਡ 'ਚ ਜਾਂ ਉਸਤਾਦ ਦੁਆਰਾ ਨਹੀਂ ਹੁੰਦੀ ਐਂ ਨਹੀਂ ਹੁੰਦੀ ਇਹ ਆਪੇ ਹੁੰਦੀ ਆ ਮਤਲਬ ਇਹ ਤਾਂ ਵੀ ਹਾਂ ਆਪੇ ਪਤਾ ਲੱਗਦਾ ਬੰਦੇ ਨੂੰ ਵੀ ਹਾਂ ਇੱਥੋਂ ਇਉਂ ਫੜਦਾ ਅਤੇ ਇੱਥੋਂ ਇਉਂ ਛੁੱਟਣਾ ਅਤੇ ਜਾਣ ਨੂੰ ਫੜਾਉਣਾ ਹੀ ਨਹੀਂ ਉਸਤਾਦ ਤਾਂ ਡਿਸਿਪਲਨ 'ਚ ਰੱਖਦਾ ਕੁੱਲ ਮਿਲਾ ਕੇ ਬਸ ਉਹਦੇ ਤਾਂ ਆਪਣੇ ਕੋਲ ਡਰ ਹੁੰਦਾ ਵੀ ਹਾਂ ਉਹਨੇ ਜਿੰਨਾ ਜਿਵੇਂ ਕਿਹਾ ਤਾਂ ਉਵੇਂ ਕਰਨਾ ਆਪਾਂ ਬੋਡੀ ਨੂੰ ਜਿਹੜੀ ਹਾਂ ਜਿਹੜਾ ਆਪਾਂ ਖੇਡਣਾ ਉਹ ਆਪਾਂ ਆਪਦੇ ਦਿਮਾਗ ਨੇ ਖੇਡਣਾ ਉੱਥੇ ਭਲਾ ਆਪਾਂ ਨੂੰ ਉਹ ਜਿਹੜਾ ਜਿਵੇਂ ਕਹੀ ਜਾਵੇ ਵੀ ਹਾਂ ਤੂੰ ਇੱਥੇ ਨਾ ਆਪਾਂ ਜਫੇ ਖਾਈ ਨਾ ਭਲਾ ਉੱਥੇ ਆਪਾਂ ਕੁਛ ਕਰ ਨਹੀਂ ਸਕਦੇ ਉੱਥੇ ਉਵੇਂ ਹੀ ਕਰਾਂਗੇ ਜਿਵੇਂ ਆਪਣਾ ਦਿਮਾਗ ਕਰਦਾ ਹੋਇਆ ਹਾਂ ਤੂੰ ਸੁਣਦੇ ਨਹੀਂ ਆਪਾਂ ਮੈਂ ਤਾਂ ਨਹੀਂ ਆਉਂ ਮੈਂ ਤਾਂ ਆਪਦੇ ਦਿਮਾਗ ਨੇ ਖੇਡਦਾ ਵੀ ਹੋਰਾਂ ਦਾ ਆਪਾਂ ਨੂੰ ਪਤਾ ਨਹੀਂ ਕਈ ਮੰਨਦੇ ਵੀ ਹੋਣਗੇ ਨਾ ਪਰ ਮੈਂ ਤਾਂ ਆਪ ਜਿਵੇਂ ਦਿਮਾਗ ਕੰਮ ਕਰਦਾ ਉਵੇਂ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਕਹਿੰਦੇ ਜਦੋਂ ਸੰਦੀਪ ਗਰਾਊਂਡ 'ਚ ਹੁੰਦਾ ਉਦੋਂ ਕਿਸੇ ਨਾਲ ਗੱਲ ਬਹੁਤ ਘੱਟ ਕਰਦਾ ਨਹੀਂ ਹਾਂ ਵਰਦੀਪ ਉਹਦੇ ਵਿੱਚ ਹੈਗੀ ਕਾਰਨ ਮੈਨੂੰ ਨਾ ਮੇਰੇ ਇਉਂ ਜਿਹਾ ਦਿਮਾਗ ਵਰਦੀਪ ਵੀ ਹਾਂ ਜੇ ਮੈਂ ਇਉਂ ਜੇ ਬੋਲ ਜੇ ਪਿਆ ਜਾਂ ਜਾਂਦੇ ਕਿਸੇ ਨਾਲ ਵੀ ਮੇਰੇ ਤੋਂ ਪਰ ਕੌਡੀ ਨਹੀਂ ਢੰਗ ਨਾ ਪੈਣੀ ਉਹ ਇਕੱਲਾ ਦਿਮਾਗ ਉੱਥੇ ਫੋਕਸ ਹੀ ਹੁੰਦਾ ਬਸ ਹਾਂ ਉਸੇ ਜਿਵੇਂ ਜਾਫੀਆਂ 'ਤੇ ਆਪਾਂ ਕੌਡੀ ਬਣੀ ਮੈਚ ਲਾਉਣਾ ਬਸ ਕੌਡੀ 'ਤੇ ਫੋਕਸ ਹੁੰਦਾ ਹੋਰ ਮੈਨੂੰ ਇਉਂ ਨਹੀਂ ਵੀ ਹਾਂ ਜਾਂ ਮੈਂ ਜਾ ਕੇ ਜਾਫਾ ਨੂੰ ਕਹਿਣਾ ਜੋ ਤੁਸੀਂ ਜੱਫਾ ਨਹੀਂ ਲਾਉਂਦੇ ਆਉਂ ਜਾਂ ਇਹੋ ਜਿਹੀ ਗੱਲ ਉਹਨਾਂ ਨਾਲ ਨਹੀਂ ਮਤਲਬ ਹੁੰਦਾ ਕੋਈ ਕੋਈ ਮਤਲਬ ਨਹੀਂ ਮੈਨੂੰ ਆਪਦੇ ਤਾਂ ਹੀ ਆ ਬਸ ਹਾਂ ਜੇ ਮੈਂ ਕੌਡੀਆਂ ਪਾਉਣੀਆਂ ਟੀਮ ਜਿਤਾਉਣੀ ਆ ਬਸ ਤਾਂ ਨਹੀਂ ਗੱਲ ਕਰਦਾ ਤਾਂ ਪਰ ਇਹ ਹੈਗੀ ਹੈ ਨਾ ਗੱਲ ਮੈਂ ਹੈਗੀ ਹਾਂ ਬਾਕੀ ਵੀ ਕੋਈ ਪਲੇਅਰ ਵੀ ਕਹਿੰਦੇ ਇਹ ਗੱਲ ਵੀ ਐਂ ਹੈਗੀ ਸੁਲਤਾਨ ਕਹਿੰਦਾ ਹੁੰਦਾ ਸੁਲਤਾਨ ਨੇ ਇੱਕ ਦੋ ਵਾਰੀ ਕਹੀ ਗੱਲ ਕਹਿੰਦਾ ਵੀ ਇਉਂ ਕਰਕੇ ਦੱਸ ਤੂੰ ਮੈਂ ਬੋਲਦਾ ਨਹੀਂ ਫਿਰ ਮੈਂ ਦੱਸਿਆ ਮੈਂ ਕਿਹਾ ਚੱਕਰ ਆਹ ਆਉਂਦਾ ਮੈਂ ਦਿਮਾਗ ਉੱਧਰ ਹੁੰਦਾ ਫਿਰ ਦਿਮਾਗ ਉੱਧਰ ਕਰਕੇ ਤਾਂ ਹੀ ਮੇਰੇ ਮੇਰੇ 'ਚ ਵੀ ਹੁਣ ਪਹਿਲਾਂ ਜਾਣ ਸਾਰੀ ਬੁਲਾ ਲੈਣਾ ਉਹਨਾਂ ਨੂੰ ਕਈ ਵਾਰੀ ਉਹਦੇ ਨਾਂ 'ਤੇ ਆਣੋ ਗੁਣਾ ਜੋ ਕਿਤੇ ਮੈਚ ਮੂਚ 'ਤੇ ਇਕੱਠੇ ਮਿਲਦੇ ਹਾਂ ਫਿਰ ਉਹਨੂੰ ਜਾਣ ਸਾਰੀ ਉਹ ਬੁਲਾ ਲੈਂਦੇ ਫਿਰ ਉਹਨਾਂ ਨਾਲ ਚੇਤੇ ਕਰਾ ਦੇ ਵੀ ਹਾਂ ਮੇਰੇ 'ਚ ਸਭ ਤੋਂ ਵੱਡੀ ਕਮੀ ਹੈ ਮੈਂ ਜਦੋਂ ਕੋਈ ਸੋਚ ਰਿਹਾ ਹੋਵਾਂ ਨਾ ਕਈ ਵਾਰੀ ਮੈਨੂੰ ਕੋਈ ਬੁਲਾ ਵੀ ਲਵੇ ਮਤਲਬ ਨਾਲ ਦਾ ਬੰਦਾ ਕੋਈ ਗੱਲ ਵੀ ਕਹਿੰਦਾ ਕਈ ਵਾਰੀ ਸੁਣਦੀ ਵੀ ਨਹੀਂ ਵੀ ਉਹਨੇ ਬੁਲਾਇਆ ਹੋ ਜਾਂਦਾ ਧਿਆਨ 'ਚ ਨਹੀਂ ਵੀ ਉੱਧਰ ਆਪਾਂ ਸੋਚ ਰਹੇ ਹਾਂ ਜਾਂ ਜਿਹੜੀ ਚੀਜ਼ ਮਨ 'ਚ ਚੱਲ ਰਹੀ ਹੈ ਉਹ 'ਤੇ ਧਿਆਨ ਬਣ ਜਾਂਦਾ ਉਹ 'ਤੇ ਬਣ ਜਾਂਦਾ ਸੰਦੀਪ ਵਿਆਹ ਕਰਾ ਲਿਆ ਵਿਆਹ ਕਰਾ ਲਿਆ ਹਾਂ ਵਰਦੀ ਅਤੇ ਬੱਚੇ ਗੁੜੀਆ ਹਾਂ ਸਾਲ ਦੀ ਹੋਣੀ 7 ਜੂਨ ਨੂੰ ਕੀ ਨਾਂ ਰੱਖਿਆ ਨਿਰਗੁਣਦੀਪ ਨਿਰਗੁਣਦੀਪ ਹਾਂ ਸਾਲ ਦਾ ਹੋਣਾ ਸਾਲ ਦਾ ਅਤੇ ਉਹ ਰੋੜਨ ਲੱਗ ਗਈ ਹੋਣੀ ਹਾਂ ਰੋੜਨ ਲੱਗ ਗਈ ਖੜ੍ਹ ਜਾਂਦੀ ਆ ਅਤੇ 5-7 ਕਪਲਾਂਗਾ ਭਰ ਕੇ ਤੁਰ ਵੀ ਪੈਂਦੀ ਆ ਵੀ ਉਹ ਪੂਰੀ ਕਲੀਅਰ ਨਹੀਂ ਤੁਰਨ ਲੱਗੀ ਹਜੇ ਅਤੇ ਨਾਲ ਛੋਟਾ ਬ੍ਰਦਰ ਘੋੜਾ ਇਕੱਠੇ ਰਹਿੰਦੇ ਹੁੰਦੇ ਹਾਂ ਹਾਂ ਇਕੱਠੇ ਰਹਿੰਦੇ ਮੰਮੀ ਡੈਡੀ ਨਾਲ ਹਾਂ ਘੋੜੇ ਦੀ ਕਬੱਡੀ ਕਦੋਂ ਸ਼ੁਰੂ ਹੋਈ ਸੀ ਉਹ ਕਿਵੇਂ ਤੁਹਾਨੂੰ ਦੇਖ ਕੇ ਲੱਗਿਆ ਸੀ ਜਾਂ ਕਿਵੇਂ ਕਿੰਨੀ ਛੋਟੀ ਉਮਰ ਹੈ ਪਹਿਲਾਂ ਤੁਹਾਡੇ ਨਾਲ ਕਿੰਨਾ ਛੋਟਾ ਹੈ ਉਹ ਮੇਰੇ 2 ਸਾਲ ਛੋਟਾ ਵਰਦੀ ਪੂਰਾ ਨਾਂ ਅਮਨਦੀਪ ਪੂਰਾ ਨਾਂ ਅਮਨਦੀਪ ਅਤੇ ਉਹਦੀ ਕਬੱਡੀ ਤਾਂ ਉਹਦੀ ਬਸ ਮੈਂ 3 ਮਹੀਨੇ ਪਿੱਛੋਂ ਲੱਗ ਗਏ ਮੇਰੇ ਤੋਂ ਅੱਛਾ ਨਾਲ ਹੀ ਸ਼ੁਰੂ ਕੀਤੀ ਹੈ ਫਿਰ ਨਾਲ ਹੀ ਸ਼ੁਰੂ ਕਰਤੀ ਵੀ ਉਹ ਜਿਹੜੇ 3 ਮਹੀਨੇ ਆਉਣਾਂਗੇ ਉਦੋਂ ਛੋਟੇ ਹੁੰਦੇ ਸੀ ਉਦੋਂ ਇਹ ਕਹਿੰਦਾ ਹੁੰਦੇ ਵੀ ਤੂੰ ਆਓ ਆਪਾਂ ਘਰੇ ਰਹਿੰਦੇ ਹਾਂ ਘਰੇ ਖੇਡਾਂਗੇ ਉਦੋਂ ਘਰੇ ਖੇਡਣਾ ਚਾਹੁੰਦੇ ਮੈਂ ਕਿਹਾ ਨਾ ਆਪਾਂ ਉੱਥੇ ਚੱਲਦੇ ਹਾਂ ਗਰਾਊਂਡ 'ਚ ਉੱਥੇ ਮਿਹਨਤ ਲਾਵਾਂਗੇ ਘਰੇ ਕਿਵੇਂ ਖੇਡੋਗੇ ਦੋਨੇ ਵੀ ਘਰੇ ਦੋਨੇ ਹਾਂ ਘਰੇ ਸਾਡੇ ਛੋਟਾ ਜਿਹਾ ਬਣਾਇਆ ਗਿਆ ਇੱਥਾਂ ਉੱਥੇ ਮਿੱਟੀ ਵੀ ਪਾਈ ਵੀ ਸੀ ਉੱਥੇ ਘੁਲੀ ਘੁਲੀ ਜਾਂਦੇ ਜਾਂ ਕ੍ਰਿਕਟ ਖੇਡਣ ਲੱਗ ਪਏ ਵਿੱਚ ਹੀ ਅਤੇ ਇਹਨੂੰ ਫਿਰ ਇਉਂ ਕਹਿ ਕੇ ਫਿਰ 3 ਮਹੀਨਿਆਂ ਬਾਅਦ ਢਾਂ 3 ਮਹੀਨਿਆਂ ਬਾਅਦ ਲੱਗ ਗਿਆ ਇਹ ਫਿਰ ਇਕੱਠੇ ਉਦੋਂ ਬਾਅਦ ਉਹ ਜਾਫ 'ਚ ਸ਼ੁਰੂ ਤੋਂ ਹੀ ਲੱਗਿਆ ਹੁਣ ਵੀ ਉਹ ਪਹਿਲਾਂ ਕੌਡੀ ਪਾਉਣ ਦੇ ਬਾਅਦ ਜਾਫ ਕਰਨ ਲੱਗਿਆ ਸ਼ੁਰੂ ਤੋਂ ਉਹ ਜਾਫ 'ਚ ਪਰ ਉਹਦੇ ਸੱਟਾਂ ਵੀ ਜ਼ਿਆਦਾ ਨਹੀਂ ਲੱਗ ਗਈਆਂ ਸੱਟਾਂ ਜ਼ਿਆਦਾ ਲੱਗ ਗਈਆਂ ਹਾਂ ਉਹਦੇ ਆਪਰੇਸ਼ਨ ਹੋ ਗਏ 2 ਅਤੇ ਸੱਟ ਮੇਰੇ ਹਿਸਾਬ ਨਾਲ ਜਦੋਂ ਮਾੜਾ ਜਿਹਾ ਆਉਣ ਲੱਗਦਾ ਵੀ ਹਾਂ ਹੁਣ ਸਹੀ ਹੋਇਆ ਉਦੋਂ ਹੀ ਫਿਰ ਸੱਟ ਵੱਜ ਜਾਂਦੀ ਹੁਣ ਐਕਟੀ ਵਧੀਆ ਸੈੱਟ ਸੀ ਸਾਰੇ ਬੰਦੇ ਠੀਕ ਸੀ ਪਰ ਹੁਣ ਮੈਚ ਨਹੀਂ ਹੋ ਰਿਹਾ ਜੀ ਹੁਣ ਬਸ ਮੈਚ ਬੰਦ ਹਾਂ ਇਉਂ ਹੀ ਪਿਛਲੀ ਵਾਰ ਹੋਇਆ ਪਿਛਲੀ ਵਾਰ ਜਦੋਂ ਸਾਰੇ ਬੰਦੇ ਸੈੱਟ ਆ ਗਏ ਉਦੋਂ ਫਿਰ ਬੰਦ ਹੋ ਗਏ ਲਾਈਫ 'ਤੇ ਅਸਰ ਪੈਂਦਾ ਇਸ ਚੀਜ਼ ਦਾ ਜਦੋਂ ਮੈਚ ਖੜ੍ਹ ਜਾਂਦੇ ਆ ਜ਼ਿੰਦਗੀ 'ਤੇ ਪੈਸਿਆਂ ਨੂੰ ਲੈ ਕੇ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੈਂਦਾ ਵਰਦੀ ਹਾਂ ਜਦੋਂ ਆਪਣਾ ਮੰਨ ਕੇ ਚੱਲ ਮੈਚ ਚੱਲਦੇ ਹੁੰਦੇ ਆਪਣਾ ਦਿਮਾਗ ਉੱਧਰ ਹੁੰਦਾ ਕੌਡੀ ਇੰਨੀ ਸਾਰਾ ਹੈ ਨਾ ਜਦੋਂ ਹੁਣ ਆਪਣਾ ਹੁਣ ਹੋਰ ਤਾਂ ਕੁਛ ਕਰ ਹੀ ਨਹੀਂ ਸਕਦੇ ਆਪਾਂ ਮਾੜੇ ਮੋਟੇ ਘਰ ਦੇ ਕੰਮ ਜਿਹੜੇ ਕਰ ਲਾਂਗੇ ਫਿਰ ਉਦੋਂ ਜਦੋਂ ਬੰਦਾ ਵਿਹਲਾ ਰਹਿੰਦਾ ਉਦੋਂ ਫਿਰ ਪੈਂਦਾ ਅਸਰ ਵੱਖਰੀ ਆ ਪਰ ਜਿਵੇਂ ਨਿੱਤ ਮਿਲਦੇ ਆ ਟੂਰਨਾਮੈਂਟ ਦੇ ਇਕੱਠਾ ਨਿੱਤ ਜਾਣਾ ਫਿਰ ਜਦੋਂ ਨਿੱਤ ਜਾਣਾ ਜਿਹੜੇ ਬੰਦੇ ਨੇ ਉਹ ਫਿਰ ਘਰੇ ਜਾਣਾ ਫਿਰ ਔਖਾ ਹੋ ਜਾਂਦਾ ਪਹਿਲਾਂ ਹਿਮਾਚਲ ਦਾ ਪ੍ਰੋਗਰਾਮ ਬਣਾਈ ਬੈਠੇ ਵੀ ਹਿਮਾਚਲ ਚੱਲ ਗਏ ਤੇ ਬਈ ਰੈ ਬਾਂਦੀ 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 ਵਿੱਚ ਸਾਨੂੰ ਬੰਦੇ ਕਹਿੰਦੇ ਨਾ ਜਾਓ ਜੇ ਤੁਸੀਂ ਅੜ ਜਾਓਗੇ ਉੱਧਰ ਲੋਕਡਾਊਨ ਨਾ ਹਾਂ ਲੋਕਡਾਊਨ ਹੋ ਜਾਣਾ ਫਿਰ ਉੱਧਰ ਦੀ ਰਾਇ ਵੀ ਕੈਂਸਲ ਹੋ ਗਈ ਵੀ ਚਲੋ ਰਹਿਣ ਦਿਓ ਵੀ ਨਹੀਂ ਮੈਚ ਮੂਚ ਖੇਡ ਕੇ 2-3 ਸਾਲ ਹੋ ਗਏ ਵੀ ਜਾ ਆਉਣੇ ਉੱਧਰ ਵੀ ਕਦੇ ਗਏ ਨਹੀਂ ਹਾਂ ਜਾ ਆਉਣੇ ਨੇ ਅਸੀਂ ਮਨੀਕਰਨ ਸਾਹਿਬ ਮੱਥਾ ਟੇਕ ਕੇ ਉੱਧਰ ਘੁੰਮ ਘਾਮ ਆਉਣੇ ਜਦੋਂ ਮੈਚ ਮੂਚ ਖੇਡ ਲੈਣਾ ਸਾਰਾ ਸੀਨ ਖਤਮ 3 ਸਾਲ ਹੋ ਗਏ 3 ਸਾਲ ਗਏ ਅਸੀਂ ਲਗਾਤਾਰ ਐਤੀ ਇਉਂ ਜੇ ਸੀ ਵੀ ਚੱਲ ਗਏ ਜਾ ਕੇ ਆਉਣੇ ਫਿਰ ਉਦੋਂ
ਹਰਦਾਇ ਵਾਪਸ ਮੁੜਿਆ ਏ ਉਹ ਕਿਉਂ ਉਹ ਬਸ ਇੱਕ ਤਾਂ ਟ੍ਰੈਫਿਕ ਜ਼ਿਆਦਾ ਲੱਗਿਆ ਇੱਕ ਸਾਨੂੰ ਉਹੀ ਅੱਕ ਜੇ ਗਏ ਸੀ ਭਾਣਾ ਸਾਨੂੰ ਉਹੀ ਵਿਸ਼ੇਸ਼ ਦੀ ਚੱਲ ਗਏ ਘਰੇ ਅੱਛਾ ਤੇ ਫਿਰ ਅਸੀਂ ਵਾਪਸ ਹੀ ਮੁੜਿਆ ਏ ਉੱਥੋਂ ਜਾਂਦੇ ਕਾਹਦੇ ਤੇ ਜਾਂਦੇ ਪਹਿਲਾਂ ਤਾਂ ਅਸੀਂ 2 ਸਾਲ ਤਾਂ ਗੱਡੀ 'ਤੇ ਗਏ ਸੀ ਨੋਵਾ 'ਤੇ ਅਤੇ ਪਿਛਲੇ ਸਾਲ ਅਸੀਂ ਪਿੱਕਾ ਲੈ ਗਏ ਸੀ ਇਹੀ 19 'ਚ ਉਹ ਪਿੱਕਾ ਲੈ ਗਏ ਸੀ ਲਾਸਟ ਵਾਰੀ ਬਸ 19 'ਚ ਗਏ ਹਾਂ ਮੁੜ ਕੇ ਜਾਇਆ ਨਹੀਂ ਮੁੜ ਕੇ ਗਾਂ 20 'ਚ ਲੋਕਡਾਊਨ ਲੱਗ ਗਿਆ ਹੁਣ ਵੀ ਮਨਾਲੀ ਫਿਰ ਕੀ ਵਧੀਆ ਲੱਗਦਾ ਮਨਾਲੀ ਪ੍ਰਦੀਪ ਉੱਧਰੋਂ ਸਾਰੇ ਇੱਕੋ ਜਿਹਾ ਹੀ ਹੈ ਯਾਰ ਗਾ ਪਹਾੜ ਵਧੀਆ ਲੱਗਦੇ ਕਿ ਨਹੀਂ ਪਹਾੜ ਹਾਂ ਵਧੀਆ ਪਹਾੜ ਹਾਂ ਪੂਰੇ ਬਣਦੇ ਆ ਵਿਊ ਪੂਰੇ ਪਰ ਮੇਰੇ ਹਿਸਾਬ ਨਾਲ ਮਣੀਕਰਨ ਜਾਂ ਇਹ ਜਿਨ੍ਹਾਂ ਦਾ ਪਹਿਲਾਂ ਜਾਵੜੇ ਸਾਨੂੰ ਤਾਂ ਵਧੀਆ ਲੱਗਦਾ ਮਣੀਕਰਨ ਸਾਨੂੰ ਜ਼ਿਆਦਾ ਵਧੀਆ ਲੱਗਦਾ ਮਨਾਲੀ ਨਾਲੋਂ ਵੀ ਗੁਰਦੁਆਰਾ ਸਾਹਿਬ ਵੀ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉੱਥੇ ਉਹਨਾਂ ਵਾਲੇ ਉਹ ਤਾਂ ਮਨਾਲੀ ਤਾਂ ਜ਼ਿਆਦਾ ਉੱਥੇ ਹਰਿਆਲੀ ਵੀ ਜ਼ਿਆਦਾ ਆ ਸਾਰਾ ਕੁਛ ਆ ਅਤੇ ਊਂ ਮਣੀਕਰਨ ਤਾਂ ਹੈ ਵੀ ਨਹੀਂ ਚਲੋ ਗੁਰਦੁਆਰਾ ਸਾਹਿਬ ਆਪਣਾ ਉੱਥੇ ਉਹ ਸਾਨੂੰ ਜਿਹੜੇ ਜਿਹੜੇ ਮਹੀਨੇ 'ਚ ਤੁਸੀਂ ਫ੍ਰੀ ਹੁੰਦੇ ਹੋ ਲਗਭਗ ਮੈਨੂੰ ਪਤਾ ਹੁਣ ਜਦੋਂ ਕਬੱਡੀ ਬੰਦ ਹੁੰਦੀ ਉਦੋਂ ਹੀ ਫ੍ਰੀ ਹੁੰਦੇ ਉਦੋਂ ਜਾਂਦੇ ਹੋ ਅਤੇ ਫਿਰ ਉਦੋਂ ਤਾਂ ਉੱਥੇ ਬਰਫ ਬੁਰਫ ਤਾਂ ਹੁੰਦੀ ਨਹੀਂ ਬਰਫ ਤਾਂ ਹੁਣ ਗਾਂ ਆਦ ਨਾਲ ਜਾ ਆਉਂਦੇ ਅਸੀਂ ਅੱਛਾ ਅੱਗੇ ਆਦ ਨਾਲ ਜਾ ਆਉਂਦੇ ਪਰ ਬਰਫ ਨਹੀਂ ਹੁੰਦੀ ਹਾਂ ਬਰਫ ਨਹੀਂ ਹੁੰਦੀ ਬਰਫ ਵਾਲੇ ਏਰੀਏ 'ਚ ਫਿਰ ਉੱਥੇ ਤਾਂ ਗਾ ਬਰਫ ਤਾਂ ਗਾਂ ਜੇ ਉੱਥੇ ਮਾੜੀ ਮੋਟੀ ਹੋਈ ਵੀ ਤਾਂ ਉੱਥੇ ਤਾਂ ਗਏ ਨਹੀਂ ਅਸੀਂ ਸਨੋਅ ਤੱਕ ਤਾਂ ਗਏ ਨਹੀਂ ਉੱਥੇ ਤੱਕ ਨਹੀਂ ਗਏ ਤਾਂ ਬਸ ਮਣੀਕਰਨ ਸਾਹਿਬ ਉੱਥੇ ਜਾਣ ਦਾ ਮਕਸਦ ਇਹ ਵੀ ਹੁੰਦਾ ਵੀ ਯਾਰ ਫੋਟੋਆਂ ਕਰਾਵਾਂਗੇ ਅਤੇ ਘੈਂਟ ਆਉਣਗੀਆਂ ਜਾਏ ਕੋਈ ਇਹ ਵੀ ਹੁੰਦਾ ਨਹੀਂ ਬਸ ਇਉਂ ਹੀ ਆ ਬਸ ਜਾ ਕੇ ਵੇਖ ਕੇ ਘੁੰਮ ਕੇ ਵੀ ਦਿਮਾਗ ਜਿਹਾ ਰਿਲੈਕਸ ਜਿਹਾ ਹੋ ਜਾਂਦਾ ਜ਼ਿਆਦਾ ਜ਼ਿਆਦਾ ਸਵਾਦ ਇਕੱਠੇ ਜਾ ਕੇ ਗੱਲਾਂ ਕਰਨਾ ਉੱਥੇ ਪਹੁੰਚ ਕੇ ਹਾਂ ਬਸ ਉੱਥੇ ਗੱਲਾਂ ਉੱਥੇ ਜਾ ਕੇ ਪਹੁੰਚ ਕੇ ਅਤੇ ਗੱਲਾਂ ਤਾਂ ਆਪਣੀਆਂ ਤੈਨੂੰ ਪਤਾ ਹੀ ਚੱਲਦੀਆਂ ਹੀ ਜਾਂਦੀਆਂ ਅਤੇ ਉਏ ਇਉਂ ਜਿਹਾ ਵੀ ਹਾਂ ਇਕੱਠੇ ਚੱਲ ਗਏ ਸਾਰੇ ਕੌਣ ਕੌਣ ਜਾਂਦੇ ਹੋ ਫਿਰ ਆਪਣੇ ਜਾਂਦੇ ਨੇ ਰੁਪਿੰਦਰ ਹੁੰਦਾ ਮੈਂ ਹੁਣ ਇਹ ਸਾਡੇ ਲੱਗਿਆ ਸੀ ਇਹ ਪਿਛਲੇ ਉਦੋਂ ਤਾਂ ਗਿਆ ਨਹੀਂ 2 ਸਾਲ ਹੀ ਗਿਆ ਬਸ ਆਪਦੇ ਬੰਦੇ ਜੀ 5-7 ਕੁ ਜਾਣੇ ਸਹੀ ਹੈ ਮੈਂ ਹੋਰ ਨਹੀਂ ਕਿਸੇ ਪਾਸੇ ਗਏ ਉੱਥੇ ਜਾਂਦੇ ਹੋ ਹਾਂ ਉੱਥੇ 3 ਸਾਲ ਉੱਥੇ ਗਏ ਉੱਥੇ ਉਹ ਕਰਦੇ ਨਾ ਲੋਕ ਪੈਰਾਗਲਾਈਡਿੰਗ ਗਲੂਡਿੰਗ ਉਹ ਤਾਂ ਨਹੀਂ ਕੀਤੀ ਉਹ ਨਹੀਂ ਕੀਤੀ ਦੂਜੀ ਕੀਤੀ ਸੀ ਉਹ ਕੀ ਕਰਦੇ ਹੁੰਦੇ ਕਹਿੰਦੇ ਹੁੰਦੇ ਰਾਫਟਿੰਗ ਹਾਂ ਰਾਫਟਿੰਗ ਅੱਛਾ ਉਹ 'ਚ ਪਾਣੀ ਦੇ ਵਿੱਚ ਉਹਨੇ ਜਾਨ ਲੈ ਲਈ ਸਾਡੀ ਅਸੀਂ ਤਾਂ ਕੰਨਾਂ ਨੂੰ ਹੱਥ ਲਾ ਕੇ ਨਿਕਲੇ ਉਹ 'ਚ ਅਸੀਂ ਹੁਣ ਉਹ ਕਹਿੰਦੇ 3-4 ਕਿਲੋਮੀਟਰ ਵੱਟ ਲੈ ਕੇ ਜਾਣੀ ਸੀ ਕਿਸ਼ਤੀ 'ਚ ਉਹਨੇ ਸਾਨੂੰ ਤਾਂ ਆਉਂ ਸੀ ਉਹਨੇ ਪਹਿਲਾਂ ਤਾਂ ਉਹ ਕਹਿੰਦਾ ਨਿੱਕਰਾਂ ਪਾਲੋ ਕੋਲ ਤੁਹਾਡੇ ਕੱਪੜੇ ਭੇਜਣਾ ਕਿ ਸਾਨੂੰ ਤਾਂ ਆਉਂ ਸੀ ਵੀ ਉੱਤੇ ਉੱਤੇ ਲੈ ਕੇ ਜਾਣੀ ਆ ਮੈਂ ਝੱਲਾਂ 'ਚ ਕਰ ਦਿਆ ਕਰੇ ਉਹ ਪਾਣੀ ਤਾਂ ਕੰਬ ਕੇ ਕਰਦੇ ਬਾਈ ਉਹ ਤਾਂ ਠੰਡਾ ਪਾਣੀ ਉਹਦੀ ਵੀਡੀਓ ਨਹੀਂ ਬਣਾਈ ਉਹ ਵੀਡੀਓ ਬਣੀ ਵੀ ਹੈਗੀ ਉਹਦੇ ਮੇਰੇ ਸਾਨੂੰ ਭੇਜੀ ਸੀ ਉਹਨੇ ਯਾਰ ਕਾਲੇ ਕੋਲੇ ਆ ਵੀਡੀਓ ਦੀ ਹੈਗੀ ਆ ਤੇ ਉਹ ਤਾਂ ਨਾ ਪ੍ਰਦੀਪ ਅਸੀਂ ਨਾ ਕੰਨ ਨੂੰ ਹੱਥ ਲਾਲੇ ਵੀ ਨਹੀਂ ਦੰਦ ਕੁੜਿੱਕਾ ਵੱਜੇ ਬਹੁਤ ਭੈੜਾ ਹੋਇਆ ਕੰਮ ਡੁੱਬਾਂਗੇ ਰੋਹ ਸਾਡੇ ਤੇ ਇੱਕ ਉਹ ਆਉਣਾ ਕਰੋ ਇਧਰੋਂ ਹੱਥ ਪਾਓ ਇਧਰੋਂ ਹੱਥ ਪਾਓ ਇੱਕ ਸਾਨੂੰ ਡਰ ਲੱਗੇ ਉਹ ਬੜਾ ਯਾਰ ਤੇ ਪਰ ਕਰਨ ਜੋਗੇ ਹੈ ਨੀ ਸੀ ਕੁਛ ਕਿਉਂਕਿ ਮੇਨ ਬੰਦਾ ਉਹ ਸੀ ਚਲਾਉਣ ਵਾਲੀ ਸੁਣਨੀ ਪੈਂਦੀ ਉਹਨਾਂ ਦੀ ਨਹੀਂ ਸੁਣਾ ਕੇ ਗੱਲ ਬੜ ਹੋ ਜਾਂਦੀ ਹੈ ਇਹੋ ਜਿਹੀਆਂ ਚੀਜ਼ਾਂ ਤਾਂ ਹੁੰਦੀਆਂ ਰਹਿੰਦੀਆਂ ਕੈਨੇਡਾ 'ਚ ਨਹੀਂ ਘੁੰਮਣ ਗਏ ਕਿਸੇ ਪਾਸੇ ਹੋਰ ਕੈਨੇਡਾ 'ਚ ਵੀ ਗਏ ਸੀ ਉੱਤੇ ਉਹ ਚੜੋਲਾਂ ਆਈਆਂ ਦੇ ਹੁੰਡੇ ਲੈਣਾ ਪ੍ਰਦੀਪ ਉੱਥੇ ਵੀ ਉਵੇਂ ਹੀ ਡਾਂਟ ਪੈ ਗਿਆ ਕਿਵੇਂ ਮੈਂ ਸੀ ਬਾਈ ਟੋਨਾ ਸੀ ਅਤੇ ਇੱਕ ਨਾਲ ਬਾਈ ਦੇ ਪਿੰਡੋਂ ਹੋਰ ਸੀ ਮੁੰਡਾ 2 ਜਣੇ ਸੀਗੇ ਉਹ 4 ਜਣੇ ਸੀ ਸਾਰੇ ਉਹ ਨਹੀਂ ਹੁੰਦੇ ਉਹ ਦੂਜਾ ਕੀ ਫਨ ਸਿਟੀ ਕੀ ਹੁੰਦੇ ਉਹ ਜਿੱਥੇ ਉਹ ਹੁੰਦੀਆਂ ਰਾਈਡਾਂ ਆਈਆਂ ਹਾਂ ਹਾਂ ਵੀ ਉਹ ਝੂਲੇ ਉਹ ਘੁੰਮ ਜਾਂਦੀਆਂ ਉਹ ਜਾਂ ਉਹ ਰੇਲ ਜੀ ਉਹ ਤਾਂ ਬੜਾ ਬੜਾ ਬੋਲਦੇ ਹੁੰਦਾ ਆਪਣੇ ਤਾਂ ਇੱਧਰ ਹਜੇ ਮਾੜਾ ਮੋਟਾ ਘੱਟ ਹੋਊਗਾ ਅਤੇ ਉੱਧਰ ਤਾਂ ਬੜਾ ਖਤਰਨਾਕ ਅਤੇ ਉਹਨੇ ਲੈਣੀਆਂ ਟਿਕਟਾਂ ਤਾਂ ਤੁਹਾਨੂੰ ਚੜ੍ਹਦੇ ਚੁੜਦੇ ਰਹਿੰਦੇ ਉੱਧਰ ਅਤੇ ਮੈਂ ਤਾਂ ਉੱਥੋਂ ਵਾਲੇ ਸੀ ਹਾਂ ਉੱਥੋਂ ਵਾਲੇ ਸੀ ਉਹਨਾਂ ਨੇ ਤਾਂ ਉੱਧਰ ਉਹਨਾਂ ਨੇ ਤਾਂ ਦੱਸਿਆ ਹੀ ਬਾਅਦ 'ਚ ਵੀ ਹਾਂ ਟਿਕਟਾਂ ਲੈਣੀਆਂ ਇਹਦੀਆਂ ਅਤੇ ਅਸੀਂ ਤਾਂ ਉਹ ਵੇਖਣ ਰੋੜਗੰਡੀਆਂ ਉੱਚੀਆਂ ਅਤੇ ਸਾਡੀ ਤਾਂ ਨਾ ਜਾਂ ਨਹੀਂ ਨਿਕਲ ਗਈ ਤਾਂ ਮੈਂ 2 ਵਾਰੀ ਚੜਿਆ ਮੈਂ ਤਾਂ ਨਹੀਂ ਉਹ ਲੱਤਾਂ ਕੰਮ ਲੱਗ ਜਾ ਕਰਨੇ ਇੰਨੀਆਂ ਭੈੜੀਆਂ ਯਾਰ ਉਹ ਤੂੰ ਰੇਲ ਗੱਡੀ ਤਾਂ ਇੰਨੀ ਖਤਰਨਾਕ ਰੋਲਰ ਕੋਸਟਰ ਹੋ ਜਾਂਦੀ ਉਹ ਬੰਦਾ ਪੁੱਠਾ ਹੋ ਜਾਂਦਾ ਉੱਥੇ ਤੇ ਉਹ ਤਾਂ ਬਈ ਅਸੀਂ ਮਸਾਂ ਆਇਆ ਉਹ ਕਹੇ ਮੈਂ ਲੈਣੀ ਪੈਣੀ ਆ ਬਈ ਪੈਸੇ ਲੱਗੇ ਆ ਉਹ ਤਾਂ ਮਜ਼ਾਕ ਨਾ ਕਹਿੰਦਾ ਵੀ ਉਹ ਤੇ ਪਰ ਸਾਨੂੰ ਚੜ੍ਹਨਾ ਪਿਆ ਤੇ ਪਰ ਸਾਨੂੰ ਨਾ ਜਾਨ ਉੱਠੀ ਜੀ ਰਹੀ ਸੰਦੀਪ ਗੱਲਬਾਤ ਕਰਕੇ ਵਧੀਆ ਹੱਸਮੁਖੀ ਸੁਭਾਅ ਲੱਗ ਰਿਹਾ ਨਾ ਪਰ ਕਿਤੇ ਗੁੱਸਾ ਆ ਜਾਂਦਾ ਗੁੱਸਾ ਵਰਦੀਪ ਇਉਂ ਤਾਂ ਨਹੀਂ ਕਿਤੇ ਕਿਤੇ ਆ ਵੀ ਜਾਂਦਾ ਪਰ ਜ਼ਿਆਦਾ ਨਹੀਂ ਕਿਹੜੀ ਗੱਲ 'ਤੇ ਆਉਂਦਾ ਜਦੋਂ ਆਉਂਦਾ ਗੱਲ ਤਾਂ ਵਰਦੀਪ ਕਈ ਵਾਰੀ ਉਹ ਜਿਹੀ ਗੱਲ ਹੋ ਜਾਂਦੀ ਆ ਉਦੋਂ ਹੀ ਆਉਂਦਾ ਵੀ ਜਾਂ ਨਾ ਆਪ ਨੂੰ ਵਧੀਆ ਲੱਗੇ ਅਤੇ ਗਰਾਊਂਡ 'ਚ ਕਦੇ ਗਰਾਊਂਡ 'ਚ ਨਹੀਂ ਕਦੇ ਨਹੀਂ ਹੋਇਆ ਵੀ ਕੋਈ ਕਿਸੇ ਨਾਲ ਬਹਿਸ ਹੋ ਗਈ ਹੋਵੇ ਪੁਆਇੰਟ ਨੂੰ ਲੈ ਕੇ ਕੋਈ ਹੋਰ ਨਹੀਂ ਕਦੇ ਨਹੀਂ ਹੋਇਆ ਇਹ ਚੀਜ਼ ਆਪਣੇ ਆਪ ਪੈਦਾ ਹੋ ਗਈ ਜਾਂ ਮਤਲਬ ਕਦੇ ਲੱਗਿਆ ਹੀ ਨਹੀਂ ਵੀ ਮੇਰਾ ਪੁਆਇੰਟ ਗਲਤ ਦਿੱਤਾ ਆਮ ਤੌਰ 'ਤੇ ਖਿਡਾਰੀ ਓਬਜੈਕਸ਼ਨ ਠਾਉਂਦੇ ਨਾ ਕਿ ਮੇਰਾ ਟੱਚ ਹੋਇਆ ਮੇਰਾ ਨਹੀਂ ਹੋਇਆ ਐਂ ਤਾਂ ਹੋ ਜਾਂਦਾ ਪੂਰਾ ਹੀ ਨਹੀਂ ਸ਼ਾਇਦ ਸ਼ੁਰੂ ਤੋਂ ਹੀ ਵੱਚੀ ਪਾਈ ਵੀ ਸੀਗੀ ਵੀ ਹਾਂ ਵੀ ਬੈਸਣਾ ਨਹੀਂ ਗਾ ਹਾਂ
ਬਸ ਜਿਹੜਾ ਤੂੰ ਬੈਸਣਾ ਉਹ ਤੂੰ ਜ਼ੋਰ ਮੈਂ ਇੱਥੇ ਲਾਉਣਾ ਬੈਸਣਾ ਹੈ ਹੀ ਨਹੀਂ ਨਹੀਂ ਮੈਂ ਮੇਰੇ ਸਾਹਮਣੇ ਕਿਤੇ ਬੈਸਿਆ ਵੀ ਨਹੀਂ ਬੋਲੇ ਕਿਤੇ ਵੀ ਕਿਤੇ ਹਾਂ ਜਿੱਥੇ ਤਾਂ ਹਾਂ ਆਪਾਂ ਨੂੰ ਜਮਾਂ ਪੱਕਾ ਪਤਾ ਵੀ ਜਮਾਂ ਹੀ ਗਲਤ ਕਰੀ ਜਾਂਦੇ ਕੰਮ ਉੱਥੇ ਤਾਂ ਕੀ ਕਹਿਣਾ ਇੱਕ ਅੱਧੀ ਯਾਰ ਨਹੀਂ ਛੇਤੀ ਨਹੀਂ ਵੈਸਣ ਵਾਲਾ ਚੀਜ਼ ਕਦੇ ਨਹੀਂ ਰਹੀ ਅਤੇ ਜਿਹੜਾ ਉਂਗਲ ਖੜੀ ਕਰਨ ਵਾਲਾ ਜਾਂ ਸਟਾਈਲ ਮਾਰਨ ਵਾਲਾ ਕੋਈ ਉਹ ਚੀਜ਼ ਉਹ ਕੀਤੀ ਕਦੇ ਕਦੇ ਉਹ ਵੀ ਘੱਟ ਹਾਂ ਪਰ ਕਦੇ ਕਦੇ ਤਾਂ ਕਰੀ ਹੋਊ ਐਂ ਤਾਂ ਇੱਕ ਵਾਰੀ ਕੀਤੀ ਆਉਂਦਾ ਅਤੇ ਊਂ ਪਰ ਜ਼ਿਆਦਾ ਨਹੀਂ ਉਹ ਵਧੀਆ ਨਹੀਂ ਲੱਗਦਾ ਜਾਂ ਮਤਲਬ ਐਂ ਲੱਗਦਾ ਊਂ ਕਈ ਕਈ ਵਾਰੀ ਤਾਂ ਮੈਨੂੰ ਇਉਂ ਹੀ ਲੱਗਦਾ ਵਰਦੀਪ ਵੀ ਹਾਂ ਵੀ ਹਾਂ ਵੀ ਹੋਣਾ ਚਾਹੀਦਾ ਮੈਂ ਯਾਰ ਉਂਗਲਾਂ ਖੜੀਆਂ ਵੀ ਆਹ ਵੱਖਰਾ ਜਿਹਾ ਕਰਾਂ ਕੁਛ ਫਿਰ ਮੈਨੂੰ ਵਿੱਚ ਆਉਣ ਲੱਗ ਲੱਗਾ ਵੀ ਜੇ ਮੈਂ ਆਹ ਕੰਮ ਕਰਨ ਲੱਗ ਗਿਆ ਫਿਰ ਮੈਂ ਹਟਣਾ ਨਹੀਂ ਹਾਂ ਵੀ ਫਿਰ ਮੈਂ ਉਵੇਂ ਹੀ ਕਰਨ ਲੱਗੂ ਫਿਰ ਮੈਂ ਸਾਰਿਆਂ ਦੇ ਕਰੂੰ ਅਤੇ ਫਿਰ ਇਉਂ ਔਖਾ ਜਾਣਾ ਹੈ ਨਾ ਅਤੇ ਫਿਰ ਮੈਂ ਤਾਂ ਵੀ ਉਹ ਕਈ ਕਈ ਰਿਸ਼ਪਾਜ ਰਹਿੰਦਾ ਵਿੱਚ ਵੀ ਨਾ ਰਹਿਣ ਘੁੱਟ ਜੇ ਲੈਣਾ ਹਾਂ ਅਤੇ ਵਿੱਚ ਵਿੱਚ ਕਈ ਕਈ ਵਾਰੀ ਉਹ ਅੰਦਰੋਂ ਹਲੂਣੀ ਜਿਹੀ ਵੀ ਉੱਠਦੀ ਆ ਵੀ ਘਰ ਕੋਈ ਚੱਕਰ ਨਹੀਂ ਅਤੇ ਫਿਰ ਵਿੱਚ ਇਉਂ ਜੇ ਊਂ ਸ਼ੁਰੂ ਤੋਂ ਹੀ ਉਹ ਕੌਡੀ ਉਵੇਂ ਇਹ ਪਾਉਣਾ ਕਰਕੇ ਪ੍ਰਦੀਪ ਤਾਂ ਵੀ ਉਵੇਂ ਆ ਵੀ ਉਵੇਂ ਸੁਭਾਅ ਜਿਹਾ ਹੀ ਬਣਿਆ ਪਿਆ ਉਵੇਂ ਜੇ ਕੌਡੀ ਪਾਉਣ ਦਾ ਪਰ ਲੋਕਾਂ ਦਾ ਤਾਂ ਇੰਟਰਟੇਨਮੈਂਟ ਆ ਨਾ ਇਹ ਚੀਜ਼ 'ਚ ਵੀ ਐਂ ਯਾਰ ਹੋਵੇ ਥੋੜ੍ਹਾ ਜਿਹਾ ਚੀਕ ਵੀ ਨਹੀਂ ਪੈਂਦੀ ਵੱਧ ਹਾਂ ਉਹਦੇ ਨਾਲ ਮੇਰੇ ਸਾਨੂੰ ਜੇ ਮੈਂ ਕਰਨ ਲੱਗ ਜਾਂਦਾ ਉਹਨਾਂ ਉਦੋਂ ਵੱਧ ਪਿਆ ਕਰੇ ਚੀਕ ਹਨਾ ਕਿਉਂਕਿ ਮੈਂ ਕੀਤੀ ਨਹੀਂ ਕਿਤੇ ਅਤੇ ਮੈਨੂੰ ਉਹ ਵੀ ਆ ਵੀ ਸ਼ਾਇਦ ਜੇ ਮੈਂ ਕਰਨ ਲੱਗ ਪਾਂ ਤਾਂ ਜਿਹੜੇ ਕਈ ਵੀ ਚਾਹੁਣ ਵਾਲੇ ਉਹਨਾਂ ਨੂੰ ਵੀ ਆਉਣ ਲੱਗੇ ਵੀ ਆਹ ਹੀ ਕਰਨ ਲੱਗ ਗਿਆ ਵੀ ਮੈਂ ਤਾਂ ਸ਼ੁਰੂ ਤੋਂ ਕਈ ਚਾਹੁਣ ਵਾਲੇ ਇਸ ਕਰਕੇ ਵੀ ਚਾਹੁੰਦੇ ਆ ਨਾ ਵੀ ਕਿੰਨੀ ਸਿੰਪਲ ਕਬੱਡੀ ਹੈ ਹੁਣ ਇਹ ਵਾਰ ਦਰਸ਼ਕਾਂ ਤੇ ਡਿਪੈਂਡ ਕਰਦਾ ਕਈ ਦਰਸ਼ਕ ਕਹਿੰਦੇ ਸਿੰਪਲ ਕਬੱਡੀ ਪਾਓ ਕਈ ਕਹਿੰਦੇ ਯਾਰ ਮਾੜਾ ਜਿਹਾ ਹੋਣਾ ਚਾਹੀਦਾ ਉਹ ਮੈਨੂੰ ਕਈ ਵਾਰੀ ਬਾਹਰ ਕਹਿ ਦਿੰਦੇ ਹੁੰਦੇ ਕਹਿੰਦੇ ਇੱਥੇ ਵੀ ਤੂੰ ਐਕਸ਼ਨ ਕਰਿਆ ਕਰ ਕੋਈ ਨਾ ਕੋਈ ਹਾਂ ਵੀ ਉੱਧਰ ਜ਼ਿਆਦਾ ਲਾਈ ਕਰਦੇ ਆ ਲੋਕ ਐਕਸ਼ਨ ਹਨਾ ਅਤੇ ਪਰ ਹੁਣ ਨਹੀਂ ਹੋਇਆ ਨੀਗਾ ਇੱਕ ਵਾਰੀ ਐ ਉਂਗਲ ਖੜੀ ਕੀਤੀ ਕਿਹਦੇ ਤੇ ਕੀਤੀ ਉਹ ਕੀਤੀ ਸੀਗੀ ਉੱਥੇ ਆਪਣਾ ਮੈਚ ਸੀ ਮੈਂ 19 ਦਾ ਹੀ ਮੈਚ ਆ ਉਹ ਹੋਇਆ ਸੀ ਰੋਟਰੀ ਸਟੇਡੀਅਮ 'ਚ ਰੋਟਰੀ 'ਚ ਹੀ ਹੋਇਆ ਸੀ ਹਾਂ ਉਹ ਮੇਰੇ ਤਾਂ ਰੂਬੀ ਨੇ ਹਰਖਵਾਲ ਨੇ ਉਂਗਲ ਚੱਕੀ ਪਹਿਲਾਂ ਅੱਛਾ ਹਾਂ ਉਹਨੇ ਜੱਫਾ ਲਾ ਕੇ ਮੈਨੂੰ ਉਂਗਲ ਚੱਕੀ ਫਿਰ ਮੈਂ ਉਹ 'ਤੇ ਚੱਕੀ ਅਤੇ ਮੈਨੂੰ ਉੱਥੇ ਸ਼ਾਇਦ ਇਉਂ ਜੇ ਵੀ ਊਂ ਤਾਂ ਹੋਰ ਵੀ ਕਈ ਜਾਫੀ ਮੈਨੂੰ ਚੇਤੇ ਵੀ ਨਹੀਂ ਗਏ ਵੀ ਉਂਗਲਾਂ ਚੱਕ ਦਿੰਦੇ ਪਰ ਮੈਨੂੰ ਛੇਤੀ ਨਹੀਂ ਚੱਕਦਾ ਪਰ ਉੱਥੇ ਮੈਨੂੰ ਉਹਨੇ ਉਹ ਸਾਹਮਣੇ ਜੋ ਕੇ ਉਹ ਅੱਖ ਜੀ ਅੱਖ ਪਾ ਕੇ ਚੱਕੀ ਮਾੜਾ ਜਿਹਾ ਉਹਨਾਂ ਨੂੰ ਕਿਹਾ ਆਵਾਜ਼ ਘਟਾ ਲਓ ਵਿੱਚ ਆਊ ਅੱਛਾ ਉਹਨੇ ਦਿਖਾ ਕੇ ਚੱਕੀ ਹਾਂ ਦਿਖਾ ਕੇ ਜੀ ਮੈਨੂੰ ਲੱਗਿਆ ਵੀ ਹਾਂ ਜਿਵੇਂ ਉਹਨੇ ਅਤੇ ਫਿਰ ਉੱਥੇ ਚੱਕੀ ਮੈਂ ਇੱਕ ਵਾਰੀ ਜਿਹੜੇ ਹੁਣ ਤੱਕ ਪ੍ਰਦਰਸ਼ਨ ਰਹੇ ਵਧੀਆ ਪ੍ਰਦਰਸ਼ਨ ਜਿਹੜੇ ਬੈਸਟ ਬੁਸਟ ਕਿੰਨੇ ਕੁ ਹੋ ਗਏ ਬੈਸਟ ਪ੍ਰਦੀਪ ਉਹਨੇ ਆਉਣ ਤਾਂ ਚੇਤੇ ਨਹੀਂ ਗਿਆ ਕਿਉਂਕਿ ਪਹਿਲਾਂ ਵਜਨਾ ਵਜਨਾ 'ਚ ਵੀ ਹੈ ਨਾ ਵਜਨੀ ਜਦੋਂ ਖੇਡਦੇ ਹੁੰਦੇ ਉਦੋਂ ਵੀ ਨਿਕਲਦੇ ਰਹੇ ਹੁਣ ਗਾਂ ਓਪਨ 'ਚ ਵੀ ਊਂ ਵਧੀਆ ਨਿਕਲਿਆ ਤਕਰੀਬਨ ਵਧੀਆ ਵਧੀਆ ਮੇਲਿਆਂ 'ਤੇ ਨਿਕਲੇ ਕਿੰਨੇ ਕੁ ਹੋ ਗਏ ਹੋਣਗੇ ਬੈਸਟ ਵਾਲੇ ਬਜਨੀ ਤੋਂ ਪਾ ਕੇ ਲਾਵਾਂ ਹੁਣ ਤਾਂ ਹੀ ਬਜਨੀ ਤੋਂ ਪਾ ਕੇ ਹਾਂ ਬਜਨੀ ਤੋਂ ਪਾ ਕੇ ਜੇ ਨਹੀਂ ਉਹ ਅੰਦਾਜ਼ਾ ਜੇ ਤਾਂ ਮਾਰ ਹੀ ਦੇਣਾ ਵੀ 20-50-100-200 ਕਿੰਨਾ ਕੁ ਹੋ ਗਿਆ ਉਹ ਵੀ ਇਕੱਲੀ ਓਪਨ ਦਾ ਓਪਨ ਦਾ ਇਕੱਲੀ ਦਾ ਦੱਸ ਦਿਓ ਓਪਨ ਦਾ ਵੀ ਹੁਣ ਪ੍ਰਦੀਪ ਅੰਦਾਜ਼ੇ ਜੇ ਨਾ ਕਿਵੇਂ ਦੱਸ ਸਕਾਂ ਮੈਂ ਤੈਨੂੰ ਵੀ ਹਾਂ ਕਿੰਨੇ ਕੁ ਥਾਂ ਹੋ ਗਿਆ ਕੋਈ ਵਧੀਆ ਜਿਹੜੇ ਵੱਡੇ ਨਾਮ ਕਿਹੜੇ ਕਿਹੜੇ ਜਿੱਤੇ ਆ ਵੱਡੇ ਨਾਮ ਹੁਣ ਜਿਵੇਂ ਮੰਨ ਕੇ ਚੱਲ ਬੁਲਟ ਸੀ ਧੀਰੋ ਵਾਲੇ ਟੂਰਨਾਮੈਂਟ ਸੀ ਉਹ ਬੁਲਟ ਜਿੱਤਿਆ ਊਂ ਮੋਟਰਸਾਈਕਲ ਜਿੱਤਿਆ ਜਿਵੇਂ ਤਖਤਪੁਰੇ ਟੂਰਨਾਮੈਂਟ ਹੁੰਦਾ ਉੱਥੇ ਵਧੀਆ ਟੂਰਨਾਮੈਂਟ ਉੱਥੇ ਮੋਟਰਸਾਈਕਲ ਜਿੱਤਿਆ ਬਾਬੇ ਲੁਹਾਰੇ ਦੇ ਕਢਮਾਂ ਦੇ ਮੈਚ ਸੀ ਉੱਥੇ ਜਿੱਤੇ ਆ ਮਾਛੀ ਬੁਰੇ ਜਿੱਤਿਆ ਅਤੇ ਵੇਖੋ ਉੱਥੇ ਹੁੰਦੇ ਜੋਧੀ ਟੂਰਨਾਮੈਂਟ ਵਧੀਆ ਉੱਥੋਂ ਜਿੱਤਿਆ ਵਧੀਆ ਵਧੀਆ ਮਿਲੋ ਜਿੱਤੇ ਟਰੈਕਟਰ ਟਰੈਕਟਰ ਸਨਮਾਨਿਤ ਹੋਇਆ ਉਹ ਕਿੱਥੋਂ ਹੋਇਆ ਕਿਹਨੇ ਕੀਤਾ ਸਰ ਉਹ ਤਾਂ ਆਪਣੀ ਅਕੈਡਮੀ ਵਾਲਿਆਂ ਨੇ ਕੀਤਾ ਸਾਰਿਆਂ ਨੇ ਗੱਲ ਕਲਾਣਿਆਂ ਨੇ ਉਹ ਪਹਿਲਾਂ ਆਪਾਂ ਕਰਨਾ ਸੀਗਾ ਪਿਛਲੇ ਸਾਲ ਉੱਥੇ ਲੁਹਾਰੇ ਟੂਰਨਾਮੈਂਟ ਸੀ ਮੇਰੇ ਨਾ 17 ਤਰੀਕ ਦਾ ਸੀਗਾ ਉਹ ਕਰੋਨਾ ਜਿਹਦਾ ਕਰਕੇ ਕੈਂਸਲ ਹੋ ਗਏ ਅਤੇ ਉਹ ਫਿਰ ਅਸੀਂ ਲੈ ਕੇ ਆਏ ਸੀ ਏਜੰਸੀ 'ਚ ਸਿੱਧਾ ਹੀ ਲੈ ਆਏ ਸੀ ਅੱਛਾ ਬਾਗੇ ਪੁਰਾਣੇ ਹਾਂ ਠੀਕ ਹੈ ਪਰ ਉਹ ਉਹਨਾਂ ਨੇ ਦਿੱਤਾ ਸੀ ਹਾਂ ਉਹਨਾਂ ਨੇ ਦਿੱਤਾ ਸੀ ਟੂਰਨਾਮੈਂਟ ਤਾਂ ਕੈਂਸਲ ਹੋ ਗਏ ਸੀ ਕੱਲ੍ਹ ਕਲਾਂ ਦੀ ਅਕੈਡਮੀ ਕਿਉਂਕਿ ਤੁਸੀਂ ਉਹਨਾਂ ਲਈ ਲੰਬਾ ਟਾਈਮ ਖੇਡੇ ਹੋ ਇਸ ਕਰਕੇ ਉਹਨਾਂ ਨੇ ਖੇਡਿਆ ਹਾਂ ਕਿੰਨਾ ਟਾਈਮ ਹੋ ਗਿਆ ਖੇਡਦੇ ਉਹਨਾਂ ਨਾਲ ਮੈਂ ਖੇਡਣ ਲੱਗਿਆ ਜੀ ਪ੍ਰਦੀਪ 2013 'ਚ ਖੇਡਿਆ ਮੈਂ ਪਹਿਲਾਂ ਕੱਪ ਉਹਨਾਂ ਨਾਲ ਅਤੇ ਲਗਾਤਾਰ ਜਿੰਨਾ ਟਾਈਮ ਚੱਲੀ ਉਹਨਾਂ ਦੀ ਟੀਮ 2013 ਤੋਂ ਲੈ ਕੇ ਉਹਨਾਂ ਨੇ ਲਗਾਤਾਰ ਹੀ ਖੇਡਿਆ ਲਗਾਤਾਰ ਹੀ ਇੱਕੋ ਹੀ ਟੀਮ 'ਚ ਹਾਂ ਇੱਕੋ ਹੋਰ ਕਿਸੇ ਟੀਮ 'ਚ ਕਦੇ ਨਹੀਂ ਨਹੀਂ ਮਤਲਬ ਫੈਡਰੇਸ਼ਨ 'ਚ ਇੱਕੋ ਹੀ ਟੀਮ ਹਾਂ ਇੱਕੋ ਟੀਮ ਉਹੀ ਟੀਮ ਉਹ ਬਾਅਦ 'ਚ ਪਹਿਲਾਂ ਮੇਰੇ ਸਾਨੂੰ ਪੰਜਾਬ ਸੀ ਉਹ ਬਾਅਦ 'ਚ ਨੌਰਥ 'ਚ ਜਾਵੜੀ ਨੌਰਥ 'ਚ ਹੁਣ ਉਹ ਮੇਜਰ ਕਬੱਡੀ 'ਚ ਆ ਗਏ ਮੈਚ ਹੁਣ ਤੁਸੀਂ ਦੇਖੋ ਪਹਿਲਾਂ ਪੰਜਾਬ 'ਚ ਫਿਰ ਨੌਰਥ 'ਚ ਫਿਰ ਮੇਜਰ 'ਚ ਖੇਡੋ ਤਿੰਨੇ ਫੈਡਰੇਸ਼ਨਾਂ 'ਚ ਮੈਚ ਖੇਡ ਲਏ ਵਧੀਆ ਕਿਹੜੀ ਲੱਗੀ ਵਧੀਆ ਹੁਣ ਮੇਜਰ ਵੀ ਵਧੀਆ ਲੱਗੀ ਪੰਜਾਬ 'ਚ ਵੀ ਅਸੀਂ ਮੈਚ ਬਹੁਤ ਖੇਡੇ ਹਾਂ ਪੰਜਾਬ ਵੀ ਨੌਰਥ ਤਿੰਨੇ ਹੀ ਵਧੀਆ ਲੱਗੀਆਂ ਸਾਨੂੰ ਤਾਂ ਮੈਨੂੰ ਤਾਂ ਤਿੰਨੇ ਹੀ ਵਧੀਆ ਲੱਗਣਾ ਵੀ ਕਿਤੇ ਕੋਈ ਦਿੱਕਤ ਨਹੀਂ ਸੀ ਨਹੀਂ ਕੋਈ ਇਹੋ ਜਿਹੀ ਸਾਨੂੰ ਇਸ ਕਰਕੇ ਤਾਂ ਨਹੀਂ ਵੀ ਸੰਦੀਪ ਨੇ ਆਪਦੀ ਕਬੱਡੀ ਖੇਡਣੀ ਹੋਰ ਮਸਲੇ ਤੱਕ ਲੈਣ ਦੇਣ ਨਹੀਂ ਬਈ ਹਾਂ ਇਸ ਕਰਕੇ ਵੀ ਸਹੀ ਆ ਵੀ ਹਾਂ ਠੀਕ ਆ ਆਪਦੀ ਆਪਣੀ ਕੌੜੀ ਦਾ ਮਤਲਬ ਆ ਮੈਂ ਜ਼ਿਆਦਾ ਵਰਦੀ ਵੀ ਆਉਂ ਹੋਰ ਕਿਸੇ ਪਾਸੇ ਆਉਂ ਬਾਹਲੀ ਦਿਖਾਉਣ ਦਾ ਅੱਜ ਦਿੱਤੀ ਵੀ ਨਹੀਂ ਬਸ ਠੀਕ ਆ ਹਾਂ ਜਿਹੜੇ ਉਹਨਾਂ ਦੇ ਰੂਲ ਆ ਜਿਹੜੇ ਉਹਨਾਂ ਨੂੰ ਵਧੀਆ ਲੱਗਦੇ ਆ ਪਰ ਆਪਾਂ ਨੂੰ ਆਪਦੀ ਕਬੱਡੀ ਤਾਂ ਹੀ ਆ ਬਸ ਹਾਂ ਵੀ ਆਪਾਂ ਖੇਡਣੀ ਆ ਬਸ
ਇਸ ਕਰਕੇ ਮਤਲਬ ਕੋਈ ਬੜਾ ਫਰਕ ਨਹੀਂ ਪੈਂਦਾ ਕਿਹੜੀ ਫੈਡਰੇਸ਼ਨ ਹੋਵੇ। ਨਹੀਂ, ਜਿਹੜੇ ਫੈਡਰੇਸ਼ਨਾਂ ਦੇ ਵਿੱਚ ਮਤਲਬ ਇੱਕ ਤਾਂ ਹੋ ਗਏ ਜਿਹੜੇ ਬੇਸਿਕ ਰੂਲ ਹੁੰਦੇ ਆ, ਜਿਵੇਂ ਕਹਿ ਲਓ ਜੀ ਆਹ ਸੈਂਟਰ 'ਚ ਐਂ ਟੱਚ ਨਹੀਂ ਹੋਣਾ ਚਾਹੀਦਾ ਜਾਂ ਆਹ ਨਹੀਂ ਹੋਣਾ ਚਾਹੀਦਾ, ਜਾਂ ਔਰਗਨਾਈਜ਼ ਕਰਦੇ ਆ ਵੀ ਆਹ ਇੱਕ ਟੂਰਨਾਮੈਂਟ ਨੂੰ ਕਰਾਉਣ ਦਾ ਤਰੀਕਾ ਹੈ। ਇੱਕ ਹੁੰਦੇ ਆ ਰੂਲਸ ਜਿਹੜੇ ਕਬੱਡੀ ਦੇ ਵਿੱਚ, ਮੈਂ ਜਾਣੀ ਨਿੱਜੀ ਤੌਰ 'ਤੇ ਇਹ ਦੇਖਦਾ ਕਿ ਬਹੁਤ ਸਾਰੇ ਰੂਲਸ ਦੀ ਕਮੀ ਕਬੱਡੀ ਦੇ ਵਿੱਚ ਹੈਗੀ ਹੈ। ਰੂਲਸ ਦੀ ਜਿਵੇਂ ਮੰਨ ਲਾ ਵੀ ਜੇ ਬਾਰਿਸ਼ ਹੋ ਗਈ, ਮੀਂਹ ਪੈ ਗਿਆ, ਜਿਵੇਂ ਕ੍ਰਿਕਟ 'ਚ ਨਹੀਂ ਹੁੰਦਾ, ਜੇ ਮੀਂਹ ਪੈ ਜਾਵੇ ਤਾਂ ਉਹਨਾਂ ਦਾ ਇੱਕ ਡਿਸੀਜ਼ਨ ਫਿਕਸ ਹੁੰਦਾ ਵੀ ਯਾਰ ਇਹਦੇ ਵਿੱਚ ਇੱਕ ਜਿਹੜੀ ਇਹਦਾ ਆਹ ਫੈਸਲਾ ਹੋਊਗਾ, ਇੰਨੇ ਰਨ ਘੱਟ ਜਾਣਗੇ, ਇੰਨੇ ਓਵਰ ਘੱਟ ਜਾਣਗੇ, ਜਾਂ ਆਹ ਇੱਕ ਫੈਸਲਾ ਹੁੰਦਾ। ਆਪਣੀ ਕਬੱਡੀ 'ਚ ਇਹੋ ਜਿਹੇ ਰੂਲਾਂ ਨੂੰ ਕਦੇ ਲੱਗਿਆ ਵੀ ਇਹ ਘੱਟ ਨੇ ਜਾਂ ਇਹ ਹੋਣੇ ਚਾਹੀਦੇ ਆ? ਇਹ ਘੱਟ ਵੀ ਆ ਅਤੇ ਹਾਂ ਹੋਣੇ ਵੀ ਚਾਹੀਦੇ ਪ੍ਰਦੀਪ, ਹੈ ਨਾ। ਇਹ ਤਾਂ ਫਿਰ ਜਿਹੜੇ ਮੋਢੀ ਆ ਬੰਦੇ ਜਿਨ੍ਹਾਂ ਦੀਆਂ ਫੈਡਰੇਸ਼ਨ ਆ, ਉਹਨਾਂ ਨੂੰ ਚਾਹੀਦਾ ਹੈ ਨਾ ਰੂਲ ਬਣਾਉਣੇ, ਫਿਰ ਹੀ ਬਣ ਸਕਦੇ। ਹਾਂ ਹਾਂ, ਉਹੀ ਬਣਾਉਣਗੇ, ਉਹੀ ਬਣਾਉਣਗੇ, ਉਹਨਾਂ ਤੋਂ ਬਣ ਸਕਦੇ ਆ। ਪਰ ਲੱਗਿਆ ਕਦੇ ਸੋਚਿਆ ਇਸ ਚੀਜ਼ ਬਾਰੇ? ਹਾਂ ਹਾਂ ਹਾਂ, ਘੱਟ ਆ, ਘੱਟ ਆ ਕੌਡੀ, ਬਹੁਤ ਰੂਲ ਘੱਟ ਆ, ਹਜੇ ਵੀ ਘੱਟ ਆ। ਹਾਂ ਹਜੇ ਵੀ, ਅਤੇ ਪਰ ਬਣਾਉਣੇ ਪੈਣੇ, ਫਿਰ ਹੀ ਬਣਨੇ ਆ ਇਹ। ਹਾਂ, ਕਬੱਡੀ 'ਚ ਸੁਧਾਰ ਹੋਊਗਾ ਇਸ ਚੀਜ਼ ਨਾਲ, ਵਧੀਆ ਬਣੂਗਾ, ਸੋਹਣੀ ਬਣੂਗੀ। ਹਾਂ, ਜੇ ਤੈਨੂੰ ਇੱਕ ਪਾਵਰ ਦੇ ਦਿੱਤੀ ਜਾਵੇ ਵੀ ਭਾਈ ਆਹ ਲਓ ਜੀ ਸੰਦੀਪ ਜੀ ਤੁਹਾਨੂੰ ਦਿੱਤੀ ਪਾਵਰ, ਹੁਣ ਤੁਸੀਂ ਕਬੱਡੀ 'ਚ ਜਿਹੜੀ ਚੀਜ਼ ਇੱਕ ਬਦਲਣੀ ਚਾਹੁੰਦੇ ਹੋ ਬਦਲ ਲਓ, ਕਿਹੜੀ ਬਦਲੋਗੇ? ਟਾਈਮ ਸਿਰ ਮੈਚ ਨਿਬੇੜਨ ਵਾਲੀ। ਅੱਛਾ, ਉਹ ਕਿਉਂ? ਉਹਦੇ ਨਾਲ ਬੜਾ ਖੱਜਲ ਹੁੰਦੇ ਆ, ਉਹਦੇ ਨਾਲ ਸਾਰੇ ਪਲੇਅਰ ਹੀ ਖੱਜਲ ਹੁੰਦੇ ਆ। ਉਹਦੇ ਨਾਲ ਹੁਣ ਦੋ ਵੱਜ ਜਾਂਦੇ, ਜਿਵੇਂ ਪ੍ਰਦੀਪ ਉੱਥੇ ਨਾ ਤਾਂ ਕੋਈ ਖਾ ਸਕਦੇ ਆਪਾਂ, ਹੈ ਨਾ, ਅਤੇ ਨਾ ਆਪਣਾ ਕੋਈ ਸਰੀਰ ਰਿਕਵਰੀ ਕਰਦਾ, ਫਿਰ ਲਗਾਤਾਰ ਮੈਚ ਖੇਡਣ ਹੁੰਦੇ ਆਪਾਂ, ਸਰੀਰ ਜਮਾਂ ਹੀ ਟੁੱਟ ਜਾਂਦਾ। ਜਿਹੜੀਆਂ ਸੱਟਾਂ ਫਿੱਟਾਂ ਵੱਜਦੀਆਂ ਵੱਜਦੀਆਂ ਹੀ ਹੋ ਆਉਂ। ਅੱਛਾ, ਲੇਟ ਖੇਡਣ ਨਾਲ ਵੱਜਦੀ? ਉਹ ਲੇਟ ਖੇਡਣ ਆਉਂ, ਆਪਣੀ ਨੀਂਦ ਨਹੀਂ ਪੂਰੀ ਹੁੰਦੀ। ਹਾਂ, ਅਗਲੇ ਟੂਰਨਾਮੈਂਟ ਦੇ ਖੇਡਣਾ, ਆਪਣਾ ਦਿਮਾਗ ਨੇ ਉੱਥੇ, ਬਾਡੀ ਵੀ ਰਿਲੈਕਸ ਨਹੀਂ ਹੁੰਦੀ, ਕਿੱਥੇ ਰਿਲੈਕਸ ਨਹੀਂ, ਥੋੜ੍ਹਾ ਰਿਲੈਕਸ ਨਹੀਂ ਖੇਡਣਾ, ਬੰਦੇ ਨੇ ਦੂਣਾ ਜ਼ੋਰ ਮਾਰਨਾ। ਸੋ ਅੱਧੀ ਨੀਂਦ ਵਿੱਚ ਪਈ ਆ, ਕੁਛ ਖਾਧਾ ਨਹੀਂ, ਜਿਹੜਾ ਖਾਧਾ ਉਹ ਚੰਗੀ ਤਰ੍ਹਾਂ ਹਜ਼ਮ ਨਹੀਂ ਹੋਇਆ, ਉਵੇਂ ਮੈਂ ਖੇਡਣਾ, ਉਹ ਫਿਰ ਸਰੀਰ ਜ਼ੋਰ ਅੱਧਾ ਹੀ ਮਾਰਦਾ। ਮੈਂ ਤਾਂ ਇਹ ਕਰਾਂ ਹੱਲ ਵੀ, ਇੰਨੇ ਬੰਦੇ ਨੂੰ ਭਲਾ ਬਈ, ਸਾਰੇ ਪਿੰਡਾਂ ਦੇ ਜਿੰਨੇ ਹੁਣ ਜਦ ਅਕੈਡਮੀਆਂ ਤਾਂ ਹੈਗਾ ਟਾਈਮ ਨਾਲ ਨਿਬੜਦੇ, ਮੈਂ ਜਿਹੜੇ ਪਿੰਡਾਂ ਦੇ ਕਰਦੇ ਵੀ ਇਉਂ ਕਰਦੇ ਵੀ ਹਾਂ ਇਹ ਇਉਂ ਹੀ ਹੋਣੇ ਚਾਹੀਦੇ ਆ। ਹਾਂ, ਲੇਟ ਵੀ ਕਰਦੇ ਆ, ਬੜੇ ਲੇਟ ਲੇਟ ਟੂਰਨਾਮੈਂਟ ਬੜੇ ਕਰਦੇ ਲੇਟ, ਬੜੇ ਸਾਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਇਸ ਚੀਜ਼ ਦੇ। ਇਹਦੇ ਵਾਸਤੇ ਸਾਰੇ ਆਪਣੇ ਜਿੰਨੇ ਜੁੜੇ ਹੋਏ ਆ ਆਪਾਂ, ਸਾਰੇ ਕੌਡੀ ਵਾਲੇ ਪਰਿਵਾਰ ਆ, ਸਾਰਿਆਂ ਨੂੰ ਦਿੱਕਤ ਇਹ ਹੈਗੀ ਆ। ਹਾਂ, ਬਿਲਕੁਲ ਹੈਗੀ ਆ, ਰੈਫਰੀਆਂ ਨੂੰ, ਜਾਲ ਵਾਲਿਆਂ ਨੂੰ, ਸਾਰਿਆਂ ਨੂੰ, ਤੁਹਾਨੂੰ, ਸਾਨੂੰ, ਅਤੇ ਸਭ ਤੋਂ ਵੱਧ ਕਮੇਟੀ ਵਾਲਿਆਂ ਨੂੰ। ਬਿਲਕੁਲ ਸਹੀ ਹੈ। ਜੇ ਮੈਂ ਉਹ ਪੁੱਛਾਂ ਵੀ ਫੋਨ ਕਿਹੜਾ ਰੱਖਿਆ ਵਾ ਕੋਲ? ਫੋਨ ਸੈਮਸੰਗ ਦਾ। ਸੈਮਸੰਗ ਦਾ ਫੋਨ? ਹਾਂ। ਆਈਫੋਨ ਵੀ ਰੱਖਿਆ ਕਿਤੇ ਸੈਮਸੰਗ ਹੀ ਰਹਿ? ਆਈਫੋਨ ਬਾਈ ਤੋੜਤੇ, ਕਿਉਂ ਤੋੜ ਡਿੱਗ ਪਏ ਸਮੇਂ ਨਹੀਂ, ਅਤੇ ਫਿਰ ਮਹਿੰਗੇ ਬਾਹਲੇ ਸੀਗੇ, ਅਤੇ ਫਿਰ ਬਾਅਦ ਦੂਰੀ ਰੁਪਏ ਲਾਉਣ ਨੂੰ ਜੀ ਨਹੀਂ ਕੀਤਾ, ਫਿਰ ਸੈਮਸੰਗ ਲੈ ਲਏ। ਮੈਂ ਫੋਨ ਨਾਲ ਬੜਾ ਪਿਆਰ ਵੀ ਨਹੀਂ ਲੱਗਦਾ। ਨਹੀਂ, ਹਾਂ, ਉਹ ਐਡਾ ਫਿਰ ਫੋਨ ਵੀ ਆਪਾਂ ਨੂੰ ਚਾਹੀਦਾ ਵੀ ਨਹੀਂ ਬਾਈ, ਹੈ ਨਾ, ਸਾਨੂੰ ਖਾਸ ਕਰਕੇ ਸਾਨੂੰ ਤਾਂ ਚਾਹੀਦਾ ਨਹੀਂ ਪਲੇਅਰਾਂ ਨੂੰ। ਮੇਰਾ ਜਿੰਨਾ ਕੁ, ਹਾਂ, ਕਈ ਰੱਖੀ ਵੀ ਫਿਰਦੇ ਪਰ ਫਿਰ ਔਖਾ ਹੀ ਆ ਜਾਂਦਾ। ਜੇ ਜੇ ਮੈਂ ਇਹ ਪੁੱਛਾਂ ਵੀ ਭਾਈ ਸੰਦੀਪ ਨੂੰ ਖਾਣ 'ਚ ਕਿਹੜੀ ਚੀਜ਼ ਪਸੰਦ ਆ, ਉਹ ਕੀ ਵੱਧ ਸਵਾਦ ਆਉਂਦਾ ਜਦੋਂ ਕੋਈ ਚੀਜ਼ ਮਿਲੇ? ਕਾਹਦੇ 'ਚ? ਕੁਛ ਵੀ ਹੋਵੇ, ਭਾਵੇਂ ਚਿਕਨ ਲੈ ਲੈਂਦੇ ਹੋ, ਚਿਕਨ ਵੀ ਖਾਂਦੇ ਹੋ, ਤਾਂ ਫਿਰ ਮਤਲਬ ਟੋਟਲ ਚਿਕਨ ਹੋ ਗਿਆ, ਕੋਈ ਸਬਜ਼ੀ ਹੋ ਗਈ, ਕੋਈ ਕਿਹੜੀ ਚੀਜ਼ ਪਸੰਦ ਹੈ? ਕੋਈ ਐਂ ਹੁੰਦਾ ਵੀ ਸਪੈਸ਼ਲ ਆ, ਚਾਹ ਬਣੇ ਮੇਰੇ ਵਾਸਤੇ, ਫਿਰ ਮੈਂ ਖਾਣੀ ਹੈ ਕੁਛ? ਫਲਾਂ ਦੀ ਸਬਜ਼ੀ। ਹਾਂ, ਅੱਛਾ, ਵਧੀਆ ਲੱਗਦੀ ਮੈਨੂੰ ਸਾਰਿਆਂ ਨੂੰ ਵੀ ਆਉਣ ਲੱਗਦਾ ਵੀ ਹਾਂ, ਕਈ ਵਾਰੀ ਮੈਂ ਆਪ ਹੀ ਲੈ ਲੈਣਾ ਵੀ ਹਾਂ ਇਹ ਬਣੇ ਤੇ ਮੈਂ ਖਾਵਾਂ, ਉੱਤੇ ਮੱਖਣੀ ਮੁਖਣੀ ਰੱਖ ਕੇ ਆਉਂ, ਅਤੇ ਫਿਰ ਫਲੀਆਂ ਦੀ ਸਬਜ਼ੀ ਪਸੰਦ ਹੈ। ਹਾਂ, ਵੈਸੇ ਖਾ ਤਾਂ ਸਾਰਾ ਕੁਛ ਹੀ ਲੈਣਾ ਆਪਾਂ, ਹੈ ਨਾ, ਪਤਾ ਹੀ ਆ, ਚਿਕਨ ਚੁਕਨ ਵੀ ਖਾ ਲੈਂਦੇ ਹਾਂ, ਪਰ ਜਿਹੜੀ ਆਉਂ ਜਮਾਂ ਜੇ ਆਉਂ 'ਚ ਲੱਗਦੀ ਵੀ ਸਪੈਸ਼ਲੀ ਬਣੇ, ਹਾਂ, ਫਿਰ ਉਹ ਫਲੀਆਂ ਦੀ, ਉਹ ਹਾਂ ਉਹੀ ਹੈ। ਸਹੀ ਹੈ। ਜਿਹੜੇ ਜਿਹੜੇ ਕੱਪੜੇ ਆ ਉਹ ਕਿਸ ਤਰ੍ਹਾਂ ਦੇ ਪਾਉਣੇ ਪਸੰਦ ਕਰਦਾ ਸੰਦੀਪ? ਮਤਲਬ ਇੱਕ ਜਦੋਂ ਗਰਾਊਂਡ 'ਚ ਪਾਉਣੇ ਉਹ ਤਾਂ ਚਲੋ ਉਹੀ ਆ ਆਪਣੇ, ਉਹ ਤਾਂ ਉਹੀ ਨਿਕਰੀ ਰਹਿਣੀ ਹੈ, ਅਤੇ ਪਰ ਬਾਹਰ ਅੰਦਰ ਜਦੋਂ ਜਾਂਦੇ ਹੋ ਜਾਂ ਹੋਰ ਕਿਸੇ ਜਿਹੇ, ਮਤਲਬ ਟੀ ਸ਼ਰਟ ਪਾਉਂਦੇ ਹੋ, ਸ਼ਰਟ ਪਾਉਂਦੇ ਹੋ, ਸ਼ਰਟ 'ਤੇ ਮੈਨੂੰ ਜ਼ਿਆਦਾ ਕਈ ਪਲੀ ਵਧੀਆ ਲੱਗਦੀ ਹੈ ਨਿੱਕਰ ਵੱਡੀ। ਅਸੀਂ ਥੋੜ੍ਹੇ ਦਿਨ ਪਹਿਲਾਂ ਗਿੱਦੜ ਵੇ ਆਪਣੇ ਲਾਇਸੈਂਸ ਨਹੀਂ, ਡਰਾਈਵਿੰਗ ਲਾਇਸੈਂਸ ਬਣਾਉਂਦਾ ਸੀ ਮੈਂ, ਅਤੇ ਲਾਇਸੈਂਸ ਬਣਾਉਂਦਾ, ਡਰਾਈਵਿੰਗ ਲਾਇਸੈਂਸ ਅਜੇ ਤੱਕ ਹੈ ਨਹੀਂ ਰਿਨਿਊ ਕਰਾਉਣਾ? ਨਹੀਂ ਨਹੀਂ, ਮੈਂ ਨਹੀਂ ਅਜੇ ਤੱਕ ਸਰਕਾਰੀ ਥਾਵਾਂ ਜਾਂ ਨਹੀਂ ਨਾ ਸਕਦੇ, ਸਾਰੇ ਆਉਂਦੇ ਜਾਂਦੇ ਉੱਥੇ, ਹੈ ਨਾ, ਤੇ ਉਹਨੇ ਸਾਨੂੰ ਬਈ ਦੂਰੋਂ ਮਾਰਿਆ ਅਫਸਰ ਜਿਹਨੇ ਰੋਬ, ਤੇ ਉਹ ਕਹਿੰਦਾ ਤੁਸੀਂ, ਹਾਂ ਯਾਰ ਤੁਸੀਂ, ਕਹਿੰਦਾ ਇੱਥੇ ਕੁਸ਼ਤੀ ਕਰਨੀ, ਕਹਿੰਦਾ ਆਏ ਫਿਰ ਚਲੋ ਬਾਹਰ, ਕਹਿੰਦਾ ਇੱਕ ਮੇਰੇ ਨਾਲ ਸੀ ਮੁੰਡਾ ਕਾਲਾ, ਸਾਡਾ ਯਾਰ ਦੋਸਤ ਆ ਮੁੰਡਾਲੀ ਤੋਂ, ਉਹ ਤਾਂ ਉੱਥੇ ਹੀ ਰੋਕ ਗਿਆ, ਉਹ ਤਾਂ ਆਇਆ ਨਹੀਂ ਗਾ, ਮੈਂ ਜਾ ਕੇ ਆ ਗਿਆ, ਡਰਦਾ ਡਰਦਾ ਵੀ, ਮੈਂ ਇੱਥੇ ਨਾ ਕੋਈ ਕਹਿ ਦੇ ਵੀ ਇਉਂ ਪਾਈ ਫਿਰਦੇ ਹੋ। ਅੱਛਾ, ਸਹੀ ਹੈ। ਉਹ ਪਰ ਮੈਨੂੰ ਇਉਂ ਲੱਗਦਾ ਉਹ ਵੀ ਹਾਂ ਰਿਲੈਕਸ ਜਿਹਾ ਰਹਿੰਦਾ ਇਹਨਾਂ ਨਾਲ। ਲਾਇਸੈਂਸ ਬਣ ਗਿਆ ਹੁਣ ਕਿ ਕਿਵੇਂ? ਦੇ ਤਾਂ ਬਣਾਉਣਾ ਹੁਣ ਉਹਨਾਂ ਨੇ, ਉਹ ਚਿੱਟ ਜੀ ਦੇ ਤੀ ਮੈਨੂੰ। ਕਿਹੜਾ ਹਜੇ ਉਹ ਬਣਿਆ ਹੋਣਾ ਨਾ, ਉਹ ਲਰਨਿੰਗ ਬਣਿਆ, ਹਾਂ, ਅਤੇ ਉਹ ਚਿੱਟ ਜੀ ਦੇ ਤੀ, ਉਹ ਬਾਅਦ 'ਚ ਕਹਿੰਦੀ ਆ ਜਾਣਾ 20 ਦਿਨਾਂ ਤਾਈਂ। ਉਹ ਟੈਸਟ ਵੀ ਲੈਂਦੇ ਆ ਉੱਥੇ? ਮਤਲਬ ਹੁਣ ਤਾਂ ਟੈਸਟ ਵੀ ਲੈਣ ਲੱਗ ਗਏ ਨਾ ਕਿ ਨਹੀਂ? ਉਹ ਨਹੀਂ ਹੈਗਾ ਇੱਥੇ ਸਿਸਟਮ, ਉਹ ਟੈਸਟ
ओके बस हूँ ला इन्ना टाइम लाइसेंस क्यों नहीं बनाया लाइसेंस बड़ी वो बस घाल ही होगी हूँ तो कह कह के बनाया हूँ भी मेरा सुनना कई बार कहते तू बना लाइसेंस तू गड्डी ले फिर दे जो हम यार दोस्त कहते तू यार गड्डी ले फिर नित तु है ना तो भी लाइसेंस तेरा जरूरी है तो फिर हाँ हाँ मेहने मेहने मार के फिर हम मैं चल बना ही लगे हम ये काम कड ही देगी घोली तो नहीं कि संदीप घोली होंगे घोल भी कर जाना वरदीप कर ही जाना ताइ तो लेट हो जाता काम साढ़े काम च भी लेट उधर लाइसेंस भी लेट ही काम जिंदगी कि हाँ पर अभी मैचा मुचा तो हम खेडते हैं जिम्मे इन्होंने रूल किया भी मैच तो टाइम सर पहुंचना ऊँ भी कितने पिंड बारे मैच चलते हैं उत्थे नहीं गोल करते अभी खेडने कोई नहीं। कोई गोल नहीं हाँ। उत्थे ग्राउंड च पहला जाने ना कि वाजा नहीं मराना ही कमेंटेटर भी आ जाओ फलानो आ जाओ कितने भी नहीं ना खेड भी नहीं मैच ना पिंड बार वधिया गल है मिलना सारे यही नहीं गोल हाँ सारे ये चाहिए सारे चाहिए मेरे ख्याल चो लेट होने टूरनामेंटा एक तो पता हटे भी खिडारी नहीं करते हमने कहने भी आप भी खिडारी भी करते हैं कमेटी वाले का भी कसूर है उवाज तो बजे उ पता अपना मैच उ पहला खड़े हो गए अपना नहीं जमा ही करते गोल अस सही है तो कोई यादगार टूरनामेंट जिथे सब तो वह खेड के स्वाद आया हुआ है कोई योजा तख्तपुरा साहब हाँ वह किमें की लगे उदों मैं तो जी मैं माणू का खेड़ दी मैं ते पाला जलालपुरी पाला हाँ जलालपुरी ते एक ता उतो मोटरसाइकल जड़े जते मेरा पहला मोटरसाइकल से एक उते कट बहुत होंदा अच्छा ते एक मैं ते जीवन सोने दोने सी उदों ओ जे या शू के जे सी ते उते टीम उदों सारीयां वधिया टीम माणू कदी कोई सी ना जीवन वी खेड़दा नाल हां टीम माणू कहंदी सी ते कोई टीमां वधिया रहियां सई दो टीम वधिया रही भाई मखण अर्गे सी बलजीत अर्गे सारे चौदह मंदिर की गल फिर चौदह की चौदह अच्छा तो फिर स्वाद आया बेस्ट सी उदो हाँ बेस्ट सी हाँ शुरुआती टाइम च बेस्ट सी उत्थे मैंने हाँ शुरुआती टाइम पहला मोटरसाइकिल उत्थे जितया मैं तख्तपुरा साहब अच्छा पहला मोटरसाइकिल तख्तपुरा साहब तो हाँ ਕੱਠ ਵੀ ਬਹੁਤ ਹੁੰਦਾ ਹੈ ਕੱਠ ਬਹੁਤ ਹੁੰਦਾ ਹਾਂ ਇੰਨਾ ਕੱਠ ਬਹੁਤ ਕੱਠ ਟੂਰਨਾਮੈਂਟਾਂ ਦੇ ਹੁੰਦਾ ਜਿਹੜਾ ਜਿੰਨਾ ਤੱਕ ਜਦੋਂ ਵੱਜਦੀ ਹੈ ਫਿਰ ਉਦੋਂ ਸਰੀਰ ਫਿਰ ਲੂੰਕੰਡਾ ਖੜਾ ਹੋਣ ਲੱਗਾ ਕੰਮ ਹੋ ਜਾਂਦਾ ਫਰਕ ਪੈਂਦਾ ਇਸ ਚੀਜ਼ ਦਾ ਕੱਠ ਦਾ ਪੈਂਦਾ ਫਰਕ ਦੁਆਬੇ 'ਚ ਮੈਚ ਖੇਡਣੇ ਫਿਰ ਔਖੇ ਹੋ ਜਾਂਦੇ ਹੁਣ ਜਿੱਥੇ ਕੱਠ ਹੁੰਦਾ ਉਧਰ ਘੱਟ 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 ਹੁੰਦਾ ਇਹ ਲੱਗਦਾ ਸੁੰਨਾ ਸੁੰਨਾ ਚੱਲੀ ਜਾਂਦਾ ਕਈ ਵਾਰੀ ਤਾਂ ਉਧਰ ਆਉਂ ਵੀ ਆਥਰੇ ਫਾਈਨਲ ਹੁਣ ਮੈਂ ਮੇਰੇ ਦਰਸ਼ਕ ਨਹੀਂ ਰਹਿੰਦੇ ਜਾ ਵੜਦੇ ਆ ਸਾਰੇ ਮੇਨ ਮੇਨ ਦੇ ਰਹਿ ਜਾਂਦੇ ਆ ਆਪਣੇ ਨਹੀਂ ਮਾਲ ਵਿੱਚ ਤਾਂ ਆਪਣੇ ਬੜਾ ਕੱਠ ਹੁੰਦਾ ਆਪਣਾ ਰਾਤ ਤੱਕ ਬੈਠੇ ਰਹਿੰਦੇ ਹਾਂ ਆਪਣੇ ਦਾ ਸਹੀ ਆ ਜਿਹੜਾ ਫਿਰ ਉਹ ਟਰੈਕਟਰ ਮਿਲਿਆ ਉਹ ਰੱਖਿਆ ਹੋਇਆ ਬਾਈ ਬੂਈ ਦੇ ਕੰਮ ਕਰਦੇ ਉਹਦੇ ਨਾਲ ਜਾ ਕੇ ਵੀ ਉਹ ਰੱਖਿਆ ਘਰੇ ਫਾਦਰ ਸਾਹਿਬ ਕੋਲ ਹੁੰਦਾ ਜਾਂ ਤੁਸੀਂ ਘੋੜਾ ਜਾਂ ਤੁਸੀਂ ਨਹੀਂ ਫਾਦਰ ਸਾਹਿਬ ਕੋਲ ਹੀ ਹੁੰਦਾ ਵਰਦੀਪ ਉਹ ਸਾਨੂੰ ਤਾਂ ਫਿਰ ਉਹ ਘੱਟ ਹੀ ਫੜਾਉਂਦਾ ਹੁਣ ਉਹਨੂੰ ਵੀ ਇਹ ਕਿਤੇ ਗਾਂ ਹੋਰ ਨਾ ਕਿਤੇ ਫੜਾ ਦੇਣ ਕਿਸੇ ਨੂੰ ਯਕੀਨ ਨਹੀਂ ਕਰਦਾ ਉਹ ਕਿਹੜਾ ਟਰੈਕਟਰ ਕਿਹੜਾ ਉਹ ਸਵਰਾਜ 800 ਠੀਕ ਹੈ ਠੀਕ ਹੈ ਵਧੀਆ ਟਰੈਕਟਰਾਂ 'ਚੋਂ ਇੱਕ ਆ ਹਨਾ ਸਵਰਾਜ ਤਾਂ ਪੂਰੀ ਚੜ੍ਹਾਈ ਹੈ ਹਾਂ ਇਸ ਟਾਈਮ ਤਾਂ ਬਾਈ ਪੂਰੀ ਚੜ੍ਹਾਈ ਇਹਨਾਂ ਦੀ ਸਵਰਾਜ ਵਾਲਾਂ ਦੀ ਖੇਤੀ ਬਾਰੇ ਕਿੰਨੇ ਕਿੰਨੀ ਕੁ ਹੈਗੀ ਹੈ ਜਿਹੜੀ ਫਾਦਰ ਸਾਹਿਬ ਆਪਾਂ ਆਪਦੀ 8 ਕਿੱਲੇ ਕਰਦੇ ਹਾਂ ਵਰਦੀਪ ਆਪਦੀ ਕਰਦੇ ਹਾਂ ਬਸ ਆਪਾਂ ਠੀਕ ਹੈ ਉਹ ਮਤਲਬ ਜਿੰਨੀ ਕੁ ਹੈਗੀ ਆ ਉਹ ਸਹੀ ਹੈ ਹਾਂ ਬਸ ਉਨੀ ਕੁ ਸਹੀ ਹੈ ਜਦੋਂ ਜਦੋਂ ਕਬੱਡੀ ਨਹੀਂ ਖੇਡਦੇ ਸੀ ਅਤੇ ਹੁਣ ਜਦੋਂ ਖੇਡਦੇ ਇਹ 'ਚ ਕੋਈ ਫਰਕ ਪਿਆ ਲਾਈਫ 'ਚ ਜ਼ਿੰਦਗੀ 'ਚ ਪਰ ਛੋਟੀ ਉਮਰ 'ਚ ਖੇਡਣ ਲੱਗ ਗਏ ਤੁਸੀਂ ਨਹੀਂ ਮੈਂ ਬਸ ਉਹ ਕਬੱਡੀ ਦੇ ਵਿੱਚ ਹੀ ਪੈਦਾ ਹੋਇਆ ਨਹੀਂ ਉਦੋਂ ਹੀ ਚੱਲ ਪਿਆ ਸਾਡਾ ਬਸ ਛੋਟੇ ਛੋਟੇ ਜਦੋਂ ਲੱਗ ਪਏ ਅਤੇ ਬਸ ਇੱਧਰ ਹੀ ਰੁਝਾਨ ਬਣ ਗਿਆ ਸਹੀ ਆ ਉਵੇਂ ਚੱਲਦੀ ਜ਼ਿੰਦਗੀ ਕੋਈ ਚੱਕਰ ਉਹ ਜਿਹੜੇ ਬਜਨੀ ਮੈਚ ਸੀਗੇ ਉਹਨਾਂ 'ਚ ਵੱਧ ਸਵਾਦ ਆਉਂਦਾ ਸੀ ਜਾਂ ਹੁਣ ਓਪਨ 'ਚ ਨਹੀਂ ਜਦੋਂ ਬਜਨੀ ਵਾਲਾ ਟਾਈਮ ਸੀ ਤਾਂ ਬਜਨੀ ਸਵਾਦ ਆਉਂਦਾ ਸੀ ਹੁਣ ਓਪਨ ਵਾਲਾ ਟਾਈਮ ਹੁਣ ਕਈ ਕਿਰੀ ਆਉਣਾ ਤਾਂ ਬਜਨੀ 'ਚ ਬਾਹਲੇ ਨਹੀਂ ਆ ਰਹੇ ਸੀ ਹਾਂ ਵੀ ਉਹ ਖੇਡਣ ਦਾ ਸਵਾਦ ਸੀ ਮੈਨੂੰ ਤਾਂ ਐਂ ਲੱਗਦਾ ਵੀ ਫਿਰ ਇਹਦਾ ਮਤਲਬ ਇਨਾਮਾਂ ਨੂਮਾਂ ਨਾਲ ਮਤਲਬ ਨਹੀਂ ਹੈਗਾ ਸੀ ਕੋਈ ਇਨਾਮਾਂ ਨਾ ਮਤਲਬ ਨਹੀਂ ਸੀ ਅਸੀਂ ਇਉਂ ਹੀ ਜਾਣਾ ਪ੍ਰਦੀਪ ਬੱਸਾਂ 'ਚ ਚੜ੍ਹ ਜਾਣਾ ਕਿਤੇ ਕਿਰਾਇਆ ਕਿਰੂਆ ਨਾ ਆਉਣਾ ਇਉਂ ਹੋਰ ਕਿਤੇ ਉੱਤੇ ਬਹਿ ਜਾਣਾ ਬੱਸ ਦੇ ਜਦੋਂ ਕਿਰਾਇਆ ਨਾ ਆਉਣਾ ਉਦੋਂ ਪਹਿਲਾਂ ਹੀ ਉੱਤਰ ਜਾਣਾ ਬੱਸ ਤੋਂ ਅੱਛਾ ਵੀ ਪਤਾ ਨਾ ਲੱਗੇ ਕਨੈਕਟਰ ਲੱਗੇ ਵੀ ਉੱਤੇ ਬਹਿ ਬਹਿ ਕੇ ਲੰਘ ਜੀ ਅਤੇ ਇਉਂ ਕਿਸੇ ਨਾਲ ਚੜ੍ਹ ਜਾਣਾ ਇਉਂ ਬਹੁਤ ਮੈਂ ਖੇਡਿਆ ਹੌਲੀ ਹੌਲੀ ਫਿਰ ਮੋਟਰਸਾਈਕਲ 'ਤੇ ਫਿਰ ਹੌਲੀ ਹੌਲੀ ਗਾਂ ਇਉਂ ਹੁਣ ਗੱਡੀ 'ਤੇ ਜਾਂਦੇ ਹਾਂ ਕਿਹੜੀ ਗੱਡੀ ਹੈਗੀ ਕੋਈ ਗੱਡੀ ਰੱਖੀ ਹੁਣ ਇੱਥੇ ਆਪਣਾ ਮੁੰਡਾ ਨਾਲ ਹੀ ਹੁੰਦਾ ਆਪਣੇ ਬਾਉਣਾ ਬਾਉਣਾ ਉਹਦੀ ਗੱਡੀ ਆ ਉਹ ਲੈ ਕੇ ਜਾਂਦੇ ਹਾਂ ਉਹ ਪੱਕੀ ਲੈ ਜਾਂਦੇ ਠੀਕ ਹੈ ਕਿਹੜੀ ਗੱਡੀ ਹੈ ਸਕਾਰਪੀਓ ਸਕਾਰਪੀਓ ਹਾਂ ਟੀਮ ਜਾਂਦੀ ਹੈ ਪਰ ਸਾਰੀ ਮੈਂ ਸਕਾਰਪੀਓ ਬਲੈਰੋ ਆ ਉਹ ਅੱਛਾ ਸਕਾਰਪੀਓ ਬਲੈਰੋ ਕਿਹੜੇ ਦੋ ਨਾ ਉਹ ਗੱਡੀ ਦੇ ਸਕਾਰਪੀਓ ਬਲੈਰੋ ਕਿਉਂਕਿ ਉਹ ਚ ਇੰਜਨ ਬਲੈਰੋ ਦਾ ਤੇ ਵੱਡੀ ਸਕਾਰਪੀਓ ਦੀ ਆ ਠੀਕ ਹੈ ਆ ਨਹੀਂ ਜਿਹਨੇ ਮੈਨੂੰ ਪਤਾ ਵੀ ਕੀ ਹੈ ਮੈਂ ਨਾ ਤਾਂ ਉਹ ਰੱਖਿਆ ਸਕਾਰਪੀਓ ਬਲੈਰੋ ਸਹੀ ਹੈ ਸਹੀ ਕਿੱਥੋਂ ਦੂਰ ਤੋਂ ਦੂਰ ਕਿੱਥੋਂ ਕਿੱਥੇ ਮੈਚ ਖੇਡਿਆ ਜਾਂਦਾ ਦੂਰ ਤੋਂ ਦੂਰ ਸਾਰੇ ਹੀ ਖੇਡਿਆ ਪ੍ਰਦੀਪ ਹੁਣ ਇੱਧਰ ਗੁਰਦਾਸਪੁਰ ਵਰਗੇ ਨੇ ਨਵੇਂ ਸ਼ਹਿਰ ਨੇ ਤਕਰੀਬਨ ਜਿੰਨੇ ਜਿੰਨੇ ਮੈਚ ਹੁੰਦੇ ਨਾ ਆਪਣੇ ਜਿਹੜੇ ਕੱਪ ਹੁੰਦੇ ਆ ਉਹ ਜ਼ਿਆਦਾਤਰ ਉੱਧਰ ਹੀ ਹੁੰਦੇ ਆ ਉਹ ਸਾਰੇ ਖੇਡੇ ਆਪਣਾ ਹੋਰ ਏਰੀਆ ਏਰੀਆ ਦਾ ਖੇਡਿਆ ਹੀ ਆ ਅਤੇ ਉਹ ਵੀ ਖੇਡਿਆ
ਜਿੱਥੇ ਤੱਕ ਹੁੰਦੇ ਉਸ ਤੱਕ ਖੇਡੇ ਆ ਚਾਹੁੰਦੇ ਹੋ ਜਿੱਥੇ ਹਾਂ ਪੰਜਾਬ ਤੋਂ ਬਾਹਰ ਵੀ ਕਿਤੇ ਖੇਡੇ ਆ ਕਿਤੇ ਹਰਿਆਣੇ 'ਚ ਖੇਡੇ ਆ ਦੁਆਬੇ 'ਚ ਖੇਡੇ ਆ ਮਾਝੇ 'ਚ ਮੁੰਬਈ ਵੀ ਖੇਡੇ ਹੋ ਹੈ ਬੰਬੇ ਵੀ ਖੇਡੇ ਹਾਂ 14 'ਚ ਚੌਦਾਂ 'ਚ ਸੀ ਨਾ 14 'ਚ 15 'ਚ ਸੀ ਮੈਨੂੰ ਯਾਦ ਉਸ ਤੋਂ ਬਾਅਦ ਤਾਂ ਟੂਰਨਾਮੈਂਟ ਹੋਏ ਵੀ ਨਹੀਂ ਉੱਥੇ ਬਹੁਤ ਘੱਟ ਉਹ ਇੱਕ ਹੀ ਹੋਇਆ ਸੀ ਨਾ ਇੱਕ ਦੋ ਹਾਂ ਉੱਥੇ ਵੀ ਬਹੁਤ ਪਿਆਰ ਕਰਦੇ ਆ ਲੋਕ ਯਾਰ ਕਬੱਡੀ ਹਾਂ ਉੱਥੋਂ ਦਾ ਮਾਹੌਲ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਲੱਗਿਆ ਮੁੰਬਈ ਦਾ ਬੰਦੇ ਵੀ ਸਾਰੇ ਸਿੱਖ ਆ ਹੈ ਨਾ ਹਾਂ ਟੂਰਨਾਮੈਂਟ ਕਰਾਉਂਦੇ ਬਿਲਕੁਲ ਬਿਲਕੁਲ ਅਤੇ ਸਿੱਖ ਵੀ ਬਾਹਲੇ ਕਰੜ ਆਏ ਦ੍ਰਿੜ ਆ ਪੂਰੇ ਬਿਲਕੁਲ ਜਿਹੜੇ ਜਿਹੜਾ ਸੰਦੀਪ ਆਹ ਸੋਸ਼ਲ ਨੈਟਵਰਕ ਹੁੰਦਾ ਜਿਵੇਂ ਇੰਸਟਾਗ੍ਰਾਮ ਹੋ ਗਿਆ ਜਾਂ ਇਹ ਵਰਤਦੇ ਹੋ ਨਹੀਂ ਕਦੇ ਵੀ ਨਹੀਂ ਫਿਰ ਹੁਣ ਜਿਵੇਂ ਦਰਸ਼ਕ ਆ ਜਾਂ ਉਹ ਤੁਹਾਡੇ ਨਾਲ ਕਿਵੇਂ ਗੱਲ ਕਰ ਰਹੀ ਹੈ ਔਖਾ ਨਹੀਂ ਹੋ ਗਿਆ ਕਈ ਵਾਰੀ ਵਟਸਐਪ 'ਤੇ ਜਿਵੇਂ ਵਟਸਐਪ ਚਲਾ ਲੈਣਾ ਹੁੰਦਾ ਮੈਂ ਵਟਸਐਪ ਵੀ ਪਰ ਇੰਨਾ ਨਹੀਂ ਚਲਾਉਂਦਾ ਪਰ ਉਹਦਾ ਫਿਰ ਨੰਬਰ ਨਹੀਂ ਨਾ ਦੇ ਸਕਦੇ ਫਿਰ ਫੋਨ ਬਹੁਤ ਆਉਣ ਲੱਗਦਾ ਪਰ ਹੁਣ ਨਹੀਂ ਇੰਸਟਾ ਉਸਟਾ ਨਹੀਂ ਚਲਾਉਂਦਾ ਮੈਂ ਫੇਸਬੁੱਕ 'ਤੇ ਆਪਦੀ ਆਈਡੀ ਬਣੀ ਹੈ ਮੈਂ ਥੋੜ੍ਹੇ ਜਿਹੇ ਬੰਦੇ ਆ ਉੱਤੇ ਬਸ ਉਹ ਮਾੜੀ ਮੋਟੀ ਕਿਤੇ ਚਲਾ ਲੈਣਾ ਅਤੇ ਨਹੀਂ ਬਸ ਪਰ ਉਹ ਚਲਾਉਣੀ ਨਹੀਂ ਚਾਹੀਦੀ ਆਈਡੀਆਂ ਬਣੀਆਂ ਬਣੀਆਂ ਹੋਈਆਂ ਇਹ ਵੀ ਥੋੜ੍ਹਾ ਉੱਦਾਂ ਹੀ ਉਹ ਹੀ ਲੋਕਾਂ ਦੀਆਂ ਬਣਾਈਆਂ ਵੀ ਹਾਂ ਉਹ ਬਣਾਈਆਂ ਵਾਂਗਾ ਉਹ ਤਾਂ ਫਿਰ ਗੱਲ ਨਹੀਂ ਗਲਤ ਨਹੀਂ ਫਿਰ ਮੈਂ ਕੀਤੀ ਸੀ ਹੈਪੀ ਨਾਲ ਗੱਲ ਮੈਂ ਕਿਹਾ ਕੀ ਚੱਕਰ ਹੈ ਕਹਿੰਦਾ ਕੋਈ ਨਹੀਂ ਕਰਾਂਗੇ ਇਹਨੂੰ ਕਰਾਂਗੇ ਫਿਰ ਉਹਨਾਂ ਦੀ ਰਿਪੋਰਟ ਕਰਨੀ ਬਣਦੀ ਹੈ ਕਿਉਂਕਿ ਸੰਦੀਪ ਦਾ ਨਾਂ ਹੈ ਨਾ ਉਹਦੇ 'ਚ ਅਗਲੇ ਨੂੰ ਬਹੁਤ ਸਾਰੇ ਦਰਸ਼ਕ ਉਹਨਾਂ ਨਾਲ ਹੀ ਗੱਲਾਂ ਕਰੀ ਜਾਂਦੇ ਹੁਣ ਤਾਂ ਉਹ ਹੀ ਸਮਝਦਾ ਹੋਊਗਾ ਵੀ ਹਮੀ ਇਹ ਉਹ ਹੀ ਆ ਹੁਣ ਗੱਲਾਂ ਅਗਲਾ ਕੀ ਪਤਾ ਗਾਂ ਕਿਵੇਂ ਕਰਦਾ ਉਹ ਹਾਂ ਇਹ ਵੀ ਮਾੜਾ ਜਿਹਾ ਦੇਖ ਧਿਆਨ ਦੇਣਾ ਪਊ ਇਹਦੇ 'ਤੇ ਫਿਰ ਦੇਖਣਾ ਪੈਣਾ ਵੀ ਇਹਨੂੰ ਹਟਾ ਦਈਏ ਉਹਨਾਂ ਨੂੰ ਜਾਂ ਇਹਨਾਂ ਨੂੰ ਹਾਂ ਉਹ ਹੀ ਕਰਾਂਗੇ ਹੁਣ ਹਟਾਵਾਂਗੇ ਜਾਂ ਆਪਦੀ ਕੋਈ ਉਹ ਜੀ ਬਣਾ ਲਾਂਗੇ ਹਾਂ ਇੱਕ ਹਾਂ ਇੱਕ ਇੱਕ ਪੱਕੀ ਬਣ ਜੇ ਉਹ ਬਾਕੀ ਜਿਹੜੀਆਂ ਹਟਾ ਦਿਓ ਉਹਨਾਂ ਨੂੰ ਬਸ ਇਹ ਜਿਹੜੀ ਇੱਕ ਆਈਡੀ ਹੈਗੀ ਹੈ ਜੇ ਕੋਈ ਪਿਆਰ ਕਰਨ ਵਾਲਾ ਕੋਈ ਗੱਲ ਕਰਨੀ ਚਾਹੁੰਦਾ ਉਹ ਤੇ ਹੋ ਜਾਂਦੀ ਹਾਂ ਉਹ ਤੇ ਹੋ ਜਾਂਦੀ ਹੈ ਨਾ ਕਿਉਂਕਿ ਇੱਕ ਹੋਣਾ ਚਾਹੀਦਾ ਸੰਪਰਕ ਕਰਨ ਦਾ ਜਿਹੜਾ ਸਿਸਟਮ ਹੈ ਨਾ ਵੀ ਕਿਵੇਂ ਗੱਲ ਕੋਈ ਕਰਨੀ ਚਾਹੁੰਦਾ ਕੋਈ ਆਪਦੇ ਦਿਲ ਦੀ ਗੱਲ ਸਾਂਝੀ ਕਿੱਥੇ ਕਰੇ ਹੋਣਾ ਚਾਹੀਦਾ ਹੈ ਨਾ ਅੱਛਾ ਹੋਰ ਕੀ ਸ਼ੌਂਕ ਨੇ ਫਿਰ ਤੁਹਾਡੇ ਸ਼ੌਂਕ ਪਹਿਲਾਂ ਤਾਂ ਆਹੀ ਆ ਖੇਡਣਾ ਹੀ ਹੋਰ ਸ਼ੌਂਕ ਬਸ ਮੇਰਾ ਖੇਡਣਾ ਹੀ ਹੈ ਵਰਦੀਪ ਹੋਰ ਤਾਂ ਕੋਈ ਸ਼ੌਂਕ ਹੀ ਲੱਭ ਰਿਹਾ ਮੈਨੂੰ ਲੱਗਦਾ ਵੀ ਸੰਦੀਪ ਨੇ ਲੱਭਿਆ ਸੀ ਵੀ ਦੱਸਣ ਤੋਂ ਨਹੀਂ ਕੋਈ ਸ਼ੌਂਕ ਨਹੀਂ ਕੋਈ ਕੋਈ ਟੀ ਵੀ ਦੇਖਣਾ ਕੋਈ ਕੋਈ ਫਿਲਮਾਂ ਦੇਖਣਾ ਕੋਈ ਇਸ ਤਰ੍ਹਾਂ ਫਿਲਮਾਂ ਮੈਂ ਸਾਰੀਆਂ ਦੇਖੀਆਂ ਹੋਈਆਂ ਹਾਂ ਫਿਰ ਉਹੀ ਪੁੱਛਣਾ ਸੀ ਨਾ ਸਾਰੀਆਂ ਜਿਵੇਂ ਮੰਨ ਕੇ ਚੱਲ ਪਹਿਲਾਂ ਵੀ ਪੁਰਾਣੀਆਂ ਵੀ ਸਾਰੀਆਂ ਆਉਂ ਫਿਲਮਾਂ ਤਾਂ ਦੇਖੀਆਂ ਮੈਂ ਫੋਨ 'ਤੇ ਵੀ ਹੁਣ ਦੇਖ ਲੈਣਾ ਜਿਹੜੀ ਨਵੀਂ ਨਵੀਂ ਫਿਲਮਾਂ ਆਵੇ ਫਿਲਮਾਂ ਤਕਰੀਬਨ ਦੇਖ ਹੀ ਲੈਣਾ ਕਿਹੜੀਆਂ ਕਿਹੜੀਆਂ ਪਸੰਦੀਦਾ ਫਿਲਮ ਕਿਹੜੀ ਹੈ ਘੈਂਟ ਲੱਗੀ ਜਿਹੜੀ ਹਾਂ ਘੈਂਟ ਲੱਗੀ ਹੋਈ ਬਾਹਲੀ ਵਧੀਆ ਲੱਗੀ ਹੋਈ ਜਿਹਨੇ ਨਜ਼ਾਰਾ ਲਿਆਤਾ ਵੈਸੇ ਤਾਂ ਇਉਂ ਜੇ ਪਸੰਦੀਦੀਆਂ ਗਿਣੀਆਂ ਤਾਂ ਫਿਰ ਬਾਹਲੀਆਂ ਨਿਕਲੇ ਹੋਣ ਕਿਹੜੀਆਂ ਉਹ ਵੀ ਬਾਹਲੀਆਂ ਨਿਕਲਣ ਆਪਾਂ ਨੂੰ ਕੀ ਹੈ ਪਹਿਲਾਂ ਹੀ ਆਪਾਂ ਇਹੀ ਗੱਲ ਤਾਂ ਸਾਂਝੀ ਕਰਨੀ ਹੈ ਪਸੰਦੀਦੀਆਂ ਕਿਹੜੀਆਂ ਕਿਹੜੀਆਂ ਮੈਂ ਦੇਖਣਾ ਮੈਨੂੰ ਆਇਆ ਨਾ ਮੈਂ ਦੇਖ ਲੂੰ ਰੋਂਗ ਟਰਨ ਦੇ ਮੈਂ ਵੇਖਿਆ ਸੱਤੇ ਭਾਗ ਅੱਛਾ ਰੋਂਗ ਟਰਨ 3 1 2 3 4 7 ਉਹ ਵੇਖਿਆ ਹਾਂ ਤੇ ਜਿਹੜੀ ਫਾਸਟ ਫਿਊਰੀਅਸ ਆਈ ਸੀ ਉਹ ਰੋਕ ਦੀ ਆਈ ਸੀ ਨਾ ਉਹ ਵੀ ਵੇਖਿਆ ਉਹਦੇ ਸੱਤ ਭਾਗ ਤੇ ਦਾ ਮਮੀ ਦੇ ਵੇਖੇ ਆ ਜਿਹੜੀਆਂ ਉਹ ਫਿਰ ਡੱਬ 'ਚ ਦੇਖਦੇ ਇੰਗਲਿਸ਼ 'ਚ ਉਹ ਨਹੀਂ ਨਹੀਂ ਉਹ ਡੱਬ 'ਚ ਦੇਖਦਾ ਜਿਹੜੀਆਂ ਉਹ ਸੀਗੀਆਂ ਆਈਆਂ ਰੋਂਗ ਟਰਨ ਆਈਆਂ ਸੀ ਉਹ ਤਾਂ ਮੈਨੂੰ ਲੱਗਦਾ ਇੰਗਲਿਸ਼ 'ਚ ਹੀ ਨੇ ਉਹ ਇੰਗਲਿਸ਼ 'ਚ ਹਾਂ ਉਹਨਾਂ ਤਾਂ ਬਸ ਉਹਨਾਂ ਦਾ ਸੀਨ ਹੀ ਉਹ ਭੈੜੇ ਲੱਗਦੇ ਸੀਨ ਨਹੀਂ ਜਿਵੇਂ ਉਹ ਵੱਢ ਕੇ ਲੱਗਾ ਮੂੰਹ ਕੱਢ ਲੈ ਕੇ ਦੱਬ ਅੱਖਾਂ 'ਚ ਮਾਰ ਬੰਦਾ ਬਚਾਉਣ ਵਾਲਾ ਤੇ ਦੂਸਰੀ ਰੋਂਗ ਟਰਨ ਉਹਦੇ ਉਹੀ ਤਾਂ ਆਵਾਜ਼ ਬੰਦ ਕਰਕੇ ਵੇਖਣ ਲਈ ਆ ਬਸ ਆਵਾਜ਼ ਬੰਦ ਕਰਕੇ ਤੇ ਦੇਖੀ ਚੱਲ ਹਾਂ ਨਿਉਂ ਪਤਾ ਲੱਗੀ ਜਾਂਦਾ ਪਰ ਉਹ ਹੈਕ ਬਹੁਤ ਯਾਰ ਉਹ ਭੈੜੇ ਆ ਜਿਹੜੇ ਉਹ ਪਹਿਲੀ ਵਾਰ ਵੇਖੀ ਜੀ ਉੱਤੇ ਆਉਣ ਲੱਗੀ ਹੋਈ ਵਾਹ ਆ ਤਾਂ ਬੜਾ ਬੜਾ ਕੰਮ ਜਿਹੜੇ ਉਹ ਕੀ ਆ ਗਏ ਉਹਨਾਂ ਨੂੰ ਭੂਤ ਕਹੀਏ ਕੀ ਕਹੀਏ ਪਤਾ ਨਹੀਂ ਕੀ ਗਲਤ ਜੇ ਬੰਦੇ ਹਾਂ ਦਰਸ਼ ਨਹੀਂ ਕਰਦੇ ਕਿਸੇ ਤੇ ਸਕੀਮਾਂ ਜਿਹੀਆਂ ਲਾਉਂਦੇ ਹੁੰਦੇ ਅੱਡੋ ਅੱਡੋ ਹਾਂ ਹਾਂ ਉਹ ਚਲਾਕ ਆ ਪੂਰੇ ਉਹ ਆਇਆ ਬਣਾਏ ਹੋਏ ਉਹਨਾਂ ਨੇ ਪਾਣੀ ਤਾਂ ਨਹੀਂ ਪੀਣਾ ਪਾਣੀ ਪਿਆ ਦੇ ਓਏ ਕੋਕ ਕਾਕ ਪਿਆ ਦਿਓ ਸਾਨੂੰ ਕਿੱਧਰ ਗਿਆ ਉਹ ਕੋਕ ਕੋਕ ਪਾਣੀ ਦੇ ਦਿਓ ਯਾਰ ਔਖਾ ਤਾਂ ਨਹੀਂ ਫਿਰ ਔਖੇ ਆ ਦੇਖ ਤੁਸੀਂ ਇੰਨਾ ਟਾਈਮ ਹੋ ਗਿਆ ਅੱਛਾ ਤੂੰ ਫਿਰ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਉਹ ਵਧੀਆ ਇੰਗਲਿਸ਼ ਉਂਗਲਿਸ਼ ਫਿਲਮਾਂ ਦੇਖਣੀਆਂ ਪਸੰਦ ਆ ਹੈ ਉਹ ਉਹਨਾਂ 'ਚ ਥੋੜ੍ਹਾ ਇਉਂ ਜ਼ਿਆਦਾ ਰਿਐਲਿਟੀ ਲੱਗਦੀ ਆਪਣੀਆਂ ਤਾਂ ਉਹ ਵੀ ਉਹ ਫਿਲਮਾਂ ਹੀ ਵੇਖ ਕਿਤੇ ਆਪਣੀਆਂ ਉਹ ਲੱਗਦੀਆਂ ਵੀ ਨਕਲੀ ਜਿਹਾ ਕੰਮ ਕਰੀ ਜਾਂਦੇ ਆ ਡੁਪਲੀਕੇਟ ਜਿਹਾ ਯਾਰ ਹਾਂ ਉਹ ਜ਼ਿਆਦਾ ਰਿਐਲਿਟੀ ਦਿਖਾਉਂਦੇ ਨਾ ਮਹਿਸੂਸ ਜਿਹਾ ਨਹੀਂ ਉਹ ਦਿੰਦੇ ਵੀ ਉਹ ਡੁਪਲੀਕੇਟ ਜਿਹਾ ਬਸ ਹੈ ਤਾਂ ਫਿਲਮ ਹੀ ਉਹ ਫਾਸਟ ਐਂਡ ਫਿਊਰੀਅਸ ਦੇ ਵੀ ਦੇਖੇ ਸਾਰੇ ਹਾਂ ਉਹਦੇ ਦੇਖੇ ਸਾਰੇ ਮੈਂ ਹਾਂ ਉਹ ਮੇਰੇ ਸਾਹ 7ਵਾਂ ਰਹਿ ਗਿਆ ਮੇਰਾ ਥੋੜ੍ਹਾ ਜਿਹਾ ਦੇਖਣ ਅੱਧਾ ਕੁ ਅਤੇ ਉਹ ਵੇਖਿਆ ਸਾਰੇ ਯਾਰ ਪੰਜਾਬੀ ਫਿਲਮਾਂ ਵੀ ਦੇਖ ਲੈਂਦਾ ਕਿ ਨਹੀਂ ਪੰਜਾਬੀ ਫਿਲਮਾਂ ਮੇਨ ਮੇਨ ਦੀਆਂ ਜਿਵੇਂ ਜਿਉਣਾ ਮੋੜ ਹੋਈ ਅਤੇ ਜਾਂ ਜਿਵੇਂ ਗੱਗੂ ਗੱਲ ਦੀਆਂ ਫਿਲਮਾਂ ਹੋ ਗਈਆਂ ਥੋੜ੍ਹੀਆਂ ਘੜੀਆਂ ਜ਼ਿਆਦਾ ਨਹੀਂ ਪੁਰਾਣੀਆਂ 'ਚੋਂ ਨਵੀਆਂ ਨਹੀਂ ਦੇਖੀਆਂ ਨਹੀਂ ਨਵੀਆਂ ਨਹੀਂ ਸਾਡੀਆਂ ਜਿਹੜੀਆਂ ਆਹ ਵਾਲੀਆਂ ਹੁਣ ਅਸੀਂ ਕੁਛ ਇੰਟਰਵਿਊਜ਼ ਕਰਨੀਆਂ ਸ਼ੁਰੂ ਕੀਤੀਆਂ ਦੇਖੀ ਕੋਈ ਇਹਨਾਂ 'ਚੋਂ ਸੁਲਤਾਨ ਵਰਗੇ ਜਾਂ ਕਿਸੇ ਹੋਰ ਸੋਨੇ ਦੇਖੀ ਸੋਨੇ ਵਾਲੀ ਦੇਖੀ ਕਿਵੇਂ ਲੱਗੀ ਦੋਨਾਂ ਦਾ ਘੰਟਾ ਸੁਲਤਾਨ ਦੀ ਵੀ ਸੁਣਦੀ ਸਾਡਾ ਤਰੀਕਾ ਠੀਕ ਹੈ ਨਾ ਚੱਕ ਗਲਤੀ ਤਾਂ ਨਹੀਂ ਹਾਂ ਤਰੀਕਾ ਵੀ ਠੀਕ ਹੈ ਇੱਕ ਨਾ ਇਉਂ ਬੰਦਾ ਬੇਫਿਕਰ ਜਾ ਕੇ ਗੱਲ ਕਰ ਲੈਂਦਾ ਹਾਂ 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 ਜਿਵੇਂ ਮੰਨ ਕੇ ਚੱਲ ਆਪਾਂ ਕਿਤੇ ਬਹਿ ਕੇ ਜੇ ਕਿਤੇ ਸਟੂਡੀਓ ਜੇ ਚ ਉਵੇਂ ਬੜਾ ਔਖਾ ਲੱਗਦਾ ਯਾਰ ਵੀ ਹਾਂ ਮੈਂ
ਆ ਸਹੀ ਹੈ ਨਾ ਐਂ ਜੇ ਗੱਲ ਕਰਨੀ ਸੁਲਤਾਨ ਦੀ ਮੈਂ ਸੁਲਤਾਨ ਦੀ ਦੇਖੀ ਸੀ ਮੈਂ ਮੇਰੇ ਸਾਹਮਣੇ 15 ਮਿੰਟਾਂ ਦੀ ਰਹਿ ਗਈ ਸੀ ਵਿੱਚ ਅੱਛਾ ਸੋਨੇ ਦੀ ਸਾਰੀ ਦੇਖ ਲਈ ਬਸ 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 ਸੋਨੇ ਨੇ ਅੱਧੀਆਂ ਗੱਲਾਂ ਤਾਂ ਸੰਦੀਪ ਦੀਆਂ ਕੀਤੀਆਂ ਨਹੀਂ ਉਹ ਟਾਈਮ ਤਾਂ ਵੀ ਬਾਹਲੇ ਦਾਨ ਨਾਲ ਫਿਰਦੀ ਆਪਣੇ ਉਹ ਵੀ ਮੈਂ ਹਜੇ ਕੁਐਸਚਨ ਦੇ ਰੂਪ 'ਚ ਪੁੱਛੋ ਨਾ ਅੱਛਾ ਹੁਣ ਆਪਾਂ ਉਹ ਗੱਲ ਕਰੀਏ ਵੀ ਫਿਲਮਾਂ ਤਾਂ ਇਹ ਹੋ ਗਈਆਂ ਫਾਸਟ ਐਂਡ ਫਿਊਰੀਅਸ ਹੋ ਗਈ ਰੋਂਗ ਟਰਨ ਹੋ ਗਈ ਅਤੇ ਹੋਰ ਹੋ ਗਈਆਂ ਅਤੇ ਗਾਣੇ ਗੁਣੇ ਕਿਹੋ ਜਿਹੇ ਸੁਣਦੇ ਆ ਗਾਣੇ ਮਾਨਕ ਦੇ ਅੱਛਾ ਪੁਰਾਣੇ ਹਾਂ ਮਾਨਕ ਦੇ ਨਵੇਂ ਗਾਣੇ ਬਹੁਤ ਘੱਟ ਸੁਣਦੇ ਅਸੀਂ ਮਾਨਕ ਦੇ ਕਾਰ ਚਲਾ ਕੇ ਸੁਣਦੇ ਫਿਰ ਮਾਨਕ ਦੇ ਵਿੱਚ ਚਮਕੀਲਾ ਵੀ ਚੱਲ ਪੈਂਦਾ ਅਤੇ ਸਦੀਕ ਵੀ ਚੱਲ ਪੈਂਦਾ ਬਸ ਇਹ ਤਿੰਨ ਨਵਿਆਂ 'ਚੋਂ ਨਹੀਂ ਬਹੁਤ ਨਵਿਆਂ 'ਚੋਂ ਕਿਤੇ ਕਿਤੇ ਹੀ ਉਹ ਸੁਣ ਵੀ ਲੈਂਦੇ ਵਿੱਚ ਕਈ ਵਾਰ ਬੰਦੇ ਨਵੇਂ ਸੁਣਨ ਵਾਲੇ ਵੀ ਹੁੰਦੇ ਨਵੇਂ ਵੀ ਲਾਉਣ ਦੇ ਕਿਉਂਕਿ ਫੋਨ 'ਤੇ ਅਟੈਚ ਹੋ ਜਾਂਦੇ ਨਾ ਅੱਜ ਕੱਲ੍ਹ ਅਤੇ ਫਿਰ ਉਵੇਂ ਸਹੀ ਚੁਲੇ ਜਾਂ ਆਪਦੇ ਹੁਣ ਜਾ ਕੇ ਆਪ ਅਸੀਂ ਅਤੇ ਫਿਰ ਮਾਨਕ ਦੇ ਚੱਲਦੇ ਮਾਨਕ ਪੁਰਾਣਿਆਂ 'ਚੋਂ ਸਦੀਕ ਵੀ ਸਦੀਕ ਵੀ ਹਾਂ ਚਮਕੀਲਾ ਵੀ ਇਹ ਸਹੀ ਹੈ ਜਿਹੜੇ ਦੋਸਤ ਮਿੱਤਰ ਹੈਗੇ ਜਿੰਨੇ ਕਬੱਡੀ ਜਗ 'ਚ ਜਿਹਨਾਂ ਦੇ ਜ਼ਿਆਦਾ ਨੇੜੇ ਉਹ ਕਿਹੜੇ ਕਿਹੜੇ ਫਿਰ ਕਬੱਡੀ ਜਗਤ 'ਚ ਕਿ ਜਿਵੇਂ ਉੱਦਾਂ ਵੀ ਦੱਸ ਸਕਦੇ ਹੋ ਪਰ ਫਿਰ ਵੀ ਕਬੱਡੀ ਵਾਲਿਆਂ ਜਿਹਨਾਂ ਨੂੰ ਮੈਂ ਤਾਂ ਜਾਣਦਾ ਹੋਊਗਾ ਨਾ ਉੱਦਾਂ ਜਿਹੜੇ ਮਤਲਬ ਫਰੈਂਡ ਸਰਕਲ 'ਚ ਇੱਥੇ ਕੌਣ ਕੌਣ ਆ ਵੀ ਦੱਸ ਸਕਦੇ ਹੋ ਕਬੱਡੀ ਜਗਤ ਜਿਵੇਂ ਮੰਨ ਕੇ ਚੱਲੋ ਸੋਨਾ ਹੋ ਗਿਆ ਪ੍ਰਦੀਪ ਕੁਲਦੀਪ ਹੋ ਗਿਆ ਕੋਠੇ ਗੁਰੂ ਤੋਂ ਉਹ ਸਾਡੇ ਨਾਲ ਇਕੱਠੇ ਖੇਡਿਆ 62 ਕਿੱਲੋ ਜੀਵਨ ਹੋ ਗਿਆ ਸ਼ਰਨਾ ਹੋ ਗਿਆ ਇਹਦੇ ਨਾਲ ਇਹ ਵੀ ਪਹਿਲਾਂ ਤੁਸੀਂ ਇਕੱਠੇ ਮੈਂ ਬਹੁਤ ਖੇਡੇ ਹਾਂ ਅਤੇ ਬਸ ਆਹ ਖਾਰੇ ਵਾਲੇ ਹੋ ਗਏ ਵਿੱਕੀ ਵਰਗੇ ਇਹ ਵੀ ਪਹਿਲਾਂ ਤੋਂ ਇਕੱਠੇ ਸਰਾਮ ਵਾਲੇ ਹੋ ਗਏ ਅਮਨੇ ਵਰਗੇ ਉਹ ਵੀ ਅਸੀਂ ਇਕੱਠੇ ਵਜਨੀ ਖੇਡੇ ਮੈਂ ਨਾ ਫਿਰ ਇਹ ਸਾਰੇ ਆਪਣੇ ਨੇੜੇ ਆ ਹਾਂ ਇਹਨਾਂ ਨਾਲ ਪਿਆਰ ਹੈਗਾ ਗੱਲਬਾਤ ਹੁੰਦੀ ਰਹਿੰਦੀ ਹਾਂ ਗੱਲਬਾਤ ਹੁੰਦੀ ਰਹਿੰਦੀ ਇਹਨਾਂ ਸਾਰਿਆਂ ਬੰਦਿਆਂ ਜਿਹਨਾਂ ਜਿਹਨਾਂ ਦੇ ਮੈਂ ਨਾਲ ਉਹ ਵੀ ਮਿਲਦੇ ਗਿਲਦੇ ਹੋ ਕਿ ਨਹੀਂ ਊਂ ਤਾਂ ਸ਼ਾਇਦ ਸਾਡਾ ਟਾਈਮ ਵੀ ਵੱਧ ਲੱਗੇ ਮਿਲਣ ਗਿਲਣ 'ਤੇ ਕਈ ਵਾਰੀ 6-7 ਮਹੀਨੇ ਲੰਘ ਜਾਂਦੇ ਆ ਪਰ ਊਂ ਗੱਲਬਾਤ ਹੋ ਜਾਂਦੀ ਫੋਨ 'ਤੇ ਇਹਦਾ ਆਪਣੇ ਦਾ ਜੀਵਨ ਦਾ ਸੁਭਾਅ ਕਿਹੋ ਜਿਹਾ ਯਾਰ ਜੀਵਨ ਦਾ ਸੁਭਾਅ ਵਧੀਆ ਵਧੀਆ ਹਾਂ ਕਿਸ ਤਰ੍ਹਾਂ ਦਾ ਬੰਦਾ ਉਹ ਸਾਰਾ ਕੁਛ ਸੀਗਾ ਮਖੌਲਗਾ ਵੀ ਹੈ ਸਭ ਅੱਛਾ ਹਾਂ ਮਖੌਲਗਾ ਹੀ ਪੂਰਾ ਉਹ ਮੈਨੂੰ ਐਂ ਨਹੀਂ ਸੀ ਪਤਾ ਮੈਂ ਕਿਤੇ ਉਵੇਂ ਜਿਹੀ ਆ ਨਹੀਂ 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 ਸੰਗਦਾ ਜਿਹਾ ਕਿਤੇ ਨਹੀਂ ਨਹੀਂ ਸੰਗਦਾ ਸੁਣਦਾ ਨਹੀਂ ਵਧੀਆ ਸੁਭਾਅ ਪੂਰਾ ਕ੍ਰਿਕਟ ਵੀ ਖੇਡਦਾ ਨਾ ਤਾਂ ਮੈਂ ਕ੍ਰਿਕਟ ਵੀ ਖੇਡਦਾ ਹੁਣ ਤਾਂ ਉੱਥੇ ਡਟਿਆ ਹੋਇਆ ਕਿ ਇੱਥੇ ਹੀ ਆ ਜਾਓ ਇੱਥੇ ਹੀ ਆ ਮੈਂ ਕਹਿੰਦਾ ਧਰਨੇ 'ਤੇ ਸੀ ਉਹ ਧਰਨੇ 'ਤੇ ਗਿਆ ਵੈਸੇ ਦਿੱਲੀ ਉੱਥੇ ਹੀ ਲੱਗਦਾ ਤੁਸੀਂ ਗਏ ਧਰਨੇ 'ਤੇ ਹਾਂ ਅਸੀਂ ਲਾਇਆ ਇਹ 12-13 ਦਿਨ ਤੁਸੀਂ ਕਿੱਥੇ ਮਿਲੇ ਤਾਂ ਨਹੀਂ ਸੀ ਟਿੱਕਰੀ ਬਾਰਡਰ 'ਤੇ ਟਿੱਕਰੀ 'ਤੇ ਅਸੀਂ ਵੀ ਗਏ ਸੀ ਦੋ ਤਿੰਨ ਮੈਂ ਵੀ ਬਹੁਤ ਅਸੀਂ ਉਦੋਂ ਗਏ ਸੀ ਜਦੋਂ ਉਹ ਲਾਸ਼ ਨਹੀਂ ਹਸਪਤਾਲ 'ਚ ਰੱਖੀ ਬੈਠੇ ਸੀ ਸਾਰੇ ਬੰਦੇ ਸੀ ਉਹ ਤਾਂ ਸਾਰਾ ਆਪਣੇ ਬੰਦਿਆਂ ਦੇ ਆਪਣੇ ਆਪਣੇ ਬੰਦੇ ਆਪਣੇ ਆਪਣੇ ਏਰੀਏ ਦੇ ਬੰਦੇ ਹੀ ਸਾਰੇ ਉਹ ਟਿੱਕਰੀ ਬਾਰਡਰ ਤੇ ਬਹੁਤ ਸਾਰੇ ਬਹੁਤ ਇਕੱਠਾ ਕਰੋਨਾ ਨੂੰ ਲੈ ਕੇ ਕੀ ਸੋਚਣਾ ਕੀ ਚੀਜ਼ ਹੈ ਹੈਗੀ ਹੈ ਨਹੀਂ ਹੈਗੀ ਹੈ ਕਿਵੇਂ ਜਿਹਾ ਲੱਗਦਾ ਊਂ ਤਾਂ ਸਾਰੀ ਉਲਝੇ ਜੇ ਪਏ ਸਮਝ ਉਲਝੇ ਜੇ ਹਾਂ ਸਮਝ ਹੈ ਜੀ ਨਹੀਂ ਵੀ ਹਾਂ ਹੈਗੀ ਵੀ ਹੈ ਕਿ ਨਹੀਂ ਹੁਣ ਜਿਵੇਂ ਮੌਤਾਂ ਹੀ ਦੱਸੀਆਂ ਦੀਆਂ ਹੋਈ ਜਾਂਦੀਆਂ ਉਸ ਲਈ ਉਹਨਾਂ ਦੇ ਵੀ ਹੋ ਸਕਦਾ ਯਾਰ ਵਿੱਚ ਆਉਂ ਵੀ ਨਹੀਂ ਯਾਰ ਵੀ ਨਹੀਂ ਹੋ ਸਕਦਾ ਕਿਤੇ ਉਹੀ ਲੈ ਨਹੀਂ ਸਕਦੇ ਯਾਰ ਕੋਈ ਬਣਾਈ ਵੀ ਚੀਜ਼ ਹੀ ਨਾ ਹੋਵੇ ਹਾਂ ਵੀ ਇਉਂ ਜਦ ਤੱਕ ਦਿਮਾਗ ਮੇਰਾ ਕੰਮ ਕਰਦਾ ਵੀ ਹੈ ਵੀ ਨਹੀਂ ਯਾਰ ਕੋਈ ਆਪਣੇ ਰਿਸ਼ਤੇਦਾਰੀ 'ਚ ਤਾਂ ਮੇਰੇ ਹਿਸਾਬ ਨਾਲ ਕੋਈ ਇਹੋ ਜਿਹੀ ਗੱਲਬਾਤ ਹੋਈ ਨਹੀਂ ਹੈ ਨਾ ਅਤੇ ਬਾਕੀ ਫਿਰ ਬਾਈ ਪਤਾ ਕੋਈ ਪਰ ਧਿਆਨ ਤਾਂ ਰੱਖਣਾ ਚਾਹੀਦਾ ਨਹੀਂ ਹਾਂ ਸੇਫਟੀ ਜ਼ਰੂਰੀ ਹੈ ਚੱਲ ਆਪਣਾ ਆਪਦੀ ਹੈ ਨਾ ਜਿਹੜੇ ਘਰ ਘੁਰ ਦੇ ਕੰਮ ਹੈ ਉਹਨਾਂ 'ਚ ਫਿਰ ਸੰਦੀਪ ਹੈਲਪ ਕਰਦਾ ਕਿ ਨਹੀਂ ਬਹੁਤੀ ਨਹੀਂ ਕੀ ਗੱਲ ਹੋਈ ਨਹੀਂ ਬਹੁਤੀ ਨਹੀਂ ਵਰਦੀਪ ਬਈ ਕਰ ਦਿੰਦੇ ਹੋਗੇ ਤਾਂ ਕਿਤੇ ਉਹ ਬਈ ਜਿਹੜੇ ਛੋਟੇ ਛੋਟੇ ਕੰਮ ਜੀ ਉਹ ਕਰ ਦੇਈਦੇ ਆ ਵੀ ਉਹ ਹੋਣੇ ਵੀ ਹਾਂ ਵੀ ਮੈਂ ਰੂਟੀਨ 'ਚ ਹੀ ਕਰਦਾ ਕੋਈ ਕੰਮ ਜਿਵੇਂ ਹੁਣ ਭਾਪਾ ਬਿਮਾਰ ਸੀ ਹੁਣ ਮੇਰਾ ਅਤੇ ਵਾਹਣ ਵਾਹੁਣ ਵਾਲਾ ਸੀ ਉਦਣ ਮੈਂ ਉਹਦੀ ਹੈਲਪ ਕਰਾ ਤੀ ਵੀ ਉਹ ਨਾਲ ਨੂੰ ਲਭਾ ਤਾ ਇਉਂ ਉਹ ਕਰਦੇ ਵੀ ਨਹੀਂ ਉਹ ਵੀ ਕਹਿੰਦੇ ਉਵੇਂ ਵੀ ਹਾਂ ਤੂੰ ਆਹ ਕੰਮ ਕਰ ਹੀ ਕਰ ਉਹਨਾਂ ਨੇ ਆਵੇ ਮਿਹਨਤ ਲਾ ਖਾ ਅਤੇ ਆਪਦਾ ਖੇਡ ਉਹ ਜਿਹੜੇ ਆਪਣੇ ਨੋਰਮਲ ਹੁੰਦੇ ਆ ਕੋਈ ਉਹ ਚੀਜ਼ ਲਿਆਉਣੀ ਉਹ ਲਿਆਉਣੀ ਇਉਂ ਲਿਆ ਦਿੰਦਾ ਮੈਂ ਮਾਤਾ ਨਾਲ ਜ਼ਿਆਦਾ ਪਿਆਰਾ ਬਾਪੂ ਨਾਲ ਦੋਨਾਂ ਨੇ ਜ਼ਿਆਦਾ ਪਿਆਰਾ ਦੋਨਾਂ ਨਾਲ ਹੀ ਹਾਂ
ਇਹ ਨਹੀਂ ਹੈਗਾ ਵੀ ਇੱਕ ਤੋਂ ਲਾੜ ਮਿਲੇ ਇੱਕ ਤੋਂ ਘੂਰ ਇਸ ਤਰ੍ਹਾਂ ਸ਼ੁਰੂ ਤੋਂ ਮਿਲਦੀ ਫਿਰ ਘੂਰ ਉਹ ਕਿਵੇਂ ਉਹ ਤਾਂ ਲਾੜ ਵੀ ਮਿਲ ਜਾਂਦਾ ਘੂਰ ਵੀ ਘੂਰ ਬਾਹਲੀ ਭੈੜੀ ਮਿਲਦੀ ਆ ਲਾੜ ਥੋੜ੍ਹਾ ਘੱਟ ਹੋਵੇ ਮਾਤਾ ਘੱਟ ਬਾਪੂ ਤਾਂ ਕਿਤੇ ਕਿਤੇ ਉਹ ਲੜਨਾ ਹੋਣੇ ਆਉਣੇ ਵੀ ਹਾਂ ਤੇ ਮਾਤਾ ਨੇ ਹਰੇਕ ਗੱਲ 'ਤੇ ਘੂਰਨਾ ਉਹਨਾਂ ਨੇ ਉਹ ਤਾਂ ਜਦੋਂ ਕੋਈ ਉਹਨੂੰ ਲੱਗਣਾ ਉਦੋਂ ਕਹਿਣਾ ਅਤੇ ਨਹੀਂ ਤਾਂ ਬਸ ਉਹਦੇ ਨੂੰ ਤਾਂ ਲਾੜ ਹੀ ਲਾੜ ਆ ਕਦੇ ਇਹ ਨਹੀਂ ਕਿਹਾ ਵੀ ਲੇਟ ਆਉਂਦੇ ਹੋ ਜਾਂ ਟੂਰਨਾਮੈਂਟ ਤੋਂ ਜਾਂ ਇਸ ਤਰ੍ਹਾਂ ਦਾ ਫਿਕਰ ਨਹੀਂ ਕੀਤਾ ਉਹਨਾਂ ਨੇ ਵਾਈਫ ਦੁਆਰਾ ਨਹੀਂ ਉਹਨਾਂ ਨੂੰ ਦੱਸਿਆ ਹੁਣ ਮਾਂ ਅਤੇ ਆਪਣੇ ਪਿਓ ਨੂੰ ਤਾਂ ਆਪਣੇ ਨੂੰ ਪਤਾ ਹੀ ਹੈ ਨਾ ਮਾਤਾ ਪਿਤਾ ਨੂੰ ਵੀ ਪਹਿਲਾਂ ਤਾਂ ਕੰਮ ਹਾਂ ਅਤੇ ਉਹਨੂੰ ਆਪਾਂ ਵਾਈਫ ਨੂੰ ਮੈਂ ਦੱਸਿਆ ਵਾ ਸਾਰਾ ਕੁਛ ਹੁਣ ਉਹ ਨਾਲ ਦੀ ਉਹ ਹੋ ਗਈ ਸਾਡੇ ਵੀ ਹਾਂ ਠੀਕ ਆ ਵੀ ਮੈਂ ਕਈ ਵਾਰੀ ਦੱਸੀਆਂ ਕਰਨਾ ਵੀ ਐਵੇਂ ਕਈ ਵਾਰੀ ਕਹਿ ਦਿੰਦੀਆਂ ਕਈ ਕੁੜੀਆਂ ਵੀ ਹਾਂ ਰੋਟੀ ਨਹੀਂ ਖਾਣੀ ਆਉਣੀ ਕਰਨੀ ਦਵਾਇਆ ਨਾਲ ਇਕੱਠੇ ਖਾਵਾਂਗੇ ਇਹ ਜੇ ਚੱਕਰ ਤਾਂ ਨਹੀਂ ਫਿਰ ਮੈਂ ਕਹੀ ਤਾਂ ਦੋ ਦਿਨ ਤੜਕੇ ਆਉਣੇ ਆ ਭੁੱਖੀ ਮਰ ਜਾਏਗੀ ਉਦੋਂ ਟਾਈਮ ਨਾਲ ਨਿਬੇੜਦਿਆ ਕਰ ਕੰਮ ਦੱਸੀ ਗੱਲ ਚੰਗੀ ਹੁੰਦੀ ਹੈ ਨਾ ਵੀ ਉਹ ਵੇੜ 'ਚ ਬੈਠੀ ਰਹੇ ਆਪਣੇ ਪਰ ਨਹੀਂ ਉਹ ਠੀਕ ਆ ਪਰ ਸਾਥ ਹੈ ਪੂਰਾ ਜੀਵਨ ਸਾਥੀ ਦਾ ਫਾਇਦਾ ਹੁੰਦਾ ਵਿਆਹ ਕਰਾਉਣ ਦਾ ਫਾਇਦਾ ਹੋਇਆ ਫਾਇਦਾ ਸਹੀ ਰਿਹਾ ਕਾਮਯਾਬ ਵਿਆਹ ਰਿਹਾ ਕਾਮਯਾਬ ਪੂਰਾ ਆਪਣਾ ਲਾਹੇ ਤੱਕ ਕਾਮਯਾਬ ਪੂਰਾ ਕੀ ਬਾਤ ਇਹ ਮੇਰੇ ਸਾਡਾ ਗਾਂ ਵੀ ਕਾਮਯਾਬ ਹੀ ਰਹੂ ਸਹੀ ਹੈ ਉਹਨਾਂ ਨੂੰ ਪਤਾ ਵੀ ਤੁਸੀਂ ਕਿਹੋ ਜਿਹੀ ਕਬੱਡੀ ਖੇਡਦੇ ਹੋ ਘਰਦਿਆਂ ਨੂੰ ਮੰਮੀ ਨੂੰ ਡੈਡੀ ਨੂੰ ਸਾਰਿਆਂ ਨੂੰ ਵੀ ਕਿਹੋ ਜਿਹੀ ਕਬੱਡੀ ਹੈਗੀ ਸੰਦੀਪ ਦੀ ਵੀ ਇਹ ਕਿਸ ਲੈਵਲ ਦੇ ਕਿੰਨੇ ਕੁ ਲੋਕਾਂ 'ਚ ਮਸ਼ਹੂਰ ਹੈ ਇਹ ਇਸ ਤਰ੍ਹਾਂ ਪਤਾ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਨਾ ਨਹੀਂ ਪਤਾ ਇੰਨਾ ਨਹੀਂ ਪਤਾ ਵਾਈਫ ਨੂੰ ਵਾਈਫ ਤਾਂ ਜਿਵੇਂ ਮੰਨ ਕੇ ਚੱਲ ਅੱਜ ਕੱਲ੍ਹ ਦੇ ਹੈ ਨਾ ਹੁਣ ਉਹਨਾਂ ਨੂੰ ਤਾਂ ਸਾਰਾ ਕੁਝ ਫੋਨ 'ਤੇ ਪਤਾ ਲੱਗ ਜਾਂਦਾ ਜਿਵੇਂ ਅਤੇ ਪਰ ਉਹਨਾਂ ਨੂੰ ਨਹੀਂ ਪਤਾ ਵੀ ਹਾਂ ਜਾਂ ਇੱਥੇ ਆਹ ਲੈਵਲ 'ਤੇ ਖੇਡੀ ਜਾਂਦੇ ਆ ਜਾਂ ਜਿਵੇਂ ਉਹਨਾਂ ਨੇ ਉਹ ਵੀ ਹਾਂ ਖੇਡਦੇ ਆ ਹਾਂ ਬਸ ਵੀ ਖੇਡਦੇ ਆ ਹਾਂ ਵੀ ਖੇਡਦੇ ਆ ਬਸ ਸਹੀ ਆ ਕਦੇ ਕਦੇ ਹੋਇਆ ਵੀ ਕੋਈ ਨਾ ਬਾਪੂ ਹੋਵੇ ਨਾ ਮੈਚ ਉਹ ਤਾਂ ਹਾਂ ਜੇ ਉਹ ਕਿਤੇ ਜੱਫੇ ਜੁੱਫੇ ਲੱਗ ਜਾਣ ਉੱਥੇ ਉਹ ਵੀ ਗਾਲਾਂ ਵੀ ਕੱਢਦਾ ਵੀ ਤੁਸੀਂ ਆਹ ਹੀ ਕਰਦੇ ਹੋ ਮਿਹਨਤ ਮੁਹਨਤ ਲਾਓ ਤੁਸੀਂ ਅਤੇ ਵੀ ਮੰਮੀ ਨਹੀਂ ਮੈਚ ਜ਼ਿਆਦਾ ਦੇਖਦੇ ਉਹਨੂੰ ਤਾਂ ਵੀ ਹਾਂ ਉਹ ਖੇਡਦੇ ਆ ਉਹ ਬਾਪੂ ਦੱਸ ਦਿੰਦਾ ਨਾ ਫਿਰ ਜਿੱਥੋਂ ਜਿੱਤ ਗਿਆ ਜਿੱਥੋਂ ਹਾਰ ਗਿਆ ਫੋਨ ਉਹਦੇ ਹੱਥ 'ਚ ਹੁੰਦਾ ਮੈਚਾਂ ਵਾਲੇ ਸੀਜ਼ਨ ਤਾਂ ਉਹਦਾ ਵੀ ਸੀਜ਼ਨ ਹੀ ਹੁੰਦਾ ਮੈਚ ਦੇਖਣ ਦਾ ਬੋਲਣ ਨਹੀਂ ਦੇਣਾ ਫਿਰ ਕਿਸੇ ਨੇ ਉਹਨੇ ਉਹ ਚੁੱਪ ਕਰਕੇ ਵੇਖਿਆ ਮੈਂ ਸਾਰੇ ਇੱਕ ਚੀਜ਼ ਹੋਰ ਪੁੱਛੂਗਾ ਤੁਸੀਂ ਪਿੰਡ ਸੰਦੀਪ ਪਿੰਡ ਤੋਂ ਬਾਹਰ ਬਾਹਰ ਰਹਿੰਦੇ ਹੋ ਹੈ ਨਾ ਆਸੇ ਪਾਸੇ ਕੋਈ ਬਹੁਤਾ ਕੋਈ ਘਰ ਵੀ ਹੈ ਨਹੀਂ ਗੇ ਜਿਹਨਾਂ ਨਾਲ ਵਰਤ ਵਰਤਾਓ ਫਿਰ ਦਿਲ ਲੱਗ ਜਾਂਦਾ ਉੱਥੇ ਘਰਦਿਆਂ ਦਾ ਜਾਂ ਤੁਹਾਡਾ ਜਾਂ ਅਮਨ ਦਾ ਜਾਂ ਇਸ ਤਰ੍ਹਾਂ ਘੋੜੇ ਦਾ ਦਿਲ ਉੱਥੇ ਪ੍ਰਦੀਪ ਉਹ ਪਹਿਲਾਂ ਤਾਂ ਹੀ ਗਿੱਜੇ ਵੀ ਆ ਸ਼ੁਰੂ ਤੋਂ ਹੀ ਉਵੇਂ ਹੈ ਨਾ ਕਿਉਂਕਿ ਸਾਨੂੰ ਬਹੁਤ ਟਾਈਮ ਉੱਥੇ ਮੈਂ ਕਹਿੰਦਾ 45-50 ਸਾਲ ਦੇ ਨੇੜੇ ਤੋਂ ਮੈਂ ਤੁਹਾਡਾ ਤਾਂ ਉੱਥੇ ਹੀ ਪੈਦਾ ਹੋਇਆ ਉੱਥੇ ਹਾਂ ਉੱਥੇ ਜੰਮੇ ਹਾਂ ਅਤੇ ਉਵੇਂ ਜੀ ਗਿੱਜੇ ਵੀ ਆ ਸਾਡਾ ਉਵੇਂ ਜੇ ਟੀਮ ਜਾਂ ਬਣਿਆ ਸੁਬਾਹ ਆ ਜਾਂਦੇ ਹਾਂ ਅਸੀਂ ਇੱਥੇ ਜਾਂ ਜਿੰਮ ਆ ਜਾਂਦੇ ਹੈ ਨਾ ਪਿੰਡ ਜੇ ਪਿੰਡ ਆ ਕੇ ਹਾਂ 2-3 ਘੰਟੇ ਸੁਬਾਹ ਫਿਰ ਦੁਪਹਿਰੇ ਜਾ ਕੇ ਅਸੀਂ ਹੁਣ ਨਾ ਗਰਮੀਆਂ ਦਿਨ ਚੱਲ ਪਏ ਜਾਂ ਤਾਂ ਨਹਾ ਲੈਣ ਨਹਾਉਣ ਜਾ ਵੜਨਾ ਨਹਿਰ 'ਤੇ ਜਾਂ ਫਿਰ ਘਰੇ ਪੈ ਜਾਣਾ ਸ਼ਾਮ ਨੂੰ ਫਿਰ ਗਰਾਊਂਡ 'ਚ ਆਉਣਾ ਬਸ ਸਾਡਾ ਉਹ ਰੂਟੀਨ ਬਣਾਇਆ ਸ਼ੁਰੂ ਤੋਂ ਹੀ ਇਹ ਅੱਜ ਦਾ ਰੂਟੀਨ ਇਹ 15-16 ਸਾਲ ਹੋ ਗਏ ਇਸ ਰੂਟੀਨ ਨੂੰ ਐਂ ਨਹੀਂ ਕਦੇ ਲੱਗਿਆ ਵੀ ਇਸ ਵੀ ਕੋਈ ਘਰ ਨਹੀਂ ਹੈਗਾ ਕੋਲੇ ਰਿਹਾ ਜਾਂ ਇਸ ਤਰ੍ਹਾਂ ਦੀ ਲੋੜ ਵੀ ਨਹੀਂ ਮਹਿਸੂਸ ਹੁੰਦੀ ਇਸ ਤਰ੍ਹਾਂ ਨਹੀਂ ਕੋਈ ਨਹੀਂ ਕੋਈ ਸਹੀ ਹੈ ਮਤਲਬ ਜਿਵੇਂ ਆ ਤੁਹਾਡੇ ਉੱਥੇ ਫਿਰ ਨਹਿਰ ਨੇੜੇ ਪੈਂਦੀ ਹੈ ਆ ਗਏ ਸੀ ਸਾਲ ਕੁ ਇੱਥੇ ਪਿੰਡ ਵੀ ਲੱਗ ਗਿਆ 2 ਸਾਲ ਉਦੋਂ ਥੋੜ੍ਹਾ ਜਿਹਾ ਆਪਣਾ ਰੌਲਾ ਜਿਹਾ ਚੱਲਦਾ ਸੀ ਜ਼ਮੀਨ ਦਾ ਉਹਦੇ ਕਰਕੇ ਆਪਾਂ ਨੂੰ ਆਉਣਾ ਪਿਆ ਅੱਛਾ ਅਤੇ 2 ਸਾਲ ਫਿਰ ਇੱਥੇ ਆਪਣੇ ਘਰਦਿਆਂ ਦਾ ਨਜੀ ਲੱਗਿਆ ਕੇ ਅੱਛਾ ਐਂ ਵੀ ਹੋ ਜਾਂਦਾ ਹਾਂ ਉਹ ਉਹ ਕਹਿੰਦੇ ਸੁਣੇ ਆਉਣ ਲੱਗਦਾ ਜਿਵੇਂ ਘੁੱਟਣ ਘੁੱਟਣ ਜਿਹੀ ਮਹਿਸੂਸ ਹੁੰਦੀ ਆ ਵੀ ਜਿਵੇਂ ਉੱਥੇ ਤਾਂ ਆਪਣੇ ਉੱਚੀ ਉੱਚੀ ਬੋਲੀ ਚਾਲ ਜਿਹੜਾ ਮਰਜ਼ੀ ਕੁਛ ਕਰੀ ਚੱਲ ਆਪਣੇ ਸਿੱਧੀਆਂ ਗੱਲਾਂ ਚੱਲਦੀਆਂ ਉਵੇਂ ਇੱਥੇ ਫਿਰ ਹੁਣ ਆਂਢ ਗਵਾਂਢ ਸੀ ਨਾਲ ਅਤੇ ਉਵੇਂ ਉਵੇਂ ਹੀ ਲੱਗਿਆ ਵੀ ਦੱਬੇ ਜੇ ਬੈਠੇ ਹਾਂ ਫਿਰ ਉੱਥੇ ਜਾ ਕੇ ਸੁੱਖ ਦਾ ਸਹਾਇਤ ਉੱਥੇ ਗਏ ਦੁਬਾਰਾ ਫਿਰ ਉੱਥੇ ਜਾ ਫਿਰ ਉੱਥੇ ਜਾ ਕੇ 2 ਸਾਲ ਰਹਿ ਗਏ ਇੱਥੇ ਆਪਾਂ ਪਿੰਡ ਠੀਕ ਹੈ ਹਰਬਿੰਦਰ ਕੇ ਘਰਾਂ ਹੁੰਦੇ ਘਰ ਆਪਣਾ ਪਿੰਡ ਲੈਵਲ 'ਤੇ ਸਾਥ ਹੈ ਲੋਕਾਂ ਦਾ ਜਾਂ ਉਹ ਜੈਲਸੀ ਵਾਲੇ ਵੀ ਹੈਗੇ ਜਿਹੜੇ ਐਂ ਸੋਚਦੇ ਯਾਰ ਵੀ ਕਿਉਂ ਕਾਮਯਾਬ ਹੋ ਗਏ ਜਾਂ ਇਸ ਤਰ੍ਹਾਂ ਉਹ ਪ੍ਰਦੀਪ ਉਹ ਤਾਂ ਹੁੰਦੇ ਹੀ ਆਪਣੇ ਹੈ ਨਾ ਸਾਰੇ ਚੈਲਸੀ ਵਾਲੇ ਵੀ ਹੁੰਦੇ ਆ ਚਾਹੁਣ ਵਾਲੇ ਵੀ ਹੁੰਦੇ ਆ ਸਾਥ ਵੀ ਹਾਂ ਜਿਹੜੇ ਦਿੰਦੇ ਆਪਾਂ ਨੂੰ ਸਾਥ ਜਾਂ ਜਿਨ੍ਹਾਂ ਦਾ ਆਪਾਂ ਕਰਦੇ ਹਾਂ ਜਾਂ ਜਿਹੜੇ ਆਪਣੇ ਕਰਦੇ ਆ ਉਹ ਸਾਥ ਵੀ ਆ ਜੈਲਸੀ ਵਾਲੇ ਵੀ ਹੈਗੇ ਆ ਹੁਣੇ ਵੀ ਚਾਹੀਦੇ ਆ ਦੋਨਾਂ ਤਰ੍ਹਾਂ ਦੇ ਹੈਗੇ ਆ ਅਸੀਂ ਐਂ ਕਰਦੀ ਐਂ ਫੋਟੋ ਇੱਦਾਂ ਕੁਛ ਹੋਰ ਸਹੀ ਤੇਰੇ ਵੱਲੋਂ ਕੋਈ ਤੇਰੇ ਦਿਮਾਗ 'ਚ ਆ ਰਹੀ ਕੋਈ ਗੱਲ ਹੋਵੇ ਜਿਵੇਂ ਉਦਣ ਆਈ ਸੀ ਬਹੁਤਾ ਪਰੇਸ਼ਾਨ ਸੀ ਇਹ ਜੇ ਮੈਚ ਹਾਰਦੇ ਆ ਵੀ ਆਏ ਵਾਰ ਹੁੰਦੇ ਆ ਕਿਹੜਾ ਪਿੰਡ ਸੀ ਟੂਰਨਾਮੈਂਟ ਸੀ ਜਿੱਦਾਂ ਸਾਰਿਆਂ ਨਾਲ ਖੇਡਿਆ ਤੇਰੇ ਨਾਲ ਮਤਲਬ ਕਹਿਣ ਦਾ ਇਹ ਵੀ ਜਿੱਦਾਂ ਕੋਈ ਮੈਚ ਹਾਰ ਜਾਂਦੇ ਹੋ ਹਾਂ ਕਿੱਦਣ ਕਦੋਂ ਜਿੱਦਣ ਤੁਸੀਂ ਆਪਾਂ ਉਦਾਸ ਸੀ ਤੁਸੀਂ ਪੂਰੇ ਇੱਕ ਦੇ ਪੁਆਇੰਟ ਤੇ ਹਾਰੇ ਆ ਤੁਸੀਂ ਨਾਲ ਢੰਡੋਲੀ ਵਾਲੇ ਖੇਡੇ ਸਾਰੇ ਮਤਲਬ ਕਦੇ ਕਦੇ ਉਦਾਸੀ ਆ ਜਾਂਦੀ ਹੈ ਇਸ ਚੀਜ਼ ਨੂੰ ਮੈਚ ਕੱਲ੍ਹ ਪਰਸੋਂ ਨਹੀਂ ਹਾਂ ਕੀ ਹੋਇਆ ਉਦਣ ਉਦਾਸ ਸੀ
ਮਤਲਬ ਮੈਚ ਹਾਰਨ ਤੇ ਉਦਾਸੀ ਹੋ ਜਾਂਦੀ ਹੈ? ਮੈਚ ਹਾਰਨ ਤੇ ਜਿਵੇਂ ਹੁਣ ਵਿੱਚ ਆਪਣੇ ਮੈਚ ਕਈ ਦੀ ਲੱਗਦੇ ਆ ਵੀ ਹਾਂ ਵੀ ਹਾਂ ਗਾਂਹ ਵਾਲੀ ਟੀਮ ਵੀ ਵਧੀਆ ਪੂਰੀ ਹੈ ਨਾ, ਆਪਣੀ ਵੀ ਟੀਮ ਵਧੀਆ, ਉੱਥੇ ਕਦੇ ਜੱਥਾ ਰਹਿੰਦੀ ਉੱਥੇ ਕੋਈ ਚੱਕਰ ਨਹੀਂ ਵੀ ਠੀਕ ਆ, ਆਪਣੀ ਗਾਂਹ ਵਾਲੀ ਟੀਮ ਵਧੀਆ ਸੀ ਉੱਦਣ ਜਿੱਦਣ ਉਹ ਟੂਰਨਾਮੈਂਟ ਹੋਇਆ ਉੱਦਣ ਸਾਡੀ ਟੀਮ ਸਟਰੋਂਗ ਬਣਦੀ ਸੀ ਉਹਨਾਂ ਦੀ ਟੀਮ ਨਾਲੋਂ। ਅੱਛਾ ਵੀ ਟੀਮ ਸਟਰੋਂਗ ਸੀ ਪਰ ਮੈਚ ਤੁਸੀਂ ਲੂਜ਼ ਕਰਕੇ? ਮੈਚ ਤੁਸੀਂ ਲੂਜ਼ ਕਰਕੇ, ਮੈਚ ਕਿਵੇਂ ਲੂਜ਼ ਕਰਕੇ, ਐਂਡ ਵਾਲੇ ਜੱਫਿਆਂ 'ਤੇ ਲੂਜ਼ ਕਰਕੇ, ਐਂਡ ਵਾਲੇ ਜੱਫੇ ਲਾ ਕੇ ਮੈਨੂੰ ਦੋ ਜੱਫੇ ਤਾਂ ਚੱਲ ਸੀਗੇ ਉੱਧਰ ਰੇਡਾਂ ਨੂੰ ਸਾਪਰਾਂ ਨੂੰ ਵੀ ਸੀ ਉਹਨਾਂ ਦੇ ਨੂੰ ਸੀ, ਪਰ ਮੈਂ ਚੱਲ ਪਹਿਲਾਂ ਮੈਨੂੰ ਜੱਫਾ ਹੈ ਨਹੀਂ ਸੀ ਕੋਈ, ਜੇ ਮੈਂ ਉਹ ਦੋ ਜੱਫੇ ਵੀ ਨਾ ਖਾਂਦਾ ਫਿਰ ਵੀ ਮੈਚ ਜਿੱਤ ਜਾਂਦੇ ਸੀ। ਅੱਛਾ ਉਹ ਆਪਦੇ ਆਪ 'ਤੇ ਆ ਰਿਹਾ ਸੀ ਵੀ ਯਾਰ ਮੈਂ ਮੈਚ ਹਾਰਾ ਤਾ? ਉੱਥੇ ਆਪਦੇ ਆਪ 'ਤੇ ਸਿੱਧਾ ਹੀ ਆ ਗਿਆ ਬਾਈ, ਜੇ ਉਹ ਨਾ ਜੱਫੇ ਲੱਗਦੇ ਸ਼ਾਇਦ, ਜਿੱਥੇ ਪਹਿਲਾਂ ਨਾ ਜੱਫੇ ਨੇ ਹੈ ਨਹੀਂ ਸੀ ਮੈਨੂੰ ਕੋਈ ਵੀ, ਜੇ ਉਹ ਨਾਲ ਫਿਰ ਮੈਚ ਜਿੱਤਦੇ ਹੀ ਉਹ ਦੋ ਲੱਗ ਗਏ ਪਿੱਛੋਂ ਲਗਾਤਾਰ ਹੀ ਲੱਗ ਗਏ। ਅੱਛਾ ਤੇ ਫਿਰ ਉਹਦੇ ਆਉਣ ਜੇ ਚੜਾ ਵੀ ਟੀਮ ਡਾਊਨ ਪੈ ਗਈ ਉੱਥੇ, ਇੱਕ ਮੈਚ ਐਂਡ ਵਾਲਾ ਸੀ ਉਹ ਵੀ ਖੀਰਲਾ ਟੂਰਨਾਮੈਂਟ ਸੀ। ਅੱਛਾ ਤੇ ਇੱਕ ਉੱਥੇ ਆਉਂ ਜੇ ਲੱਗਿਆ ਵੀ ਹਾਂ ਯਾਰ ਆ ਗਲਤ ਹਾਰ ਗਏ, ਫਿਰ ਉਦਾਸੀ ਹੋਈ ਇਸ ਗੱਲ। ਹਾਂ ਫਿਰ ਉਵੇਂ ਮੈਚਾਂ ਤੇ ਹੁੰਦੀ ਆ, ਕਈ ਮੈਚ ਹੈਗੇ ਹੋਰ ਵੀ ਮੈਚ ਹੁੰਦੇ ਆ ਜੇ ਵੀ ਜਿੱਥੇ ਇਉਂ ਜੇ ਮੈਚ ਹਾਰ ਜਾਈਏ ਉੱਥੇ ਉਦਾਸੀ ਜੀ ਹੁੰਦੀ ਆ ਵੀ ਨਹੀਂ ਗਲਤ ਹਾਰ ਗਏ ਮੈਚ, ਜਾਂ ਜਿੱਥੇ ਮੈਚ ਹੀ ਇੱਕ ਤਰਫਾ ਲੱਗ ਜਾਏ ਉੱਥੇ ਗੁੱਸਾ ਜਿਹਾ ਚੜ੍ਹਦਾ ਵੀ ਜਾਂ ਤਾਂ ਫਸ ਕੇ ਲੱਗਦਾ ਨਾ, ਜੇ ਇੱਕ ਤਰਫਾ ਜੋ ਦੋ ਔਖਾ ਲੱਗਦਾ ਕੰਮ। ਕਦੇ ਐਂ ਵੀ ਹੁੰਦਾ ਸੰਦੀਪ ਵੀ ਸੰਦੀਪ ਨੇ ਕਨੇਡਾ ਹੀ ਨਹੀਂ ਪਈਆਂ ਜਾਂ ਰੁਕ ਗਿਆ ਜਾਂ ਉਹ ਚੱਫੇ ਬਾਹਲੇ ਪੈ ਗਏ ਤੇ ਫਿਰ ਉੱਥੇ ਰੇਡਾਂ ਪਾਉਣ ਹਟ ਜੇ, ਐਂ ਵੀ ਹੋਇਆ? ਨਹੀਂ ਇਉਂ ਤਾਂ ਨਹੀਂ ਹੋਇਆ ਪ੍ਰਦੀਪ ਕਿਤੇ। ਹਾਂ ਜਾਂਦਾ ਮੈਂ ਜਦੋਂ ਜਾਂਦਾ ਗਰਾਊਂਡ 'ਚ ਜਾਂਦਾ ਨਹੀਂ ਹੈ ਨਾ ਵੀ ਖੇਡਣਾ ਨਹੀਂ, ਜੇ ਮੈਂ ਖੇਡਾਂ ਤਾਂ ਫਿਰ ਇਉਂ ਤਾਂ ਨਹੀਂ ਕਿਤੇ ਹੋਇਆ ਵੀ ਹਾਂ ਵੀ ਜੱਫੇ ਪੈ ਗਏ ਤੇ ਖੜ ਗਿਆ, ਜੱਫੇ ਪਈ ਜਾਣਗੇ ਉਹ ਨਹੀਂ ਵੀ ਕੌਡੀਆਂ ਪਾਉਣੋਂ ਨਹੀਂ ਰੁਕਿਆ ਕਿਤੇ ਵੀ। ਅਤੇ ਉਹ ਉੱਦਾਂ ਜਿਹੜੀ ਪ੍ਰੈਕਟਿਸ ਚੱਲਦੀ ਹੈ ਉਹ ਗਰਾਊਂਡ ਦੇ ਵਿੱਚ ਫਿਰ ਸਾਥੀ ਖਿਡਾਰੀਆਂ ਨਾਲ ਗਰਾਊਂਡ ਪ੍ਰੈਕਟਿਸ ਕਰਦੇ ਹੋ ਕਿ ਨਹੀਂ? ਬਹੁਤੀ ਨਹੀਂ ਕੋਈ, ਕਿੰਨੀ ਕੁ ਕਰਦੇ? ਨਹੀਂ ਨਹੀਂ ਗਰਾਊਂਡ ਪ੍ਰੈਕਟਿਸ ਹੀ ਕਰਦੇ ਹਾਂ ਵਰਦੀ, ਅਸੀਂ ਮੈਚ ਖੇਡਦੇ ਹੋ? ਗਰਾਊਂਡ ਪ੍ਰੈਕਟਿਸ ਹੀ ਕਰਦੇ ਹਾਂ ਅਸੀਂ, ਮੈਚ ਖੇਡਦੇ ਹਾਂ ਗਰਾਊਂਡ ਪ੍ਰੈਕਟਿਸ ਕਰਦੇ ਹਾਂ ਵੀ ਜਿੰਮ ਜੁੰਮ ਲਾਉਣੇ ਤਾਂ ਹੈ ਵੀ ਐਂ ਜ਼ਿਆਦਾ ਨਹੀਂ ਕਰੇ ਜਿੰਮ ਦਾ ਸਾਡੇ 'ਚ ਵੀ ਹਾਂ ਲਾਗੇ ਲਾਗੇ ਸਾਰੇ ਪਲੇਅਰ 'ਚ, ਰੁਪਿੰਦਰ ਦੁੱਧੇ 'ਚ ਵੀ ਨਹੀਂ ਹੈ? ਹਾਂ ਸਾਰੇ ਸਾਰੇ ਸਾਡੇ ਗਰਾਊਂਡ ਪ੍ਰੈਕਟਿਸ ਹੀ ਲਾਉਂਦੇ, ਗਰਾਊਂਡ 'ਚ ਹੁਣ ਅਸੀਂ ਪ੍ਰੈਕਟਿਸ ਉਹਦਾ ਲਾਉਣ ਲੱਗ ਗਏ ਮਾੜੀ ਮੋਟੀ, ਅਤੇ ਹੁਣ ਅਸੀਂ ਲੱਗ ਜਾਣਾ ਬਸ ਹੋਰ ਦਿਖਾ ਦੇਣਾ ਤਾਂ ਹੀ, ਫਿਰ ਅਸੀਂ ਦੋ ਦੋ ਤਿੰਨ ਤਿੰਨ ਘੰਟੇ ਢਾਈ ਢਾਈ ਲਾ ਦਿੰਦੇ ਗਰਾਊਂਡ 'ਚ, ਗਰਾਊਂਡ ਵਰਕ ਹੀ ਕਰਦੇ ਹਾਂ। ਜਿਹੜੀਆਂ ਜਿਹੜੀਆਂ ਪਿੰਡ ਵਾਰ ਟੀਮਾਂ ਨੇ ਉਹਦੇ 'ਚ ਮਤਲਬ ਦੋਧੇ ਦੀ ਟੀਮ ਬਣਾਉਂਦੇ ਰਹਿੰਦੇ ਹੋ ਜਾਂ ਕਿਵੇਂ? ਮਤਲਬ ਖਿਡਾਰੀ ਬਹੁਤ ਹੈ ਨਾ, ਏ ਸੀ ਦਾ ਬੈਨੀਫਿਟ ਤਾਂ ਹੁੰਦਾ ਹੀ ਹੋ? ਨਹੀਂ ਉਹ 'ਚ ਆਪਣੀ ਟੀਮ ਬਣਦੀ ਹੈ ਪਿੰਡ ਵਾਰ ਦੇ ਟੂਰਨਾਮੈਂਟ ਤਾਂ ਬਣਦੀ ਹੈ, ਜਦੋਂ ਤਾਂ ਐਗਤੀ ਬਣੀ ਸਾਰੀ ਥਾਈ, ਉਹ ਜਦੋਂ ਕੱਪ ਕੁੱਪ ਚੱਲਦੇ ਹੁੰਦੇ ਉਦੋਂ ਥੋੜ੍ਹੀ ਬਣਾਉਣੀ ਔਖੀ ਹੋ ਜਾਂਦੀ ਆ, ਕਿਉਂਕਿ ਉਦੋਂ ਕੱਪ ਡੇਲੀ ਹੁੰਦਾ, ਅਤੇ ਨਹੀਂ ਤਾਂ ਪਿੰਡ ਵਾਰ ਦੇ ਮੈਚਾਂ ਦੇ ਬਣਾ ਲੈਣੀ ਟੀਮ, ਆਪਾਂ ਪਿੰਡ ਦੀ ਬਣਾਉਣੀ ਟੀਮ, ਮਤਲਬ ਬਣ ਜਾਂਦੀ ਵਧੀਆ ਟੀਮ ਬਣਦੀ ਆ। ਦੋ ਬੰਦੇ ਉਹ ਖਿਡਾ ਕੇ ਬਣਦੇ ਕਿ ਤਿੰਨ? ਆਪਣੇ ਤਾਂ ਦੋ ਖਿਡਾ ਕੇ ਬਣ ਜਾਂਦੇ, ਆਪਣੇ ਤਾਂ ਇੱਕ ਇੱਕ ਬੰਦਾ ਖਿਡਾ ਕੇ ਬਣ ਜੂ। ਕਿਹੜੇ ਕਿਹੜੇ ਫਿਰ ਨਾਲ? ਆਪਣੇ ਨਾਲ ਜਾਫੀ ਪਿੰਡ ਦੇ ਹੈਗੇ ਆ, ਕਾਲਾ ਸਾਡੇ ਵਾਲਾ ਅਤੇ ਲਵਲੀ, ਅਤੇ ਨਾਲ ਭਲਾ ਇੱਕ ਜਾਫੀ ਖਿਡਾ ਲਏ ਇਹਨਾਂ ਦੇ, ਅਤੇ ਰੇਡਰ ਦੋਨੇ ਹੈਗੇ ਅਸੀਂ, ਰੁਪਿੰਦਰ ਦੁੱਧਾ ਤੋਂ। ਹਾਂ ਅਤੇ ਹੁਣ ਤਾਂ ਇਹ ਚੱਲ ਖਿਡਾ ਲੈਂਦੇ ਵੀ ਹਾਂ ਤਿੰਨ ਰੇਡਰ ਚੱਲ ਸੌਖੇ ਰਹਾਂਗੇ, ਜਿਹੜਾ ਮੈਚ ਵੱਧ ਖੇਡੇ ਨਾ ਥਕਾਵਟ ਨਹੀਂ ਹੁੰਦੀ ਸਰੀਰ ਨੂੰ, ਅਤੇ ਨਹੀਂ ਤਾਂ ਆਪਾਂ ਨੂੰ ਜਾ ਬੰਦਾ ਤਾਂ ਆਪਣਾ ਖਿਡਾਈ ਚੱਲ ਗਿਆ ਜਾਫੀ, ਇਹ ਟੀਮ ਪਿੰਡ ਵਾਰ ਦੀ ਵਧੀਆ ਬਣਦੀ ਬਣਦੀ, ਕਿਉਂਕਿ ਉਹ ਜਿਹੜਾ ਵੀਹ ਪੰਜ ਵੀਹ ਦੇਣਾ ਹੈ ਨਾ, ਉਹ ਤਾਂ 65 ਦੇਣਾ, 15.5 ਵੱਧ ਤੋਂ ਵੱਧ 20 ਦੇਣਾ। ਫਿਰ ਮੈਚ ਇਹ ਖੇਡਣੇ ਸੌ, ਮੈਨੂੰ ਤਾਂ ਪਲੇਅਰ ਕਹਿੰਦੇ ਵੀ ਇਹ ਖੇਡਣੇ ਔਖੇ ਆ, ਬਹੁਤ ਸਾਰੇ ਪਲੇਅਰ ਤਾਂ ਇਹ ਕਹਿੰਦੇ ਵੀ ਆਹ ਮੈਚ ਖੇਡਣੇ ਔਖੇ, ਜਿਹੜੇ ਛੋਟੇ ਹੁੰਦੇ ਆ ਵੀ ਜ਼ਿਆਦਾ ਹੋ ਜਾਂਦੇ ਆ ਅਤੇ ਹਨੇਰਾ ਹੋ ਜਾਂਦਾ ਵੀ ਔਖਾ ਖੇਡ। ਉਹ ਗੱਲੋਂ ਔਖਾ ਵੀ ਹੈ ਇਹ 'ਚ ਵਰਦੀ, ਹਾਂ ਉਹ ਗੱਲੋਂ ਔਖਾ ਵੀ ਹੈ। ਹੁਣ ਉਹ 'ਚ ਤਾਂ ਮੰਨ ਕੇ ਚੱਲ ਜਿਵੇਂ ਆਪਾਂ ਕਹਿੰਦੇ ਹਾਂ ਵੀ ਮੈਂ ਕਹਿੰਦਾ ਇੱਕ ਬੰਦਾ ਖੜਾ ਕੇ ਆਪਣੀ ਟੀਮ ਵਧੀਆ ਬਣਦੀ ਆ, ਜ਼ੋਰ ਵੀ ਉਹ 'ਚ ਸਾਰੀ ਦਿਹਾੜੀ ਦੋਨਾਂ ਨੇ ਮਾਰਨਾ ਰੇਡਰਾਂ ਨੇ ਨਾ, ਅਤੇ ਉਹੀ ਜੇ ਬੰਦਿਆਂ ਜ਼ੋਰ ਲੱਗਣਾ ਜਿਹੜੇ ਮੇਨ ਮੇਨ ਆ, ਅਤੇ ਹਾਲਾਂਕਿ ਜਿਹੜਾ ਬਾਹਰ ਖੜਾ ਉਹ ਵੀ ਲੱਗਣਾ, ਉਹ ਤਾਂ ਫਿਰ ਆਉਣਾ ਔਖਾ ਹੀ ਆ, ਦੂਜੇ ਦਿਨ ਖੇਡਿਆ ਵੀ ਨਹੀਂ ਜਾਣਾ ਉਹ ਬੰਦਿਆਂ ਤੋਂ। ਉਹ ਵੱਡੇ ਮੈਚਾਂ 'ਚ ਇਉਂ ਸੌਖਾ ਹੁੰਦਾ ਵੀ ਕੌਡੀ ਆਪਦੀ ਆਪਦੀ ਪਾਉਣੀ ਆ, ਉਹ ਤਾਂ ਚਾਰ ਰੇਡਰ ਵਧੀਆ, ਕਿਤੇ ਅੱਠਵੀਂ ਕੌਡੀ ਆਉਣੀ ਆ ਜਾ ਕੇ ਆਪਣਾ, ਅੱਠਵੀਂ ਨੌਵੀਂ ਕੌਡੀ ਆਉਣੀ, ਰੋਜ਼ ਕਿੰਨੀ ਰੈਸਟ ਮਿਲਦੀ ਆਪਾਂ ਨੂੰ, ਨਾਲੇ ਮੈਚ ਤਿੰਨ ਖੇਡਣੇ ਸਾਰੇ, ਇਹ ਤੁਹਾਨੂੰ ਪਤਾ ਨਹੀਂ ਪੰਜ ਖੇਡਣੇ ਪੈਣਗੇ 6 ਖੇਡਣੇ ਪੈਣ, ਫਿਰ ਉਹ ਜ਼ੋਰ ਵੀ ਵੱਧ ਲੱਗਦਾ, ਪਰ ਹਨੇਰਾ ਵੀ ਹੁੰਦਾ, ਤਾਂ ਕਰਕੇ ਖੇਡਣੇ ਤਾਂ ਉਹੀ ਸੌਖੇ ਵੱਡੇ ਮੈਚ ਹੀ, ਪਰ ਇਹਨਾਂ 'ਚ ਹੁਣ ਟਾਈਮ ਨਹੀਂ ਲੰਮਾ ਹੁੰਦਾ, ਇਹਨਾਂ 'ਚ 65 ਹੁੰਦੇ ਆ ਵੀ ਦੋ ਰੇਡਰ ਵੀ ਕੱਢ ਸਕਦੇ ਆ। ਕਿਉਂਕਿ ਦਰਸ਼ਕਾਂ ਦਾ ਵੀ ਬਹੁਤ ਸਵਾਲ ਹੁੰਦਾ ਹੈ ਵੀ ਇਹ ਜ਼ਰੂਰ ਪੁੱਛੋ ਵੀ ਤੁਹਾਡੇ ਪਸੰਦੀਦਾ ਖਿਡਾਰੀ ਕਿਹੜੇ ਕਿਹੜੇ ਆ, ਵੀ ਪੁਰਾਣਿਆਂ 'ਚੋਂ ਪੁਰਾਣਿਆਂ 'ਚੋਂ ਨਵਿਆਂ 'ਚੋਂ ਜੋ ਵੀ ਪੁਰਾਣਿਆਂ 'ਚੋਂ ਤਾਂ ਹਰਜੀਤ ਬਰਾੜ ਸੀਗਾ ਮੇਰਾ ਪਸੰਦੀਦਾ, ਵੀ ਜੇ ਨਵਿਆਂ 'ਚੋਂ ਹੁਣ ਕੱਗੇ ਉਹਨਾਂ 'ਚ ਰੇਡਰ ਤਾਂ ਹੈਗਾ ਦੁੱਲਾ, ਅਤੇ ਜਾਫੀ ਹੈਗਾ ਬਾਈ ਸੀਰਾ ਪਿੱਥੋਂ ਵਾਲਾ। ਸੀਰੇ ਪਿੱਥੋਂ ਨਾਲ ਮੈਚ ਲੱਗਿਆ ਕਿ ਤੁਹਾਡੇ ਲੱਗਿਆ? ਹਾਂ ਕਿਵੇਂ ਮੈਚ ਵੀ ਲੱਗਿਆ ਪਿੰਡ, ਖੇਡਣਾ ਔਖਾ ਸੀਰੇ ਨਾਲ ਕਿ ਫਿਰ ਸੌਖਾ? ਨਹੀਂ ਉਵੇਂ ਔਖੇ ਸੌਖੇ ਦੀ ਨਹੀਂ ਕੋਈ ਗੱਲ, ਵੀ ਆਪਾਂ ਨੂੰ ਪਲੇਅਰ ਵਧੀਆ ਲੱਗਦਾ ਆਪਣਾ ਪਸੰਦੀਦਾ, ਇਉਂ ਨਹੀਂ ਵੀ ਹਾਂ ਵੀ ਔਖਾ ਤਾਂ ਹੁਣ ਮੈਚ ਹੀ ਇੰਨੇ ਲੱਗੇ ਪ੍ਰਦੀਪ, ਇਹ ਚੌਖੇ ਸੌਖੇ ਤਾਂ ਕੋਈ ਗੱਲ ਰਹਿ ਨਹੀਂ ਗਈ ਬਾਈ, ਇਹ ਤਾਂ ਹੁਣ ਸਾਰਾ ਸੇਮ ਹੀ ਲੱਗਦਾ, ਅਤੇ ਊਂ ਵੀ
ਅੱਛਾ ਕਬੱਡੀ 'ਚ ਹੈਲਪ ਹੁੰਦੀ ਹੈ? ਹਾਂ ਬਹੁਤ ਜ਼ਿਆਦਾ ਹੈਲਪ ਹੁੰਦੀ ਆ। ਕਿਵੇਂ ਕਿਵੇਂ ਮਤਲਬ ਮੈਚ ਦੇਖ ਕੇ ਕੀ? ਫਿਰ ਆਪਾਂ ਨੂੰ ਨਵੇਂ ਜਾਫਿਆਂ ਦੀ ਪਤਾ ਲੱਗਦਾ ਰਹਿੰਦਾ, ਹੁਣ ਜਿਨ੍ਹਾਂ ਦਾ ਆਪਣੇ ਮੈਚ ਲੱਗੇ ਆ ਉਹਨਾਂ ਦਾ ਤਾਂ ਆਪਣੇ ਪਤਾ ਹੀ ਆ ਵੀ ਇਹ ਕੀ ਕਰਨਾ। ਅੱਛਾ ਵੀ ਇਹਨਾਂ ਨੇ ਕੀ ਕਰਨਾ, ਕਿੱਥੋਂ ਕਿਹੜੇ ਲਗਾਈ ਮਾਰੇ। ਹੁਣ ਜਿਹੜੇ ਨਵੇਂ ਆ ਉਹਨਾਂ ਦੇ ਮੈਚ ਵੇਖਣਾ ਆਪਾਂ ਨੂੰ ਪਤਾ ਲੱਗੂਗਾ ਵੀ ਹਾਂ ਇਹ ਕੀ ਕਰਦੇ ਆ ਤੇ ਇੱਥੋਂ ਆਪਾਂ ਇਹਨਾਂ ਤੋਂ ਕਿਵੇਂ ਬਚਣਾ। ਅੱਛਾ ਜਿਹਨਾਂ ਲਗਾ ਕੀ ਹੈ, ਕਿਵੇਂ ਕਿਸ ਢੰਗ ਨਾਲ ਫੜਦੇ ਆ ਕੀ ਗੱਲ। ਹਾਂ ਉਹਨਾਂ ਨੂੰ ਆਪਣੂੰ ਪਤਾ, ਉਹ 'ਚ ਫਿਰ ਆਪਣੂੰ ਗਾ ਹੈਲਪ ਮਿਲਦੀ ਕੌੜੀ ਪਹੁੰਚ ਵੀ ਗਾ ਬੰਦੇ ਦਿਮਾਗ 'ਚ ਰਹਿੰਦੀ ਵੀ ਹਾਂ ਇੱਥੇ ਆਹ ਕੁਛ ਕਰਦਾ ਤਾਂ ਨਹੀਂ ਕਰਨ ਦੇਣਾ। ਜਿਹੜਾ ਜਿਹੜਾ ਸ਼ੁਰੂਆਤੀ 'ਚ ਆਪਣੀ ਸ਼ੁਰੂਆਤ 'ਚ ਗੱਲ ਹੋਈ ਸੀ ਵੀ ਤੁਸੀਂ ਗਾਇਕ ਬਣਨਾ ਚਾਹੁੰਦੇ ਹੋ, ਗਾਇਕੀ ਵਾਲਾ ਕੀੜਾ ਹਜੇ ਹੈਗਾ ਕਿ ਹੁਣ ਸ਼ਾਂਤ ਹੋ ਗਿਆ? ਨਹੀਂ 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 ਉਹ ਤਾਂ ਸ਼ਾਂਤ ਹੋ ਗਿਆ ਹੁਣ ਵਧੀਆ। ਫਿਰ ਕੋਈ ਗਾਉਣ ਗਾਉਣ ਦਾ ਕੋਈ ਉਹ ਸ਼ੌਂਕ ਨਹੀਂ? ਗਾਉਣ ਦਾ ਨਹੀਂ, ਹੁਣ ਤਾਂ ਉਦੋਂ ਸੀ ਪਰ ਹੁਣ ਤਾਂ ਹੁਣ ਤਾਂ ਸ਼ੌਂਕ ਇਹਦਾ ਹੀ ਹੈ ਬਸ। ਹਾਂ ਬਈ ਆਪਦਾ ਮਿਹਨਤ ਲੱਗਦੇ ਸੈੱਟ ਅੱਗੇ ਬਸ ਕੌਡੀ ਖੇਡਣੀ। ਹੁਣ ਤਾਂ ਉਦੋਂ ਪਹਿਲਾਂ ਪਹਿਲਾਂ ਹੁੰਦਾ ਉਦੋਂ ਦਿਮਾਗ ਜਿਹੇ 'ਚ ਬਣਦੀਆਂ। ਹਾਂ ਇੱਕ ਵੱਡੀ ਜਿਹੜੀ ਖੇਡਣੀ ਹੈ ਇਹਦੇ ਵਾਸਤੇ ਤਾਂ ਨਹੀਂ ਜ਼ਰੂਰੀ ਹੁੰਦਾ ਵੀ ਬਹੁਤਾ ਵੱਡਾ ਵਜਨ ਹੋਣਾ ਚਾਹੀਦਾ ਜਾਂ ਬਾਹਲਾ ਵੱਡਾ ਕੱਦ, ਕਿਉਂਕਿ ਤੁਸੀਂ ਉਹਨਾਂ ਪਲੇਅਰਾਂ 'ਚ ਆਉਣਾ ਜਿਹਨਾਂ ਦੇ ਕੱਦ ਵੀ ਕੋਈ ਬਹੁਤਾ ਵੱਡਾ ਨਹੀਂ ਅਤੇ ਵਜਨ ਵੀ ਕੋਈ ਬਾਹਲਾ ਨਹੀਂ। ਇਹ ਚੀਜ਼ ਵੀ ਹੈਲਪ ਕਰਦੀ ਹੈ ਕਈ ਵਾਰੀ ਵੀ ਵਜਨ ਘੱਟ ਹੋਣ ਨਾਲ ਅਤੇ ਸਹੀ ਕੱਦ ਜਿਹੜਾ ਉਹ ਘੱਟ ਹੋਣ ਨਾਲ। ਵੱਡੇ ਕੱਦ 'ਚ ਤਾਂ ਤੁਸੀਂ ਹੈ ਨਹੀਂ ਨਾ? ਨਹੀਂ ਹਾਂ ਇਹ ਵੀ ਨਹੀਂ ਮੇਰੇ ਹਿਸਾਬ ਨਾਲ ਤਾਂ ਐਡਾ ਕੋਈ ਜ਼ਿਆਦਾ ਹਾਂ ਹੈ ਨਹੀਂ ਕੋਈ ਚੱਕਰ, ਕਿਉਂਕਿ ਬਹੁਤ ਸਾਰੇ ਇੱਕ ਨਵੇਂ ਪਲੇਅਰ ਆ ਜਿਹੜੇ ਉਹ ਐਂ ਨਹੀਂ ਖੇਡਦੇ ਹੋਣੇ ਯਾਰ ਮੇਰਾ ਤਾਂ ਕੱਦ ਹੈ ਨਹੀਂ ਜਾਂ ਮੇਰਾ ਤਾਂ ਵਜਨ ਹੈ ਨਹੀਂ। ਵਜਨ ਹੈ ਨਹੀਂ ਪਰ ਇੱਕ ਹਿਸਾਬ ਨਾਲ ਦੇਖਿਆ ਪਰ ਦੀ ਮੈਚ ਕੱਦ ਵੀ ਹੋਣਾ ਜ਼ਰੂਰੀ, ਚੱਲ ਜੇ ਕੱਦ ਨਹੀਂ ਤਾਂ ਵਜਨ ਵੀ ਜ਼ਰੂਰੀ ਆ, ਕਿਉਂਕਿ ਵਜਨ ਵਾਲਾ ਬੰਦਾ ਤੋੜ ਦਿੰਦਾ ਦੋ ਜਾਫੀ ਨੂੰ। ਹੁਣ ਸਾਨੂੰ ਤਾਂ ਹੱਥ ਲਾ ਕੇ ਭੱਜਣਾ ਹੀ ਪੈਣਾ, ਇਉਂ ਤਾਂ ਹੈ ਨਹੀਂ ਹੁਣ ਅਸੀਂ ਭਿੜ ਕੇ ਜਾ ਵੜਾਂਗੇ ਜਾਫੀ ਨਾਲ, ਤੋੜ ਦੂ ਸਾਨੂੰ ਜਾਫੀ ਉਹਦੀ ਫਿਰ ਤਾਂ ਕੌੜੀ ਨਹੀਂ ਪੈਣੀ ਦੂਜੀ। ਥੋੜ੍ਹਾ ਜਿਹਾ ਵਜਨ ਹੋਵੇ ਜਾਫੀ ਦਾ ਫਿਰ ਉਹਦਾ ਜ਼ੋਰ ਵੀ ਘੱਟ ਲੱਗਦਾ ਰੇਡਰ ਦਾ ਹਾਂ, ਫਿਰ ਉਹਦਾ ਜ਼ੋਰ ਵੀ ਘੱਟ ਲੱਗਦਾ ਅਤੇ ਫਿਰ ਸਟੈਮਿਨਾ ਵੀ ਉਹਦਾ ਵੱਧ ਬਣਦਾ ਹੈ ਨਾ, ਕਿਉਂਕਿ ਜ਼ੋਰ ਵਜਨ ਉਹਦਾ ਬਰਾਬਰ ਦਾ ਉਹ ਜਾਫੀ ਨੂੰ ਵੀ ਤੋੜੂਗਾ ਜਾਫੀ ਦਾ ਵੀ ਜ਼ੋਰ ਲਵਾਊਗਾ। ਅਤੇ ਜਿਵੇਂ ਚੱਲ ਹੌਲੀ ਵਜਨ ਦਾ ਐਵੇਂ ਚੱਲ ਹਾਂ ਸਹੀ ਆ ਵੀ ਪਰੇਸ਼ਾਨੀ ਆ ਪਹਿਲੀ ਜੇ ਨਿਕਲੇ ਤਾਂ ਠੀਕ ਹੈ ਜੇ ਫੜੇ ਗਏ ਫਿਰ ਰੁਕ ਜਾਣਾ ਫਿਰ ਫੜੇ ਗਏ ਤਾਂ। ਮੈਂ ਸੰਦੀਪ ਤੁਹਾਡੀ ਨਾ ਪੁਰਾਣੀਆਂ ਰੇਡਾਂ ਦੇਖ ਰਿਹਾ ਸੀ ਕੱਲ੍ਹ ਬੈਠਾ, ਮੈਂ ਦੇਖ ਰਿਹਾ ਜਦੋਂ ਵੀ ਕੁਛ ਖੇਡਣ ਦਾ ਕੀ ਸਟਾਈਲ ਆ ਥੋੜ੍ਹਾ ਜਿਹਾ ਹੋਰ, ਤਾਂ ਉਹਦੇ 'ਚ ਮੈਂ ਤੁਹਾਡੀਆਂ ਪੁਰਾਣੀਆਂ ਰੇਡਾਂ ਰਹੀ ਉਹ 'ਚ ਤੁਸੀਂ ਹੁਣ ਦੇ ਸਟਾਈਲ 'ਚ ਉਦੋਂ 'ਚ ਇਹ ਫਰਕ ਸੀ ਕਿ ਜੇ ਉਦੋਂ ਖਿਡਾਰੀ ਤੁਹਾਨੂੰ ਫੜ ਲੈਂਦਾ ਸੀ ਉਦੋਂ ਸੰਦੀਪ ਜ਼ੋਰ ਮਾਰਦਾ ਰਹਿੰਦਾ ਸੀ, ਪਰ ਜੇ ਹੁਣ ਪੱਕਾ ਪੈ ਜਾਂਦਾ ਉਹ ਛੱਡ ਦਿੰਦਾ। ਇਹ ਫਰਕ ਮਤਲਬ ਪਹਿਲਾਂ ਦਾ ਜ਼ੋਰ ਮਾਰ ਕੇ ਖੇਡਣਾ ਹੁਣ ਐਂ ਇਹ ਕਿਉਂ? ਸ਼ਾਇਦ ਉਦੋਂ ਮੈਨੂੰ ਉਦੋਂ ਦੀ ਕੌਡੀ ਨਾਲ ਹੁਣ ਮੈਨੂੰ ਆਉਣ ਲੱਗਦਾ ਵੀ ਹੁਣ ਮੈਂ ਜ਼ਿਆਦਾ ਸਿਆਣੀ ਕੌਡੀ ਪਾਉਣਾ। ਹਾਂ ਹੈ ਤਾਂ ਸਿਆਣੀ ਹੈ ਕਬੱਡੀ ਤਾਂ ਸੁਧਰੀ ਹੈ। ਉਦੋਂ ਮੈਨੂੰ ਆਉਣ ਲੱਗਦਾ ਸੀ ਵੀ ਮੈਂ ਉਹੀ ਕਮਲਿਆਂ ਨੂੰ ਜ਼ੋਰ ਵੀ ਬੜਾ ਮਾਰ ਦਿੰਦਾ ਸੀ। ਹਾਂ ਅੱਛਾ ਮੈਨੂੰ ਇਉਂ ਲੱਗਦਾ ਕਿਤੇ ਕਿਤੇ ਮੈਂ ਵੀ ਮੈਚ ਦੇਖ ਲੈਣਾ ਆਉਂਦੀਆਂ ਪੁਰਾਣੀਆਂ ਕੌਡੀਆਂ ਕੱਢ ਕੇ ਵੀ ਉਦੋਂ ਮੈਨੂੰ ਆਉਣ ਲੱਗਦਾ ਹੁੰਦਾ ਵੀ ਇੱਥੇ ਜ਼ੋਰ ਕਈ ਕਈ ਥਾਂ ਵੀ ਇੱਥੇ ਤੂੰ ਗਲਤ ਮਾਰਿਆ ਜ਼ੋਰ ਅਤੇ ਹੁਣ ਮੈਨੂੰ ਆਉਣ ਲੱਗਦਾ ਹੁਣ ਵੀ ਹਾਂ ਵੀ ਹੁਣ ਠੀਕ ਆ ਉਦੋਂ ਨਾਲ ਕੌਡੀ ਹੁਣ ਵਾਲੀ ਠੀਕ ਹੈ। ਹਾਂ ਜ਼ੋਰ ਮਾਰਨਾ ਨਹੀਂ ਚਾਹੀਦਾ ਫਿਰ ਜਦੋਂ ਕੋਈ ਕਿਸੇ ਤਾਂ ਜਾਫੀ ਨੇ ਫੜਿਆ ਹੁਣ ਤਾਂ ਜਦੋਂ ਪ੍ਰਦੀਪ ਆਪਣੂੰ ਇਹ ਚੀਜ਼ ਨੂੰ ਕੌਡੀ 'ਚ ਵੀ ਥੋੜ੍ਹੇ ਪਤਾ ਲੱਗ ਜਾਂਦਾ ਚਾਂਸ ਹੁੰਦੇ ਆ ਜਿੱਥੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਆਪਾਂ ਨਿਕਲਦੇ ਹਾਂ। ਹਾਂ ਉੱਥੇ ਜ਼ੋਰ ਵੱਜਦਾ ਆਟੋਮੈਟਿਕ ਵੱਜ ਜਾਂਦਾ ਉੱਥੇ ਜਦੋਂ ਹੁਣ ਪੱਕਾ ਕਿਸੇ ਨੇ ਫੜ ਲਿਆ ਜਿੱਥੇ ਆਪਾਂ ਪਤਾ ਲੱਗ ਗਿਆ ਹੁਣ ਉੱਥੇ ਤਾਂ ਜਾਂ ਕੋਈ ਕਮਲਾ ਰੇਡਰ ਹੋਣ ਜਾਂ ਜਿਹੜਾ ਖਿੱਚੀ ਫਰੂ ਇੱਧਰ ਨੂੰ ਮਾਰੀ ਇੱਧਰ ਹੁਣ ਪੱਕੇ ਦਾ ਤਾਂ ਪਤਾ ਵੀ ਪੱਕਾ ਫੜਿਆ ਗਿਆ ਤਾਂ ਛੋੜਦਾ ਤਾਂ ਹੈ ਨਹੀਂ ਹੈਨਾ। ਬਾਕੀ ਜ਼ੋਰ ਮਾਰਨਾ ਉੱਥੇ ਚਾਹੀਦਾ ਜਿੱਥੇ ਪਤਾ ਹਾਂ ਆਪਾਂ ਨਿਕਲਦੇ ਹਾਂ, ਕਿਉਂਕਿ ਜੇ ਆਪਾਂ ਉੱਥੇ ਪੱਕੇ ਫੜੇ ਜ਼ੋਰ ਮਾਰੀਏ ਫਿਰ ਗਾਂਹ ਕੌਡੀ ਨਹੀਂ ਪੈਣੀ ਆਉਂਦੀ ਫਿਰ ਔਖਾ ਜਾਣਾ ਅਗਲੀ ਰੇਡ ਦੀ। ਹਾਂ ਫਿਰ ਜ਼ੋਰ ਜ਼ਿਆਦਾ ਜ਼ੋਰ ਲੱਗ ਗਿਆ ਫਿਰ ਦੋ ਐਨਰਜੀ ਆਪੇ ਉੱਥੇ ਹੀ ਰਹਿ ਜਾਣੀ ਆ। ਹਾਂ ਅਤੇ ਪਰ ਮਾਰਨਾ ਵੀ ਚਾਹੀਦਾ ਜਿੱਥੇ ਆਪਾਂ ਨੂੰ ਪਤਾ ਵੀ ਹਾਂ ਆਪਾਂ ਨੇ ਉੱਥੇ ਪੁਆਇੰਟ ਲਿਆ ਜਾ ਉੱਥੇ ਆਟੋਮੈਟਿਕ ਵੱਜਦਾ ਜਿੱਥੋਂ ਪਤਾ ਨਿਕਲਦਾ ਉੱਥੇ ਜ਼ਰੂਰ ਆਟੋਮੈਟਿਕ ਵੱਜਦਾ ਆਪਦੀ ਆ ਵੀ। ਜਿਹੜਾ ਜੇ ਮੈਂ ਪੁੱਛਿਆ ਵੀ ਤੁਹਾਡਾ ਸਭ ਤੋਂ ਵਧੀਆ ਤਰੀਕਾ ਜਿਹੜਾ ਭੱਜਣ ਦਾ ਉਹ ਕਿਹੜਾ, ਮਤਲਬ ਟੱਚ ਕਰਨ ਤੋਂ ਬਾਅਦ ਕਿੱਦਾਂ ਦਾ ਸਟਾਈਲ ਹੈ ਜਿਹੜਾ ਜਿਹੜਾ ਸਭ ਤੋਂ ਵਧੀਆ ਜਿਹੜਾ ਹੈਲਪ ਕਰਦਾ? ਇੱਕ ਤਾਂ ਹੁੰਦਾ ਨਾ ਵੀ ਇੱਕ ਰੇਡਰ ਹੈ ਉਹ ਖਿਡਾਰੀ ਨੂੰ ਆਊਟ ਕੱਢਦਾ, ਕੋਈ ਹੁੰਦਾ ਜਿਹੜਾ ਮਤਲਬ ਵੀ ਉਹ ਟੱਚ ਕਰਕੇ ਆਪਦੇ ਆਪ ਨੂੰ ਦੂਜੇ ਖਿਡਾਰੀ ਨੂੰ ਮੂਹਰੇ ਕਰ ਦਿੰਦਾ ਫਿਰ ਨਿਕਲਦਾ। ਤੁਸੀਂ ਕੀ ਮੰਨਦੇ ਹੋ ਵੀ ਤੁਹਾਡਾ ਜਿਹੜਾ ਸਭ ਤੋਂ ਬੈਸਟ ਹੈ ਜਿਹਦਾ ਤੁਹਾਨੂੰ ਸਵਾਦ ਆਉਂਦਾ ਵੀ ਯਾਰ ਐਂ ਜਦੋਂ ਮੈਂ ਭਾਈ ਦੀ ਅਤੇ ਮੈਨੂੰ ਵਧੀਆ ਲੱਗਦਾ ਮੈਨੂੰ ਤਾਂ ਵੀ ਹਾਂ ਵੀ ਮੈਂ ਬੈਕ ਆਈ ਜਾਵਾਂ। ਹਾਂ ਬਸ ਮੇਰਾ ਬੈਕ ਟੱਚ ਕਰਕੇ ਬੈਕ ਵੀ ਜਾਫੀ ਨੂੰ ਮੂਹਰੇ ਨਾ ਹੁੰਦੇ ਵਾਂ ਉਹ ਮੇਰਾ ਸਭ ਤੋਂ ਬੈਸਟ ਆ, ਕਿਉਂਕਿ ਉਹ 'ਤੇ ਮੇਰਾ ਜ਼ੋਰ ਵੀ ਬਹੁਤ ਘੱਟ ਲੱਗਦਾ ਕਿਉਂਕਿ ਮੈਨੂੰ ਹੈਲਪ ਵੀ ਬਹੁਤ ਮਿਲ ਸਕਦੀ ਹੈ ਮਿਲਦੀ ਆ ਕਿਉਂਕਿ ਨਾ ਕੁਛ ਫੜ ਨਹੀਂ ਸਕਦਾ ਜਾਫੀ। ਹਾਂ ਅੱਛਾ ਪਿੱਛੇ ਨੂੰ ਬੈਕ 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 ਆਈ ਜਾਣਾ ਅਤੇ ਮੂਹਰੇ ਵੀ ਹੋ ਜਾਂਦੇ ਜਾਫੀ ਕਈ, ਫਿਰ ਮੂਹਰੇ ਭੱਜਣਾ ਤਾਂ ਹੁਣ ਉਵੇਂ ਵੀ ਭੱਜਣਾ ਪੈਂਦਾ ਸਪਰਿੰਟ ਮਾਰ ਕੇ ਵੀ ਪਰ ਉਹ ਆਸਾਨੀ ਜ਼ਿਆਦਾ ਉਹ 'ਚ ਲੱਗਦੀ ਹੈ ਬੈਕ 'ਚ। ਸੰਦੀਪ ਨੂੰ ਡਰ ਲੱਗਦਾ ਕਿਸੇ ਚੀਜ਼ ਤੋਂ? ਨਹੀਂ ਕਿਸੇ ਚੀਜ਼ ਤੋਂ ਕਿ ਕੌਡੀ 'ਚ ਕਿਸੇ ਚੀਜ਼ ਤੋਂ ਭੂਤਾਂ ਤੋਂ ਨਹੀਂ ਭੂਤਾਂ ਤੋਂ ਭੂਤਾਂ ਤੋਂ ਨਹੀਂ ਲੱਗਦਾ। ਕਿਸ ਚੀਜ਼ ਤੋਂ ਲੱਗਦਾ ਡਰ? ਨਹੀਂ ਡਰ ਨਹੀਂ ਲੱਗਦਾ ਕਿਸੇ ਚੀਜ਼।
ਉਹ ਕਹਿੰਦੇ ਵੀ ਸਾਡੀ ਤੁਸੀਂ ਬੰਗਾਲੀ ਦੀ ਬੰਗਾਲੀ ਬਾਬਾ ਫਲਾਨਾ ਬਾਬਾ ਵੀ ਸਾਡੀ ਐਡ ਲਾ ਦਿਓ ਥੱਲੇ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਅਸੀਂ ਕਹਿੰਦੇ ਨਹੀਂ ਅਸੀਂ ਐਡ ਨਹੀਂ ਲਾਉਣੀ ਜੇ ਤੁਸੀਂ ਲਾਉਣ ਲੱਗ ਜਾਓ ਐਡ ਨਹੀਂ ਨਹੀਂ ਲਾਉਣੀ ਚਾਹੀਦੀ ਹੈ ਸਾਨੂੰ ਬੜਾ ਮੈਂ ਭੰਡੀ ਹੋਊਗੀ ਫਿਰ ਭੰਡੀ ਹੋਊਗੀ ਨਾ ਹੋਰ ਗਲਤ ਚੀਜ਼ ਹੈ ਨਾ ਇਸ ਕਰਕੇ ਅਸੀਂ ਉਹ ਲਾਉਂਦੇ ਨਹੀਂ ਹੈਗੇ ਨਹੀਂ ਉਹਦਾ ਮੈਂ ਉਹਨਾਂ ਚੀਜ਼ਾਂ 'ਚ ਕੋਈ ਵਿਸ਼ਵਾਸ ਕੋਈ ਵਿਸ਼ਵਾਸ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਗੇਮ ਜਾਂ ਛੋਟੇ ਹੁੰਦੇ ਕੀ ਪਸੰਦ ਸੀ ਗੁੱਲੀ ਡੰਡਾ ਕੱਚ ਦਿਆਂ ਅਸੀਂ ਗੋਲੀਆਂ ਵੀ ਖੇਡੇ ਹਾਂ ਗੁੱਲੀ ਡੰਡਾ ਵੀ ਛੋਟੇ ਹੁੰਦੇ ਬਚਪਨ ਚ ਖੇਡੇ ਜਿਹੜੇ ਆਪਦੇ ਸਾਥੀਆਂ ਨਾਲ ਆਪਦੇ ਘਰੇ ਜਾਂ ਕਿਤੇ ਸਾਥੀ ਤਾਂ ਪ੍ਰਦੀਪ ਉਹ ਖੇਤ ਹੀ ਹੁੰਦੇ ਦੋਨੇ ਹੁੰਦੇ ਅਸੀਂ ਬਸ ਆਸ ਨੇ ਖੇਡੀ ਖੁੱਡੀ ਜਾਂਦੇ ਹੋਰ ਤਾਂ ਕੋਈ ਹੁੰਦਾ ਨਹੀਂ ਹਾਂ ਅਤੇ ਖੇਡਾਂ ਸਾਡੀਆਂ ਬਾਹਲਾ ਕੱਬੀਆਂ ਖੇਡਾਂ ਸੀ ਇੱਥੇ ਜਿਵੇਂ ਉਹ ਮੰਨ ਕੇ ਚੱਲ ਹੁਣ ਵੱਡੇ ਪਏ ਵਾਹਣ ਹੈ ਨਾ ਇੱਥੇ ਪਰਾਲੀ ਦੀਆਂ ਉਹ ਬਣਾ ਲੈਂਦੇ ਸੀ ਉਹ ਵਾੜ ਕੀਤੀ ਹੁੰਦੀ ਪਰਾਲੀ ਦੀ ਇੱਕ ਦੂਜੇ ਡਲੇ ਮਾਰਦੇ ਹੁੰਦੀ ਬਹਿ ਕੇ ਵਿੱਚ ਖੇਡੇ ਸਾਡੀਆਂ ਅੱਛਾ ਹਾਂ ਪੁੱਠੀਆਂ ਖੇਡਾਂ ਸਾਰਿਆਂ ਨੂੰ ਅਤੇ ਗੋਲੀਆਂ ਗਾਲੀਆਂ ਦਾ ਮੰਨ ਕੇ ਚੱਲ ਜਿਵੇਂ ਅਸੀਂ ਨਾਨਕੇ ਰਹੇ ਹਾਂ ਉੱਥੇ ਖੇਡੀਆਂ ਜਾਂ ਊਂ ਘਰੇ ਖੇਡ ਲੈਂਦੇ ਸੀ ਪਰ ਊਂ ਹੈ ਜਿਹੀਆਂ ਖੇਡਾਂ ਜ਼ਿਆਦਾ ਖੇਡਦੇ ਮੜਾਕਾ ਨਾਨਕੇ ਉਹ ਕਿੱਥੇ ਸੀ ਮੜਾਕ ਹਾਂ ਉਹ ਸੂਰਕੁਰੀ ਨਹੀਂ ਬਾਈ ਬਿੱਲਾ ਜਿੱਥੋਂ ਦਾ ਸੂਰਕੁਰੀ ਦਾ ਉਹਦੇ ਕੋਲ ਹੀ ਉਹ ਪਿੰਡ ਕੋਲ ਓਕੇ ਉੱਥੇ ਨਾਨਕੇ ਵੀ ਰਹੇ ਹੋ ਇਹਦਾ ਮਤਲਬ ਕੁਛ ਟਾਈਮ ਨਾਨਕੇ ਮੈਂ ਰਿਹਾ ਹਾਂ ਚਾਰ ਪੰਜ ਸਾਲ ਰਿਹਾ ਉੱਥੇ ਫਿਰ ਇਹ ਗੇਮਾਂ ਖੇਡੀਆਂ ਗੁੱਲੀ ਡੰਡਾ ਜਾਂ ਗੋਲੀਆਂ ਗਾਲੀਆਂ ਤਾਂ ਉੱਥੋਂ ਬੜਾ ਖੇਡਣ ਲੱਗੀਆਂ ਸੀ ਉੱਥੇ ਖੇਡਦੇ ਹੁੰਦੇ ਬਹੁਤ ਘਰੇ ਤਾਂ ਹੀ ਪੁੱਠੀਆਂ ਗੇਮਾਂ ਖੇਡਦੇ ਹੁੰਦੇ ਬਸ ਇਹੋ ਜਿਹੀਆਂ ਪੜ੍ਹਾਈ 'ਚ ਕਿਵੇਂ ਸੀ ਸੰਦੀਪ ਪੜ੍ਹਾਈ ਠੀਕ ਠਾਕ ਸੀ ਨਾ ਬੜਾ ਹੁਸ਼ਿਆਰ ਸੀ ਅਤੇ ਨਾ ਹੀ ਬੜਾ ਨਲਾਇਕ ਸੀ ਪਲੱਸ ਟੂ ਤੱਕ ਪੜ੍ਹਾਈ ਕੀਤੀ ਸੀ ਹਾਂ ਪਲੱਸ ਟੂ ਤਾਂ ਫਿਰ ਬੜੀ ਔਖੀ ਕੀਤੀ ਆ ਔਖੀ ਕਿਉਂ ਪਲੱਸ ਟੂ 'ਚ ਸਕੂਲ ਤਾਂ ਮੈਂ ਗਿਆ ਨਹੀਂ ਸੀ ਕਿਤੇ ਕਬੱਡੀ ਖੇਡਣ ਲੱਗ ਗਏ ਹਾਂ ਉਦੋਂ ਖੇਡਣ ਲੱਗ ਗਏ ਹੈ ਨਾ ਅਤੇ ਮੇਰਾ ਯਾਰ ਹੁੰਦਾ ਸੀ ਇੱਕ ਸੇਵਕ ਸੇਵਕ ਇੱਥੋਂ ਆਪਣੇ ਪਿੰਡੋਂ ਮੁੰਡਾ ਫਿਰ ਉਹਨੇ ਕਰਾਈ ਮੈਨੂੰ ਨਕਲ ਮਾਰ ਮਾਰ ਕੇ ਅੱਛਾ ਫਿਰ ਮਸਾਂ ਆਇਆ ਜਮ੍ਹਾਂ ਰੋ ਪੇਟ ਕੇ ਕੱਢੀ ਪੂਰੇ ਪੂਰੇ ਨੰਬਰ ਪੂਰੇ ਪੂਰੇ ਸਹੀ ਹੈ ਤੇ ਨਕਲ ਮਾਰਨੀ ਠੀਕ ਹੈ ਯਾਰ ਫਿਰ ਤੂੰ ਨਕਲ ਕਿਉਂ ਮਾਰੀ ਨਕਲ ਯਾਰ ਪ੍ਰਦੀਪ ਨਕਲ ਹੁਣ ਉਦੋਂ ਮੋਲ ਹੋ ਜਾਏਗੀ ਹਾਂ ਪੇਪਰਾਂ 'ਚ ਫੇਲ ਨਾ ਹੋਏ ਕਿਤੇ ਫੇਰ ਕਰਨੀ ਪੈਣੀ ਹੈ ਮੈਂ ਵੀ ਹੁਣ ਜੇ ਬੰਦਾ ਮਰਾਉਂਦਾ ਤਾਂ ਮਾਰ ਲਓ ਸਲਿਪ ਤਾਂ ਨਹੀਂ ਹੋਇਆ ਕਿਤੇ ਵੀ ਫੇਲ ਹੋਏ ਹੋ ਨਹੀਂ ਫੇਲ ਨਹੀਂ ਹੋਇਆ ਫੇਲ ਨਹੀਂ 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 ਪਰ ਉਹ ਪਲੱਸ ਟੂ ਜਿਹੜੀ ਸੀ ਪਤਾ ਲੱਗ ਗਿਆ ਸੀ ਵੀ ਹੁਣ ਨੰਬਰ ਘਟਣਗੇ ਖੇਡਣ ਲੱਗ ਗਏ ਨਾ ਉਦੋਂ ਖੇਡਣ ਵੀ ਲੱਗ ਗਈ ਸੀ ਉਦੋਂ ਮੈਂ ਸਕੂਲ ਵੀ ਨਹੀਂ ਗਿਆ ਸੀ ਬਹੁਤ ਘੱਟ ਗਿਆ ਕਿਉਂਕਿ ਮੈਚ ਮੂਚ ਖੇਡਣ ਲੱਗ ਗਏ ਸੀ ਹਾਂ ਉਹੀ ਹਾਂ ਫਿਰ ਉਦੋਂ ਸਕੂਲ ਤਾਂ ਦੋ ਤਿੰਨ ਕੁ ਮਹੀਨੇ ਜਾਇਆ ਗਿਆ ਸਾਰੇ ਸਾਲ 'ਚ ਅਤੇ ਫਿਰ ਉਦੋਂ ਹਾਂ ਮੈਨੂੰ ਤਰੀਕਾ ਅਪਣਾਉਣਾ ਪਿਆ ਨਹੀਂ ਉਦੋਂ ਪੇਪਰ ਉਹ ਨਹੀਂ ਸੀ ਆਉਂਦੇ ਹੁੰਦੇ ਵੀ ਇੱਕ ਮੂਰਲੇ ਨੂੰ ਹੋਰ ਉਹਨੂੰ ਹੋਰ ਉਹਨੂੰ ਹੋਰ ਐਂ ਨਹੀਂ ਸੀ ਆਉਂਦੇ ਫਿਰ ਇਉਂ ਸਾਈਡ ਤੋਂ ਮਿਲ ਜਾਂਦੇ ਹੁੰਦੇ ਸੀ ਉਹ ਜਿਵੇਂ ਏ ਬੀ ਸੀ ਆਇਆ ਅਤੇ ਫਿਰ ਇੱਧਰ ਏ ਬੀ ਸੀ ਉਹ ਸਾਈਡ 'ਤੇ ਉਵੇਂ ਮਿਲ ਜਾਂਦੇ ਸੀ ਹਾਂ ਹਾਂ ਫਿਰ ਉਵੇਂ ਚੱਲ ਪਿਆ ਹੈਲਪ ਹੋ ਗਈ ਹਾਂ ਕਿਹੜਾ ਦੋਸਤ ਦਾ ਨਾਂ ਗੁਰਸੇਵਕ ਉਹਦਾ ਨਾਂ ਗੁਰਸੇਵਕ ਨੇ ਫਿਰ ਪਲੱਸ ਟੂ ਕਢਵਾਈ ਦਿੱਤੀ ਹਾਂ ਸਹੀ ਸੰਦੀਪ ਤੁਹਾਨੂੰ ਇਹ ਪਤਾ ਵੀ ਕਿੰਨੇ ਦਰਸ਼ਕ ਚਾਹੁੰਦੇ ਸੀ ਵੀ ਤੁਹਾਡੇ ਨਾਲ ਗੱਲ ਕੀਤੀ ਜਾਵੇ ਇਹ ਪਤਾ ਕਿਵੇਂ ਪਤਾ ਮੈਨੂੰ ਨਾ ਮੈਨੂੰ ਜਿਹੜਾ ਤੂੰ ਕਹਿੰਦਾ ਮੈਂ ਕਮੈਂਟ ਤੁਸੀਂ ਕਹਿੰਦੇ ਕਮੈਂਟ ਪੜ੍ਹ ਕੇ ਦੇਖਿਆ ਕਰੋ ਉਹ ਮੈਨੂੰ ਕਮੈਂਟ ਸਕਰੀਨ ਸ਼ੋਟ ਕੱਟ ਕੱਟ ਕੇ ਭੇਜ ਦਿੰਦੇ ਸੀ ਉਹ ਜਿਹੜੇ ਆਪਣੇ ਚਾਹੁਣ ਵਾਲੇ ਬੰਦੇ ਵੀ ਆਹ ਵੇਖ ਬਈ ਆਹ ਕੀ ਲਿਖਿਆ ਪਿਆ ਵੀ ਉਹ ਕਰੋ ਇੰਟਰਵਿਊ ਕਰੋ ਆਹ ਇੰਟਰਵਿਊ ਅਤੇ ਊਂ ਪਰ ਹਾਂ ਮੈਨੂੰ ਦੱਸੀ ਜਾਂਦਾ ਵੀ ਮੈਂ ਆਉਂ ਜੇ ਸੀ ਵੀ ਹਾਂ ਅੱਜ ਕਰ ਲਵਾਂਗੇ ਕੱਲ੍ਹ ਕਰ ਲਵਾਂਗੇ ਕੋਈ ਨਹੀਂ ਪਰ ਯਾਰ ਬਹੁਤ ਪਿਆਰ ਕਰਦੇ ਆ ਉਹ ਚਾਹੁੰਦੇ ਸੀ ਇਸ ਕਰਕੇ ਸਾਨੂੰ ਆਉਣਾ ਹੀ ਪੈਣਾ ਸੀ ਤੁਹਾਡੇ ਕੋਲ ਮਤਲਬ ਇਹ ਉਹ ਇਹ ਹੁਣ ਮੈਨੂੰ ਲੱਗਦਾ ਬਹੁਤ ਸਾਰੇ ਦਰਸ਼ਕ ਨਹੀਂ ਜਾਣਦੇ ਹੋਣੇ ਵੀ ਸੰਦੀਪ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਕਿੰਨੀ ਕੁ ਜੱਦੋਜਹਿਦ ਕੀਤੀ ਸੰਦੀਪ ਆਪ ਜ਼ਰੂਰ ਦੱਸ ਸਕਦਾ ਉਹੀ ਹੈ ਨਾ ਜੱਦੋਜਹਿਦ ਵਾਲੀ ਕਿੰਨੇ ਵਾਰੀ ਪ੍ਰੋਗਰਾਮ ਬਣਦਾ ਕਿੰਨੇ ਵਾਰੀ ਬਣਦਾ ਪਰ ਉਹ ਮਿਸ ਹੋ ਗਿਆ ਹੈ ਨਾ ਬਹੁਤ ਵਾਰੀ ਚਲੋ ਹੁਣ ਫਾਈਨਲੀ ਅੱਜ ਅਸੀਂ ਤੁਹਾਡੇ ਨਾਲ ਮਤਲਬ ਗੱਲ ਕਰ ਲਈਏ ਸੌਖੀ ਅਤੇ ਵਧੀਆ ਗੱਲ ਆ ਨਹੀਂ ਚਲ ਯਾਰ ਸ਼ੁਕਰੀਆ ਯਾਰ ਬਹੁਤ ਬਹੁਤ ਸ਼ੁਕਰੀਆ ਜਿੰਨਾ ਹੁਣ ਤੱਕ ਬਹੁਤ ਸਾਰੇ ਪਲੇਅਰਾਂ ਨਾਲ ਬੈਠਾ ਸੰਦੀਪ ਪਰ ਤੁਹਾਡੇ ਨਾਲ ਬੈਠ ਕੇ ਇੱਕ ਅਲੱਗ ਕਿਸਮ ਦੀ ਸੈਟਿਸਫੈਕਸ਼ਨ ਗੱਲ ਕਰਕੇ ਐਂ ਲੱਗਿਆ ਹੀ ਨਹੀਂ ਕਿ ਮਤਲਬ ਕੋਈ ਇੰਟਰਵਿਊ ਚੱਲ ਰਹੀ ਹੈ ਜਾਂ ਕੁਛ ਹੋਰ ਪਰ ਬੜਾ ਵਧੀਆ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਚਾਹੁੰਦਾ ਵੀ ਦਰਸ਼ਕ ਵੀ ਜ਼ਰੂਰ ਦੱਸ ਦੇਣ ਵੀ ਉਹਨਾਂ ਨੂੰ ਕਿਹੋ ਜਿਹਾ ਲੱਗਿਆ ਹੈ ਨਾ ਤੁਹਾਨੂੰ ਕਿਵੇਂ ਲੱਗਿਆ ਗੱਲਬਾਤ ਕਰਕੇ ਸਰ ਮੈਨੂੰ ਵੀ ਬਹੁਤ ਵਧੀਆ ਲੱਗਿਆ ਵਰਦੀ ਮੈਨੂੰ ਤਾਂ ਇਉਂ ਹਾਂ ਕਈ ਵਾਰੀ ਮੈਂ ਲੱਕੀ ਬਾਈ ਕਹਿੰਦਾ ਵੀ ਇਉਂ ਕਰਕੇ ਇੰਟਰਵਿਊ ਕਰਨੀ ਆ ਉਹਦੇ ਨਾਲ ਹੁਣ ਆਪਾਂ ਕਿਤੇ ਬੈਠੇ ਨਹੀਂ ਗਏ ਹੈ ਨਾ ਵੀ ਮੈਂ ਤਾਂ ਉਹ ਆਪਾਂ ਟੂਰਨਾਮੈਂਟ 'ਤੇ ਮਿਲਦੇ ਹਾਂ ਹੈ ਹੁਣ ਆਪਾਂ ਤਾਂ ਬੈਠੇ ਕਿੰਨੇ ਵਾਰੀ ਆਪਣੀ ਤਾਂ ਕੋਈ ਵੀ ਉਹ ਜੀ ਗੱਲ ਹੀ ਨਹੀਂ ਇੱਕ ਦੂਜੇ 'ਤੇ ਕੋਈ ਹੈ ਨਾ ਹੁਣ ਜਿਹੜੇ ਬੰਦੇ ਨਾਲ ਆਪਾਂ ਪਹਿਲੀ ਵਾਰ ਜਾ ਕੇ ਉੱਥੇ ਮਿਲਣਾ ਉਹ ਤਾਂ ਥੋੜ੍ਹਾ ਜਿਹਾ ਉਹ ਹੀ ਲੱਗਦਾ ਵੀ ਯਾਰ ਹੁਣ ਆਪਾਂ ਚੱਲ ਮਿਲੇ ਬਾਹਲੇ ਯਾਰ ਕਰਕੇ ਤਾਂ ਆਪਾਂ ਨੂੰ ਔਖਾ ਜਿਹਾ ਨਹੀਂ ਲੱਗਿਆ ਵਧੀਆ ਲੱਗਿਆ ਗੱਲ ਬਿਲਕੁਲ ਬਿਲਕੁਲ ਚੱਲ ਸੰਦੀਪ ਬਹੁਤ ਬਹੁਤ ਸ਼ੁਕਰੀਆ ਯਾਰ ਇੱਕ ਹੁਣ ਤੁਹਾਡੇ ਤੋਂ ਵਾਅਦਾ ਚਾਹੀਦਾ ਹਾਂਜੀ ਜਿਹੜੇ ਦਰਸ਼ਕ ਤੁਹਾਨੂੰ ਪਿਆਰ ਕਰਦੇ ਆ
ਉਹਨਾਂ ਨੂੰ ਆਹ ਵਾਲੀ ਇੰਟਰਵਿਊ ਜਦੋਂ ਉਹਨੂੰ ਪਬਲਿਸ਼ ਹੋਣੀ ਹੈ, ਜਦੋਂ ਦਰਸ਼ਕਾਂ ਕੋਲ ਜਾਣੀ ਹੈ, ਉਸ ਤੋਂ ਪਹਿਲਾਂ ਇੱਕ ਇੰਸਟਾਗ੍ਰਾਮ ਅਕਾਊਂਟ ਬਣਾ ਲਓਗੇ ਆਪਣਾ ਜਾਂ ਫੇਸਬੁੱਕ ਜਿਹੜਾ ਸਾਨੂੰ ਦੇ ਦਿਓ, ਅਸੀਂ ਆਹ ਥੱਲੇ ਦਿਖਾ ਸਕੀਏ। ਹਾਂ, ਇੰਸਟਾਗ੍ਰਾਮ ਬਣਾ ਲਾਂਗੇ, ਹੈ ਨਾ, ਉਸ ਤੋਂ ਤਾਂ ਕਿ ਜਿਹੜੇ 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 ਕੋਈ ਤੁਹਾਡੇ ਫੇਕ ਆਈਡੀਜ਼ ਬਣਾਈ ਬੈਠੇ ਉਹਨਾਂ ਦਾ ਆਪਾਂ ਹੱਲ ਕਰ ਲਈਏ ਨਾ, ਨਹੀਂ ਤਾਂ ਲੋਕਲ 'ਚ ਰਹਿਣਗੇ ਉਹ ਆਪਾਂ ਇੱਥੇ ਦਿਖਾ ਦਿਆਂਗੇ ਜਿਹੜਾ ਤੁਹਾਡਾ ਆਪਣਾ ਇੰਸਟਾਗ੍ਰਾਮ ਜਾਂ ਤੁਹਾਡਾ ਆਪਣਾ ਫੇਸਬੁੱਕ, ਕਿਉਂਕਿ ਇੰਸਟਾ 'ਤੇ ਮੇਰੀ ਬਣੀ ਨਹੀਂ ਕੋਈ, ਉਹ ਆਪਾਂ ਬਣਾ ਲਾਂਗੇ। ਐਫ ਬੀ 'ਤੇ ਮੇਰੇ ਕੋਲ ਹੈਗੀ ਹੈ ਚੱਲਦੀ ਆਈਡੀ, ਠੀਕ ਹੈ, ਉਹ ਜਿਹੜੇ ਮੇਨ ਬੰਦੇ ਉਹਨਾਂ ਨੂੰ ਪਤਾ ਆਪਣੀ ਉਹ ਆਈਡੀ ਦਾ, ਠੀਕ ਹੈ, ਅਤੇ ਬਾਕੀ ਇੰਸਟਾ ਦੀ। ਚਲੋ ਜੇ ਤੁਸੀਂ ਉਹ ਫੇਸਬੁੱਕ ਵਾਲੀ ਨਹੀਂ ਵੀ ਦੱਸਣਾ ਚਾਹੁੰਦੇ ਕਿ ਇੰਸਟਾਗ੍ਰਾਮ 'ਤੇ ਜ਼ਰੂਰ ਬਣਾ, ਉਹ ਫੇਸਬੁੱਕ ਵਾਲੀ ਦੱਸ ਦਾਂਗਾ ਫਿਰ ਆਪਾਂ ਹੇਠ ਉਹਦੇ ਫੇਸਬੁੱਕ ਵਾਲੀ ਵੀ ਦੇ ਦਿਆਂਗੇ ਅਤੇ ਇੰਸਟਾ 'ਤੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਸੰਦੀਪ, ਥੈਂਕ ਯੂ। ਉਹ ਯਾਰ ਮੈਨੂੰ ਸਵਾਦ ਹੀ ਬੜਾ ਦਿੱਤਾ ਉਹਨੇ ਯਾਰ, ਉਹਨੇ ਕੋਈ ਗੱਲ ਹੀ ਨਹੀਂ, ਉਵੇਂ ਆ ਉਹ ਮੇਰੇ ਨਾਲ ਉਵੇਂ ਹੁੰਦਾ ਨਾ, ਮੈਂ ਹੋ ਜਾਂਦਾ ਯਾਰ। ਕਿਹੜੇ ਜਿਹਨਾਂ ਨੇ ਮੈਨੂੰ ਸਿਖਾਇਆ ਸੀ ਬਾਈ, ਕਹਿੰਦਾ ਸੰਦੀਪ ਨੇ ਤੰਗ ਬਹੁਤ ਕਰਦਾ, ਬਾਈ ਕਹਿੰਦਾ ਸਵਾਲ ਹੀ ਆ ਮੇਰੇ ਪਰਸਲੀ ਤਰੀਲੋ ਤਰੀਲੀ ਗੱਲ, ਮੈਨੂੰ ਇਹਨਾਂ ਨੇ ਤਿਆਰ ਕੀਤਾ ਸੀ। ਅੱਛਾ, ਵੀ ਇਹਨੇ ਤੰਗ ਬਹੁਤ ਕੀਤਾ। ਹਾਂ, ਵੀ ਸੰਦੀਪ ਨੇ ਤੰਗ ਬਹੁਤ ਕੀਤਾ, ਇੰਟਰਵਿਊ ਤੁਹਾਡੇ ਨਾਲ ਕਰਦਾ ਨਹੀਂ ਸੀ, 2-3-5-7 ਵਾਰੀ ਹੋ ਗਿਆ ਵੀ ਉਹ ਨਹੀਂ ਆਇਆ। ਹਾਂ, ਵੀ ਹੁਣ ਤੂੰ ਉਹਨੂੰ ਇਹੋ ਜਿਹੇ ਸਵਾਲ ਪੁੱਛੀ, ਮੈਂ ਵੀ ਪੂਰਾ ਇਹਨਾਂ ਨੂੰ ਦੱਸਿਆ ਸੀ ਵੀ ਮੈਂ ਆਹ ਸਵਾਲ ਮੈਂ ਘੇਰੂ ਉਹਨੂੰ। ਅੱਛਾ, ਮੈਂ ਤਿਆਰੀ ਕਰੀ, ਪਰ ਤੂੰ ਇਹਨਾਂ ਇੰਨੇ ਕੁ ਇੰਨੇ ਕੁ ਵਧੀਆ ਤਰੀਕੇ ਨਾਲ ਗੱਲ ਕੀਤੀ, ਦਿਲ ਹੀ ਨਹੀਂ ਮੰਨਿਆ ਤੇਰੇ ਨਾਲ ਕੀਤੀ ਜਾਵੇ। ਅਗਰ ਇਹਨਾਂ ਨਾਲ ਮੈਂ ਪਲਾਨ ਬਣਾਇਆ ਵੀ ਗਿਆ। ਬਿਲਕੁਲ, ਚਲੋ ਗੱਡੀ ਕਰਕੇ ਫਿਰ ਮੈਨੂੰ ਫਿਰ ਤੋਂ ਮੈਂ ਤੜਕੇ ਤੁਹਾਡਾ ਫੋਨ ਨਹੀਂ ਆਇਆ। ਇੱਕ ਟਾਈਮ ਮੇਰੇ ਮਨ 'ਚ ਉੱਥੇ ਚਲਾਕੀ ਵੜ ਗਈ, ਮੈਂ ਕਿਹਾ ਵੀ ਉਹਨਾਂ ਫੋਨ ਤਾਂ ਆਇਆ ਨਹੀਂ, ਤੇ ਨਹੀਂ ਉਹਨੇ ਫੋਨ ਲਾ ਦੇਣਾ ਸੀ ਹੈਪੀ ਨੇ, ਮੈਂ ਕਿਹਾ ਮੈਨੂੰ ਆ ਜਾਣਾ ਸੀ, ਮੈਂ ਕਿਹਾ ਉਹਨਾਂ ਨੇ ਅੱਜ ਨਹੀਂ, ਤੈਨੂੰ ਕਹਿੰਦਾ ਕੱਲ ਨੂੰ ਆ ਜਾਓ। ਸ਼ੁਕਰੀਆ, ਲਓ ਬੇਟਾ।